ਭੈਰੋ ਬਾਣੀ ਨਾਮ ਦਿਓ ਜੀਓ ਕੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਜਿਹਵਾ ਕਰੋ ਸਤਖੰਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਗਰੀਬ ਨਵਾਜ ਅੰਤਰਯਾਮੀ ਸ੍ਰੀ ਗੁਰੂ ਅਰਜਨ ਦੇਵ ਜੀ ਭਗਤ ਨਾਮਦੇਵ ਜੀ ਦੀ ਬਾਣੀ ਉਚਾਰਨ ਕਰਦੇ ਹਨ ਪਹਿਲੇ ਘਰ ਸੁਰਤਾਰ ਵਿੱਚ ਇੱਕ ਅਦਵੈਤ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹਜ਼ੂਰ ਫਰਮਾਉਂਦੇ ਹਨ ਹਰੇ ਜਿਹਵਾ ਕਰੋ ਸਤਖੰਡ ਜਿਉਂ ਪਰਮੇਸ਼ਰ ਦੇ ਭਜਨ ਤੋਂ ਬਗੈਰ ਜ਼ਬਾਨ ਹੈ ਜਿਵੇਂ ਮਹਾਰਾਜ ਜੀ ਨੇ ਫੁਨਿਆਂ ਚ ਲਿਖਿਆ ਹੈ ਕਿ ਰਸਨਾ ਜਪੇ ਨਨਾਮ ਤਿਲ ਤਿਲ ਕਰ ਕੱਟੀਏ ਇਸੇ ਪ੍ਰਕਾਰ ਜ਼ਬਾਨ ਦੇ ਤਾਈ ਸਿੱਖਿਆ ਦਿੰਦੇ ਹੋਏ ਕਹਿੰਦੇ ਹਨ ਹਰੇ ਜਿਹਵਾ ਕਰੋ ਸਤਖੰਡ ਹੇ ਜਵਾਨ ਤੇਰਾ ਸਤ ਨਾਂ ਸੰਸਕ੍ਰਿਤ ਸੌ ਦਾ ਨਾਮ ਹੈ ਤੇਰਾ ਸੌ ਟੁਕੜਾ ਕਰ ਦੀਏ ਜਾਮ ਨਾ ਉਚਰਸ ਸ੍ਰੀ ਗੋਬਿੰਦ ਜੇ ਕਰਕੇ ਸ੍ਰੀ ਗੋਬਿੰਦ ਜੀ ਦੇ ਨਾਮ ਦਾ ਤੂੰ ਉਚਾਰਨ ਨਹੀਂ ਕਰਨੀ ਹੈ ਐਵੇਂ ਹੋਰ ਬਕਵਾਸ ਕਰਦੀ ਰਹਿੰਦੀ ਹੈ ਰੰਗੀ ਲੇ ਜਿਹਵਾ ਹਰ ਕੈ ਨਾਮ ਹੇ ਭਾਈ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੁਆਰਾ ਆਪਣੀ ਜ਼ਬਾਨ ਨੂੰ ਰੰਗੀ ਲੇ ਰੰਗ ਲਈ ਹੈ ਪ੍ਰੇਮ ਰੰਗ ਚ ਰੰਗ ਲਈ ਹੈ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਚ ਸੋ ਰੰਗ ਰੰਗੀਲੇ ਹਰ ਹਰ ਧਿਆਨ ਉਹ ਸੋਹਣੇ ਭਾਈ ਰੰਗ ਆਨੰਦ ਦੇ ਚ ਰੰਗੀਲੇ ਆਨੰਦੀ ਹੋ ਗਏ ਰੰਗੀਲੇ ਇਕੱਠਾ ਪਾਠ ਕਰਨਾ ਸੋ ਸ੍ਰੇਸ਼ਟ ਪ੍ਰੇਮ ਰੰਗ ਕਰਕੇ ਰੰਗੀਲੇ ਆਨੰਦੀ ਹੋ ਗਏ ਹਨ ਹਰ ਹਰ ਧਿਆਨ ਹਰ ਹਰ ਪਰਮੇਸ਼ਰ ਦੇ ਤਾਈ ਧਿਆਉਣਾ ਕੀਤਾ ਹੈ ਇੱਕ ਚਿੱਤ ਹੋ ਕੇ ਰਹਾਉ ਮਿਥਿਆ ਜਿਹਵਾ ਅਵਰੇ ਕਾਂ ਉਹ ਜਿਹੜੀ ਜਵਾਨ ਹੋਰ ਨਾ ਕੰਮਾਂ ਦੇ ਬੋਲਣ ਚੱਲਣ ਚ ਲੱਗੀ ਰਹਿੰਦੀ ਹੈ ਨਿੰਦਿਆ ਚੁਗਲੀ ਕਠੋਰ ਵਾਕ ਬੋਲਦੀ ਹੈ ਉਹ ਮਿਥਿਆ ਅਣਹੋਈ ਜਵਾਨ ਹੈ ਰੱਖਣੇ ਯੋਗ ਨਹੀਂ ਐਸੀ ਅਵਰੇ ਹੋਰ ਅਵਰਨ ਵਾਲੇ ਕੰਮਾਂ ਚ ਲੱਗੀ ਰਹਿੰਦੀ ਹੈ ਪਰਦਾ ਪਾਉਣ ਵਾਲੇ ਨਿਰਵਾਣ ਪਦ ਇੱਕ ਹਰ ਕੋ ਨਾਮ ਭਾਈ ਬੰਧਨਾਂ ਤੋਂ ਰਹਿਤ ਪਦਵੀ ਦੇਣ ਵਾਲਾ ਅਤੇ ਆਦਤਾਂ ਤੋਂ ਰਹਿਤ ਕਰਨ ਵਾਲਾ ਬਾਣ ਦੁੱਖਾਂ ਤੋਂ ਰਹਿਤ ਪਦਵੀ ਦੇਣ ਵਾਲਾ ਇੱਕ ਪਰਮੇਸ਼ਵਰ ਦਾ ਨਾਮ ਹੀ ਹੈ ਅਸੰਖ ਕੋਟ ਅਨ ਪੂਜਾ ਕਰੀ ਜੇ ਕਿਸੇ ਆਦਮੀ ਨੇ ਅਸੰਖ ਅਣਗਿਣਤ ਜਨਮ ਧਾਰ ਕੇ ਤੇ ਕਰੋੜਾਂ ਦੇਵਤਿਆਂ ਦੀ ਪੂਜਾ ਹੋਰ ਅਨਹੋਰ ਹੋਰ ਦੇਵਤਿਆਂ ਦੀ ਕਰੋੜਾਂ ਪੂਜਾ ਕਰ ਲਈਆਂ ਜੇ ਕਰਕੇ ਏਕ ਨਾ ਪੂਜਸ ਨਾਮੈ ਹਰੀ ਨਾਮਦੇਵ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਬਰਾਬਰ ਇੱਕ ਜਿੰਨੀ ਪੂਜਾ ਵੀ ਨਹੀਂ ਪੁੱਜ ਸਕਦੀ ਇੱਕ ਵਾਰੀ ਨਾਮ ਕਹੀਏ ਨਾ ਉਚਾਰੀਏ ਵਾਹਿਗੁਰੂ ਇੰਨੇ ਦੇ ਬਰਾਬਰ ਕਰੋੜਾਂ ਦੇਵਤਿਆਂ ਦੀ ਪੂਜਾ ਵੀ ਨਹੀਂ ਹੋ ਸਕਦੀ ਅਸੰਖ ਜਨਮ ਧਾਰ ਕੇ ਜੇ ਕਰ ਲਈਏ ਐਡਾ ਉੱਚਾ ਪਰਮੇਸ਼ਰ ਦਾ ਨਾਮ ਹੈ ਪਰਣਵੈ ਨਾਮ ਦਿਓ ਇਹੋ ਕਰਨ ਪਰਣਵੈ ਬੇਨਤੀ ਪੂਰਵਕ ਕਹਿੰਦੇ ਹਨ ਨਾਮਦੇਵ ਜੀ ਮਹਾਰਾਜ ਮੇਰੇ ਤੇ ਕਰਨਾ ਕਿਰਪਾ ਦ੍ਰਿਸ਼ਟੀ ਕਰੋ ਆਪ ਅਨੰਤ ਰੂਪ ਤੇਰੇ ਨਾਰਾਇਣ ਹੇ ਨਾਰਾਇਣ ਪਰਮੇਸ਼ਰ ਅਨੰਤ ਜੋ ਜੀਵ ਹਨ ਅਨੰਤ ਰੂਪਾਂ ਵਿੱਚ ਇਹ ਤੇਰਾ ਹੀ ਸਰੂਪ ਮਹਾਰਾਜ ਸਾਰਿਆਂ ਚ ਹੇ ਨਾਰਾਇਣ ਮੈਂ ਵੇਖਣਾ ਕਰਾਂ ਅੰਤ ਰਹਿਤ ਹੈ ਸਰੂਪ ਤੇਰੇ ਧਾਰੇ ਹੋਏ ਆ ਸਾਰਿਆਂ ਜੀਆਂ ਜਨਤਾ ਦੇ ਅੰਦਰ ਤੇਰੇ ਸਰੂਪ ਨੂੰ ਵੇਖੀਏ ਅੰਤ ਰਹਿਤ ਹੈ ਮਾਰੇ ਰੂਪਾਂ ਤੋਂ ਆਕਾਰਾਂ ਤੋਂ ਹੇ ਨਾਰਾਇਣ ਤੇਰਾ ਸਰੂਪ ਤੂੰ ਅੰਤ ਤੋਂ ਰਹਿਤ ਹੈ ਮਹਾਰਾਜ ਸੱਚੇ ਆਨੰਦ ਸਰੂਪ ਹੇ ਨਾਰਾਇਣ ਤੇਰੇ ਦਰਸ਼ਨਾਂ ਨੂੰ ਕਰੀਏ ਸਾਡੇ ਤੇ ਕਿਰਪਾ ਕਰੋ ਪਰ ਧਨ ਪਰ ਦਾਰਾ ਪਰ ਹਰੀ ਇਹ ਮਹਾਰਾਜ ਪਰਮੇਸ਼ਰ ਕਿਹਨਾਂ ਦੇ ਨੇੜੇ ਰਹਿੰਦਾ ਜੇ ਕੋਈ ਪੁੱਛੇ ਤਾਂ ਭਗਤ ਨਾਮਦੇਵ ਜੀ ਕਹਿੰਦੇ ਹਨ ਪਰ ਧਨ ਪਰ ਦਾਰ ਪਰ ਹਰੀ ਬੀਬੀ ਪਰ ਧਨ ਪਰ ਦਾਰ ਪਰ ਹਰੀ ਜਿਨ੍ਹਾਂ ਲੋਕਾਂ ਨੂੰ ਪਰਾਇਆ ਧਨ ਛੱਡ ਦਿੱਤਾ ਪਰਾਏ ਧਨ ਦੀ ਲੋੜ ਨਹੀਂ ਰੱਖਦੇ ਕਿਸੇ ਦਾ ਖੋਹਦੇ ਨਹੀਂ ਖੀਂਦੇ ਨਹੀਂ ਮਾਲਕੀ ਨਹੀਂ ਕਰਦੇ ਤੇ ਪਰਾਈਆਂ ਇਸਤਰੀਆਂ ਨੂੰ ਆਪਣੀਆਂ ਮਾਵਾਂ ਦੀ ਨਿਆਈ ਸਮਝਦੇ ਹੈ ਤਿਆਗ ਕਰਤੀਆਂ ਹਨ ਜਿਨ੍ਹਾਂ ਨੇ ਤਾਕਾ ਨਿਕਟ ਬਸੈ ਨਰ ਹਰੀ ਉਹਨਾਂ ਦੇ ਨੇੜੇ ਨਰਾਂ ਨੂੰ ਹਰੇ ਕਰਨ ਵਾਲਾ ਪਰਮੇਸ਼ਰ ਹਰ ਵਕਤ ਅੰਗ ਸੰਗ ਵਸਦਾ ਹੈ ਜਿਹੜਾ ਪਰਾਏ ਧਨ ਨੂੰ ਨਹੀਂ ਖੋਹਦਾ ਖਿੱਚਦਾ
लोभ करदा ते पराइया स्त्रियों नूं मावां समझदा है, उन्हां दे नेड़े महाराज साहब वसदे अंग संग रहिंदे हन। जो ना भजंते नारायण जिहड़े भाई नारायण ना नहीं आ विद्या रूपी राज जिस नारायण च, उस परमेश्वर का भजन जेड़े नहीं पुरख करदे, इनका मैं ना करूं दर्शन। मैं तो उन्हें दर्शन नहीं करना चाहुंदा, उन्हें दर्शन करके परमेश्वर भुल जांदा, इस करके मैं नहीं उन्हें दर्शन करना चाहुंदा। रहाओ जिनका भीतर है अंतरा, जिन्हां दे अंदर परमेश्वर दे भजन सिमन दा फर्क पिया होया है, भेद बुद्धि है। जैसे पास तैसे ओए नरा, ओ जेहे जे पशु हुंदे आ इस प्रकार दे आदमी, सिंगा ते पूछा तो बिना पशु हन आदमी ओ जेड़े ऐसे पुरखन गे। भोजन इसे प्रकार निंद्रा भोजन भोग पाए पस पुरख समान, नरन ज्ञान जगता ज्ञान बिना पहचान। परणवत नाम देव नट है बिना, परणवत नाम देव जी कहिंदे हन नक है बिना, जिमें नक तो बगैर होवे ना सोहै बत्तीस लखना, बत्ती लक्षणा वाला शोभा नहीं पाउंदा है, है तेरे को वाह कुर्बान जाइए तेरे भाई, बत्ती लक्षणा वाला शोभा नहीं पाउंदा, बत्ती लक्षण सुंदर होवे, सलज सहज लज्जा दे नेत्र होण, खिमा होवे, धीरज होवे, शांति होवे, क्रोध तो हीना होवे, जति होवे, धर्मी होवे, सासी हठी होवे, सूरमा होवे, कामहीन होवे, क्रोधहीन होवे, लोभहीन होवे, निंदा रहत होवे, इत्यादिक बत्ती लक्षण गिने हैं। ओ बत्ती लक्षणा वाला होवे पर नक तो बिना होवे ओ शोभा नहीं पाउंदा है। इसे प्रकार पंजे ज्ञान इंद्रिये रोके हुए होण, पंजे कर्म इंद्रिये दमन किते हुए होण, पंजे विषय त्यागे होण, ते पंजे वकार छड़े होण काम आदिक भी इह, ते पंजे प्राणा निरोध करन वाला होवे, ते पंजे तत्तां दी धारणा करन वाला होवे, ती इह। इसे प्रकार साध संगत जी खिमा ते शांति होवे, ए बत्ती लखण वाला भावा होवे, पर परमेश्वर दे जस रूपी नक तो बिना ने जेड़ा ਉਹ ਸੋਭਾ ਨਹੀਂ ਪੁਰਖ ਪਾਉਂਦਾ ਹੈ। ਦੂਧ ਕਟੋਰੇ ਗੜਬੈ ਪਾਣੀ, ਇੱਕ ਵਾਰ ਦੀ ਗੱਲ ਹੈ ਕਿ ਕਬੀਰ ਭਗਤ ਨਾਮਦੇਵ ਜੀ ਦਾ ਜੋ ਨਾਨਾ ਸੀ, ਇਹਨਾਂ ਦੇ ਪਿਤਾ ਨਹੀਂ ਸਨ ਅਤੇ ਨਾਨੇ ਦੇ ਘਰ ਦੇ ਵਿੱਚ ਪਲੇ ਸਨਗੇ, ਮਾਤਾ ਜੀ ਉੱਥੇ ਹੀ ਰਹਿੰਦੇ ਰਹੇ ਇਹਨਾਂ ਦੀ। ਸੋ ਨਾਨਾ ਮਾਤਾ ਪਿਓ ਕਹਿੰਦੀ ਸੀ ਤੇ ਉਹਦੀ ਰੀਸ ਦੇ ਨਾਲ ਮਾਂ ਦੀ ਨਾਲ ਆਪਦੇ ਨਾਨੇ ਨੂੰ ਪਿਓ ਕਰਕੇ ਕਿਹਾ ਕਰਦੇ। ਇਸ ਪ੍ਰਕਾਰ ਇਹ ਬਚਨ ਕਹਿੰਦੇ ਹਨ। ਭਾਈ ਗੁਰਦਾਸ ਜੀ ਲਿਖਿਆ ਕੰਮ ਕਿਤੇ ਪਿਓ ਚੱਲਿਆ, ਨਾਮਦੇਵ ਨੂੰ ਆਖ ਸਜਾਇਆ, ਠਾਕੁਰ ਦੀ ਸੇਵਾ ਕਰੀ, ਦੁੱਧ ਪਿਆਵਣ ਕਹਿ ਸਮਝਾਇਆ। ਇਸ ਪ੍ਰਕਾਰ ਇਹ ਮਾਤਾ ਦਾ ਪਿਤਾ ਸੀ। ਸੋ ਉਸ ਨੇ ਕਿਹਾ ਤੂੰ ਰੋਜ਼ ਕਹਿੰਦਾ ਮੈਂ ਠਾਕੁਰਾਂ ਦੀ ਪੂਜਾ ਕਰਨੀ ਹੈ, ਅੱਜ ਨਾਮ ਦੇ ਮੈਂ ਗ੍ਰਾਂ ਚੱਲਿਆ ਤੇ ਤੂੰ ਲੈ ਠਾਕੁਰਾਂ ਦੀ ਪੂਜਾ ਕਰੀ। ਦੂਧ ਕਟੋਰਾ ਗੜਬੈ ਪਾਣੀ, ਨਾਮ ਦੇ ਵਿਚਾਂ ਚਾਹ ਦੇ ਨਾਲ ਅੰਮ੍ਰਿਤ ਵੇਲੇ ਤੜਕੇ ਨਾਮ ਦੇ ਇਸ਼ਨਾਨ ਕਰ ਕਪਲ ਗਾਇ ਦੋ ਕੇ ਲੈ ਆਇਆ। ਇਸ਼ਨਾਨ ਕਰਕੇ ਨਾਮਦੇਵ ਜੀ ਕਪਲਾਂ ਗਊ ਦਾ ਦੁੱਧ ਚੋ ਕੇ ਲੈ ਕੇ, ਦੁੱਧ ਕਟੋਰਾ ਗੜਬੈ ਪਾਣੀ, ਦੁੱਧ ਕਟੋਰੇ ਚ ਪਾ ਲਿਆ ਤੇ ਗੜਬੇ ਚ ਪਾਣੀ ਪਾ ਲਿਆ। ਧਾਰਨਾ ਪੜਨ ਵੇ ਬਾਬੇ ਨੰਦ ਸਿੰਘ ਜੀਏ, ਕਪਲ ਗਾਏ ਨਾਮੈ ਦੋਹੇ ਆਨੀ, ਅਤੇ ਕਪਲਾਂ ਜਿਹੜੀ ਕਾਲੇ ਰੰਗ ਦੇ ਥਾਣਾ ਵਾਲੀ ਗਊ ਸੀ ਉਹ ਚੋ ਕੇ ਲਿਆਂਦੀ ਨਾਮਦੇਵ ਨੇ। ਦੁੱਧ ਪੀਓ ਗੋਬਿੰਦੇ ਰਾਜਾ, ਕਹਿਣ ਲੱਗਾ ਹੇ ਗੋਬਿੰਦ ਰਾਜਾ ਜੀ ਦੁੱਧ ਮੇਰਾ ਪੀਣਾ ਕਰੋ, ਦੁੱਧ ਪੀਓ ਮੇਰੋ ਮਨ ਪਤੀਆ, ਮੈਨੂੰ ਵੀ ਮਨ ਚ ਭਰੋਸਾ ਆ ਜੇ ਵੀ ਤੁਸੀਂ ਪੀ ਲੈਂਦੇ ਹੋ ਦੁੱਧ, ਇਹ ਮੈਨੂੰ ਅਜਮਾਇਸ਼ ਕਰਨੀ ਚਾਹੁੰਦਾ ਹੈ ਮੇਰਾ ਨਾਨਾ, ਇਸ ਕਰਕੇ ਦੁੱਧ ਪੀਣਾ ਕਰੋ ਜੀ, ਮੇਰੇ ਮਨ ਚ ਭਰੋਸਾ ਆ ਜੇ ਕਿ ਤੁਸੀਂ ਪੀ ਲੈਂਦੇ ਹੋ। ਨਾਹੀ ਤਾਂ ਘਰ ਕੋ ਬਾਪ ਰਿਸਾ, ਨਹੀਂ ਤਾਂ ਘਰ ਵਾਲੀ ਮਾਂ ਦਾ ਬਾਪੂ ਹੈ ਜਿਹੜਾ ਮੇਰਾ ਨਾਨਾ, ਉਹ ਗੁੱਸਾ ਕਰੇਗਾ ਤਾਂ ਠਾਕੁਰਾਂ ਨੂੰ ਭੋਗ ਨਾ ਲਗਾਇਆ,
दुध नहीं पियाया है। रहाओ सोयन कटोरी अमृत भरी। उस वेले साध संग जी कहन लगा वेखो मारा ओहो सोयने की कटोरी है जेड़ी मेरा नाना कटोरी थानू पियादा हुंदा सी ते अमर दुध दे नाल भरी हुई है। लै नाम हर आगे तरी। नाम दे लै के हरी दे अगे रख दित्ती। एक भगत मेरी हिरदा बस ऐ। उस वेले नामदेव जी दी पीती ना कटोरी ना पीण तो कहन लगा हो मेरे च कोई नुक्स है। उस वेले नामदेव कटारी आपदे पेट च मारन लगा। उस वेले मूर्ति विचों प्रगट हो के अंतरजामी हस पे। जिस वेले हस पे कहिंदा हसदे हो मेरा दुध क्यों नहीं पींदे। कहिंदे नामिया मूर्तियां नहीं पींदियां। कहन लगे मैं तां नहीं मूर्ति नूं पियांदा जिहड़ा तूं बोलदा उहनूं पियाउणा मैं। उस वेले महाराज प्रतख हो के इसदा दुध पी लिया। मल्लो मल्ली नामदेव नूं कटोरी खो के कहिंदा नाना आशीर प्रसाद हुंदा सी हुण सारा पी जाने ओ दिंदे नहीं। खो के आपदे मूंह नूं ला लिया। दिब दृष्टि जाग पी सारे परमेश्वर की जोत दिसन लागी। इस प्रकार लै नाम हर आगे हरी दे अगे लै के नाम दे दुध की कटोरी रख दिती। एक भगत मेरे हिरदा बस है। उस वेले कहन लगे भाई तू हुण प्राण आपदे बारन लगा भगता। एक भगती मेरे हिरदे च भगवान ने कहा हे लक्ष्मी बसदे हन। नामे देख नारायण हसै। ये नामदेव दी भगती वेख के नारायण जी हस पे मुस्कुरा के दुध पी लिया। दूध पिया ए भगत घर गया। इस प्रकार दुध पिया के भगत अपने घर भी चलिया गया। नामे हर का दर्शन भया। क्यों नामदेव नु सरगुण स्वरूप हरी दा इस प्रकार साध संगत जी दर्शन होया। इसे प्रकार इस दूध कटोरा गड़वा पानी। हे सच्चे पातशाह जी निष्काम कर्मा रूपी दुध सरदा रूपी कटोरे च मेरे पाया होया है। गड़वा पानी अगे अंताकरण रूपी गड़वे च प्रेम रूपी पानी है। कपल गाए नाम दोहे आनी। कपल गाँव की नहीं जेड़ी बुद्धि है एदे चो जेड़े निष्काम कर्म है ये चो के लियाना कीती है। दूध पियो गोविंद राय। ये गोविंद पृथ्वी दे राजा परमेश्वर निष्काम कर्मा नु मेरा दुध पीना करो। दूध पियो मेरो मन पतिया। मेरे मन च भरोसा आ जे मारा निष्काम कर्मा नु भी दुध पीना करो। नाही ता घर को बाप रिसा। नाही ता घर शरीर दा बापू कौन ईश्वर ओ नाराज होवेगा कि तैं मेनू सख्यात जान के भोग नहीं लगाया। रहाओ सोयन कटोरी अमृत भरी। उस वेले सोयन कटोरी सोयने की कटोरी शुद्ध अमता करन रूपी कटोरी अमृत निष्काम करन रूपी दुध दे नाल भर दिती। लै नाम हर आगे तरी। लै के नामदेव जी महाराज दे सन्मुख रख दिती। एक भगत मेरे हिरदा बसै। कहन लगा जी एक जेड़े भगत तेरे ए मेरे मन च भगती करन वाले भगत वसदे है। महाराज ने प्रतख हो के कहा एक भगती साडे हिरदे च हर वक्त बसदे है इन्हां नूं असीं कदे विसारदे नहीं हां। नामे देख नारायण हसै। क्यों नामदेव जी नूं वेख के नारायण इन्नी प्रेमिया भगती वेख के हस पए। दूध पिया ए भगत घर गया। इस प्रकार दुध निष्काम कर्म भी पिया के ते भगत जिहड़ा सी अपने घर स्वरूप च स्थित हो गया जाके। नामे हर का दर्शन भया। इस प्रकार भगत नामदेव जी नूं हरी दे दीदार होए साध संगत जी। इस प्रकार हुण टाइम हो गया भोग दा इत्थे समाप्ति करिए। दूध पिया भगत घर गया। नामे हर का दर्शन भया। वाहिगुरु जी का खालसा वाहिगुरु।
सतगुरु जी साजी नवाज जी गुरु खालसा साहब संगत जी सतगुरु कलगीधर दसम पातशाह का अज ज्योति जोत समाउण का गुरपुरब है। जिस सतगुरु सच्चे पातशाह जी ने 42 साल की उम्र विच बड़े बड़े सच्चे पातशाह जी नूं उपकार कीते, पहला सब तो गुरु तेग बहादुर साहब जी नूं हिंद की रक्षा वास्ते बेनती की, जो कश्मीरी ब्राह्मण आए सन कि महाराज भावे साढ़ी 9 साल की अवस्था है पर जे आप दी कुर्बानी करके हिंदू धर्म बच जाए तो आप शीश दो जाके। सुन के गुरु तेग बहादुर साहब ने कहा थानू परखदे ही सी बड़ा ठीक तुसी हुण सारा खालसे पंथ नूं सजाओगे अते मुल्क की रक्षा करोगे, लो सिखी की बाग डोर थानू असी पड़ा पचा हुण संभाल के आप जाके शीश दिने हां। ये सब तो पहला मारन सारे मुल्क के हिंद वासियों से यह उपकार किया गुरु गोबिंद सिंह साहब महाराज जी ने। फिर सतगुरु महाराज साहब जी ने जिन्हें सियाने कवि पंडित विद्वान सी औरंगजेब उन्होंने मुसलमान बनाना चाहता सी वह डरदे गुरु महाराज साहब की शरण में आ गए अपने धर्म की रक्षा करने वास्ते, उन्हों की सतगुरु साहब जी पालना की सार संगत जी जिन्हों विचों भाई नंद लाल जी ने कुरान शरीफ के महीना एक नहीं सी ये 1400 अलमा विद्वान आता भाई नंद लाल जी के कर देन तो इन्हू मुसलमान बनाना चाहिए। भाई नंद लाल जी गुरु गोबिंद सिंह साहब जी भज के आके शरण आके बचे सी, होर कोई उपाय नहीं दिखता क्यों गुरु साहब जी सारे दे धर्म की रक्षा करते सन। इसे प्रकार साहब संगत जी होर बड़े बड़े विद्वान से पंडित सन रघो राव आदिक और बहुत सारे विद्वान जेडे सन जिन्हों औरंगजेब मुसलमान बनाना चाहता सी सारे नू गुरु महाराज साहब की शरण आके रहना पिया। जिन्हों पंडितों विचों विद्वानों विचों साध संगत जी बड़े बड़े कवि 52 कवि गुरु साहब की हजूरी च आके रहे सतगुरों का जस उचारण किया गरीब नवाज ने और जिन्हें सारे संस्कृत दे अरबी फारसी दे पुस्तक सन सारे का उल्था देश भाषा च कराया सी। और जदों सरसे के साथ सभी जंग होया और जंग दे विचों जिल्द नहीं सी बजी हुई विद्याधर जिस ग्रंथ का नाम सी वह सारा उत्थे खेरू खेरू हो गया सी। 12 पत्रे भाई संतोख सिंह 62 पत्रे कितों मिले सन जेडे उन्होंने 5वीं रुच कवियां दे कवित मारा दे जस दे लिखे हम साध संगत जी। इस प्रकार सतगुरु जी ने विद्या का भी बड़ा भारी उपकार किया। सतगुरु चौथी पातशाह ने सारे मुल्कां दे मत मतांतरां नूं वेख वेख के सतगुरु अंतरयामी केशव दास वर्गे पंडित जिहड़े काशी दे विचों महाराज दी हजूरी च आए कहिंदे सी देवी सिद्ध कर सकते हैं, उन्हां दे कहण तों कि महाराज देवी सिद्ध करनी बड़ी औखी है हजूर ने 125,000 उस वक्त माया इस नूं केशव दास नूं दित्ती कि लै प्रगट करके तूं दिखा। केशव दास ने की प्रगट करनी सी हमन 13 महीने करदा कराउंदा रहा। अखीर साहब संगत जी जिस वक्त चौधरी पातशाह ने परखिया पंडित जी की कारण है उस वेले पंडित जी कहन लगे जी देवी अजकल हुणे प्रगट होण वाली है मैं इशनान करिया वा। इशनान दे बहाने उथों पहाड़ी तों उतरे आया जदों गुरु महाराज साहब सच्चे पातशाह जी ने और सारी हवन की समगरी सारी सिर दिती उदो सारे पहाड़ों च बड़ी भारी रोशनी हुई ते अकाल पुरख वाहिगुरु की ज्योत जो अकाल पुरख की रक्षा हमने सर्वलोह की रक्षा हमने सर्वकाल जी रक्षा हमने सर्व ज्योति लोह जी की सदा रक्षा हमने ओ ज्योति स्वरूप दिव्य रूप गुरु कलगीधर महाराज साहब जी ने सख्यात करके अकाल पुरख की आग्ञा प्राप्त की जिसके चरणों करोड़ा देवियां पूजदियां। भाई नंद लाल जी ने कहा 7,000 राम कृष्ण 7,000 देवियां सैकड़े हजार रामचंद्र कृष्ण आदिक सैकड़े हजार देवियां चंडियां आदिक जिस गुरु गोबिंद सिंह साहब के चरणों केसा न झाक दया वह कलगीधर गुरु गोबिंद सिंह साहब सच्चे पातशाह गरीब नवाज भाई नंद लाल जी देखने वाली उगाही लिखते आपकी कि इस प्रकार गुरु साहब जी ने चोज किए सन कौंदर किए सन उस वक्त सिख वक्त का सिख है जेड़ा उगाही दे रहा फारसी के कविता उचार के महाराज का इन्हों ने बड़े सुंदर एक तो तशीफो सुनाह बनाया है। इस प्रकार साध संगत जी गजलां बनाईया भाई नंद लाल ने
अठ पुस्तकां भाई साहब दियां हन, जिन्हां विचों पंज क छपे जाणियां होईयां, बाकी अजे गुप्त हनी आ। ये बड़े विद्वान फारसी अरबी दे होए हन, उन्होंने जिवें जिवें महाराज दे कौंदक देखिया करदे उस प्रकार लिखिया करदे। फिर सतगुरु जी ने जदों खालसा पंथ पैदा किया है, उस वेले श्री साहब नाल पंजां सिखां दे सिरां नूं सच्चे पातशाह जी ने परख के इन्हां नूं अमृत छका के सच्चे पातशाह ने खालसा रूप सजाया है। ते खालसे रूप नूं बना के इन्हूं कहा वाहिगुरु जी का खालसा वाहिगुरु जी की फतेह। इन पंथ नूं रच के सच्चे पातशाह जी ने यह भर दिता पंथ नूं, सवा लाख से एक लड़ाऊं तवै गोबिंद सिंह नाम कहाऊं। ये जो जी पातशाह गरीब नवाज जी ने कौंतर किते, करामात नूं कहर समझते रहे, शरीरक बल दे नाल सच्चे पातशाह कौंतर करते रहे हैं। इस प्रकार खालसा पंथ दे अंदर एडा बल भरिया, जिहड़ी 11 सदियां की हुकूमत सी, जिस हुकूमत ने कुल दुनिया नूं कब्जे कर छड़िया सी, जिन्हों चाहते सी मुसलमान बना लेंदे सी, जिसनों चाहते सन उन्हां नूं कतल कर देंदे सन, शरमत वर्गे फकीर करके कतल करके भी नहीं सी रचे। उस हुकूमत नूं कलगीधर सच्चे पातशाह जी ने 35,000 सिंघां दे मुकाबला करा के उस हुकूमत जिहड़ी जड़ सी खारे समुंदर च पा दित्ती सार सच्चे जी। इस प्रकार मुल्क दे अंदर धर्म का प्रचार किया गुरु कलगीधर जी ने। ये बड़े भारी उपकार किए सतगुरां ने, जिन्हां दे कौंते को गुण कहे नहीं जा सकते। फिर अपनी सरबंस कुरबान की चारे साहब जादे बारे, जदों गुरु महाराज साहब दादू द्वारे आए है, उस वेले जैत राम साहब ने पुछया कि महाराज जंगा का काम यह होंगे, देखो साहब जादे शहीद हो गए। महाराज ने कहा जैत राम ने तो माता धन है, जिन्होंने धर्म वास्ते कुरबानी की है, उन्होंने मरे न जाणो, वो सदा जिंदे हन गे। इस प्रकार जदों बचन मारन कहे जैत राम ने गुरु साहब के चरण पकड़ ले। इस प्रकार साहब संगत जी महाराज जी ने कौंतर किए, धर्म की रक्षा की, मुल्क की रक्षा की, कुरबानी दे के अपने परिवार नूं वार करके सच्चे पातशाह धर्म की रक्षा की, माता पिता साहब जादे वार ना किते, लखां सिंघां नूं शहीद करके मुल्क की रक्षा की, करामात नूं कहर कहिंदे रहे। इस प्रकार साहिब हुकमां वर्गे महाराज के जरनैल जो 25,000 के औरंगजेब के भेजे से वह चरणों के साधक बन गए, तलवार छड़ के गुरु साहब के मुरीद बन गए। यह जो गुरु साहब की अकरखण शक्ति सी सार संगत जी, जिवें चाहते सच्चे पातशाह कर लिया करते। वह चौजी पातशाह के गुण किसे कवि की रचना की कह सकती है, ब्यंग गुणा के मालिक सतगुरु चौजी पातशाह जी ने। अज साध संगत जी 1:30 पैर जो रात रही सी, सारी रात संगतां नूं जागरा किया, 1:30 पैर रात रही सतगुरु साहब जी ने सारे पंथ दे ताई बुला करके 2200 सिंह पंजाब दा नाल सतगुरां दे सी, ते बाकी मराठे सिंह 5000 उत्थों सिंह सज गए सन। वह सारे दा दीवान सजा के महाराज साहब जी ने संगत दे ताई गुरु ग्रंथ साहब नूं गुरियाई दे के वचन कीता, असीं हुण जोती जोत समाउणा चाहुंदे हां। जिस वक्त सिंघां नूं कहा, सिंह बहुत विराग च आ गए, दूरों दूरों दर्शन करने वास्ते, जिस पीर च शक्ति सिद्ध से, पीर विच अवतार च शक्ति सी, वह सारे 9 नाथ 84 सिद्ध गोरखनाथ समेत सारे दर्शन करने वास्ते आए। ब्रह्मा आदिक शिवजी आदिक सारे अपने सवारियां ते चढ़ के गुरु साहब के दर्शन करने वास्ते आए। गुरु महाराज साहब सचखंड च बैठे हैं, जिथे वड्डा निशान लगा होया है, उथे आप जी का दीवान सजा होया है, सब संगतां नूं खुले दर्शन दे रहे हैं सच्चे पातशाह। 1:30 पैर रात रही तोहफे महाराज ने सने केसरी स्नान कर लिया, सने केसरी स्नान करके सारे सिंघां नूं कहा कि भई सोग नहीं करना, गुरबाणी नूं पढ़ना सुनना, ते शस्त्रधारी रहना सिंघां ने, जथेबंद रहना। यह बचन महाराज साहब जी ने करके उस वक्त कहा कि हुण असीं ज्योति जोत समाउणा चाहुंदे हां। आप कलगीधर जी ने अपने हथ विच श्री साहब पकड़ के अरदास की, जिस प्रकार सद विच आउंदा है सतगुरु की बेनती पाई, हर प्रभु सुनी अरदास जी हो, क्यों ज्योति जो समाउण वेले सतगुरु जी सारे सतगुरु अरदास करिया करते। अरदास करके सच्चे पातशाह राजियां सिंघां नूं आग्या की कि राजी सिंह साडा यह पिछाका हुण इहो ही शरीर नाल रहेगा, होर ख्याल नहीं करना। महाराज ने कहा पछाण, असी इशनान भी कर लिया है, सब वस्त्र भी पहन लिए हैं, सारे शस्त्र भी पहन रहे हैं,
ਸਿੰਘਾਂ ਨੂੰ ਕਿਹਾ ਤੁਸੀਂ ਕੀਰਤਨ ਕਰਦੇ ਨਾਲ ਨਾਲ ਸਾਡੇ ਚੱਲੋ। ਉੱਥੋਂ ਨਿਸ਼ਾਨ ਸਾਹਿਬ ਦੇ ਕੋਲੋਂ ਜਿਹੜਾ ਵੱਡਾ ਨਿਸ਼ਾਨ ਹੈ ਉੱਥੋਂ ਮਹਾਰਾਜ ਸਾਹਿਬ ਜੀ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਹੈ ਤਖ਼ਤ 'ਤੇ, ਉਹਦੇ ਨਾਲ ਅੰਗੀਠਾ ਜੋ ਬਣਿਆ ਹੋਇਆ ਸੀ ਚੰਨਣ ਦਾ, ਉਸ ਕਨਾਤ ਲੱਗੀ ਸੀ ਜਿਹਦੇ ਉਲਾੜੇ, ਉੱਥੋਂ ਤੱਕ ਕੀਰਤਨ ਸਿੰਘ ਕਰਦੇ ਆਏ ਆ। ਉਹ ਜੀਵਨ ਪਦਵੀ ਪਾਈ ਕੀਤਾ ਉਮਰ ਪੁਰਖ ਵਧਾਤਾ ਸੰਤਨ ਕੀ ਸਰਨਾਈ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਦੇ ਨਾ ਭਇਓ ਦਰਾਈ, ਇਹ ਕੀਰਤਨ ਕਰ ਰਹੇ ਹਨ ਤੇ ਗੁਰੂ ਸਾਹਿਬ ਨਾਲ ਨਾਲ ਸੰਗਤ ਦੇ ਆਉਂਦੇ ਹੈ। ਜਦੋਂ ਕੀਰਤਨ ਦਾ ਭੋਗ ਪਾਇਆ ਉਸ ਵੇਲੇ ਸੰਗਤ ਨੂੰ ਕਿਹਾ ਮਹਾਰਾਜ ਇੱਥੇ ਕਨਾਤ ਤੋਂ ਬਾਹਰ ਸੰਗਤ ਟਿਕੋ ਤੇ ਅਸੀਂ ਹੁਣ ਤਿਆਰਾ ਹੈ ਸਾਡਾ ਸੱਚਖੰਡ ਨੂੰ ਜਾਣਾ ਚਾਹੁੰਦੇ ਹਾਂ। ਇਹ ਬਚਨ ਕਹਿ ਕੇ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਸਾਰਿਆਂ ਸਿੰਘਾਂ ਨੂੰ ਦਰਸ਼ਨ ਦੇ ਰਹੇ ਹੈ। ਸਿੰਘ ਭੱਜ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਛੋਣਾ ਚਾਹੁੰਦੇ ਹੈ। ਮਹਾਰਾਜ ਦਾ ਆਕਾਰ ਦਿਸਦਾ ਹੈ ਪਰ ਚਰਨ ਨਹੀਂ ਪਕੜੇ ਜਾਂਦੇ। ਸਾਰੇ ਹੈਰਾਨ ਹਨ ਕਿ ਚਰਨਾਂ ਨੂੰ ਹੱਥ ਕਿਉਂ ਨਹੀਂ ਲੱਗਦਾ। ਮਹਾਰਾਜ ਸਾਹਿਬ ਨੇ ਕਿਹਾ ਖਾਲਸਾ ਜੀ ਇਹ ਤਾਂ ਸਾਡਾ ਆਕਾਰ ਨਿਰਾਕਾਰ ਹੀ ਹੈ ਅਤੇ ਤੁਹਾਡੀ ਭਾਵਨਾ ਕਰਕੇ ਸਰਵਣ ਸਰੂਪ ਧਾਰ ਕੇ ਤੁਹਾਨੂੰ ਦਰਸ਼ਨ ਦਿੱਤੇ ਹੈ। ਖਾਲਸਾ ਪੰਥ ਪੈਦਾ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਗੁਰਦਾ ਬਖਸ਼ੀ ਹੈ ਅਤੇ ਪੰਥ ਦੇ ਤਾਂ ਹਮੇਸ਼ਾ ਲਈ ਧਰਮ ਦੇ ਰੱਖਿਆ ਕਰਨ ਵਾਸਤੇ ਪੈਦਾ ਕੀਤਾ ਹੈ ਅਤੇ ਸਦਾ ਵਾਸਤੇ ਖਾਲਸਾ ਜੀ ਮਿਲ ਕੇ ਰਹਿਣਾ, ਆਪੋ ਵਿੱਚ ਵੈਰ ਭਾਵ ਨਹੀਂ ਕਰਨਾ ਤੇ ਗੁਰੂ ਕਾ ਲੰਗਰ ਚਲਾਉਣਾ, ਗੁਰਬਾਣੀ ਨੂੰ ਪੜ੍ਹਨਾ, ਗੁਰੂ ਗ੍ਰੰਥ ਸਾਹਿਬ ਤੇ ਯਕੀਨ ਰੱਖਣਾ, ਇਹ ਸਾਡੀ ਸਿੱਖਿਆ ਚੇਤੇ ਰੱਖਿਓ ਤੇ ਨਾਲ ਇਹ ਚੇਤੇ ਰੱਖਿਓ ਸਾਡਾ ਅੰਗੀਠੀ ਵਾਲੀ ਜਗ੍ਹਾ ਨਹੀਂ ਕਿਸੇ ਨੇ ਬਣਾਉਣੀ, ਇਹ ਜਗ੍ਹਾ ਨਹੀਂ ਇੱਥੇ ਬਣਾਉਣੀ, ਇਹ ਚੇਤੇ ਰੱਖੋ ਜਿਹੜਾ ਬਣਾਵੇਗਾ ਉਹਦੀ ਕੁੱਲ ਨਹੀਂ ਰਹੇਗੀ। ਐਡੇ ਸਤਿਗੁਰੂ ਲੋਕ ਆਪਣੇ ਸਰੀਰਾਂ ਦੀਆਂ ਹਾਲਤਾਂ ਵਾਸਤੇ ਅੰਤ ਵੇਲੇ ਦੀਆਂ ਜਗ੍ਹਾ ਲੋਕ ਬਣਾਉਣ ਦੇ ਕਿੰਨੇ ਯਤਨ ਕਰਦੇ ਹੈ ਪਰ ਗੁਰੂ ਮਹਾਰਾਜ ਸਾਹਿਬ ਨੂੰ ਅੰਤ ਜੋਤੀ ਜੋ ਸਮਾਉਣ ਵਾਲੇ ਥਾਂ ਬਣਾਉਣ ਦੀ ਵੀ ਇੱਛਾ ਨਹੀਂ। ਐਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਰਲੇਪ ਹਨ ਜਿਨ੍ਹਾਂ ਦੇ ਅੰਦਰ ਕੋਈ ਇੱਛਾ ਨਹੀਂ। ਇਹੋ ਹੀ ਗੱਲ ਹੋਈ ਸਾਧ ਸੰਗਤ ਜੀ ਜਿਸ ਵਕਤ ਅੰਗਰੇਜ਼ ਆਏ ਹਨ ਉਸ ਵਕਤ ਅੰਗਰੇਜ਼ਾਂ ਨੇ ਮਹਾਰਾਜ ਰਣਜੀਤ ਸਿੰਘ ਨੂੰ ਕਿਹਾ ਕਿ ਅਸੀਂ ਉਹ ਗੁਰਦੁਆਰਾ ਬਣਾਉਣਾ ਹੈ। ਮਹਾਰਾਜ ਨੇ ਕਿਹਾ ਕੁਲਾਂ ਕਿਹੜੀਆਂ ਰਹਿੰਦੀਆਂ ਕਿਸੇ ਦੀਆਂ, ਤੁਹਾਥੋਂ ਮੈਂ ਕਿਉਂ ਸੇਵਾ ਕਰਾਵਾਂ, ਮੈਂ ਜਿੱਥੇ ਹੋਰ ਗੁਰਦੁਆਰਿਆਂ ਦੀ ਸੇਵਾ ਕੀਤੀ ਹੈ ਮੈਂ ਹੀ ਗੁਰੂ ਸਾਹਿਬ ਦੇ ਸਥਾਨ ਦੀ ਸੇਵਾ ਕਰਾਂਗਾ, ਭਾਵੇਂ ਕੁਲ ਕਿਹੜੀ ਸਦਾ ਕਿਸੇ ਦੀ ਰਹਿਣੀ ਹੈ ਨਾ ਰਹੇ। ਮਹਾਰਾਜਾ ਰਣਜੀਤ ਸਿੰਘ ਅਨੁਸਾਰ ਸੰਗਤ ਜੀ ਉਹ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਹੈ ਉੱਤੇ ਸੋਨੇ ਦੇ ਕਲਸ਼ ਲੱਗੇ ਹੋਏ ਹਨ ਤੇ ਅੰਦਰ ਹਰਿਮੰਦਰ ਸਾਹਿਬ ਨੂੰ ਸਾਧ ਸੰਗਤ ਜੀ ਸੋਨੇ ਨਾਲ ਲੱਗਾ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਸੇਵਾ ਕਰਾਈ, ਉਹ ਸੇਵਾ ਕਰਾਉਣ ਤੋਂ ਬਾਅਦ ਮਹਾਰਾਜਾ ਦਰਸ਼ਨ ਕਰਨ ਆਇਆ ਹਜ਼ੂਰ ਸਾਹਿਬ ਦੇ, ਦਰਸ਼ਨ ਕਰਕੇ ਨਿਹਾਲ ਹੋਇਆ ਪ੍ਰਸੰਨ ਹੋਇਆ। ਇਸ ਪ੍ਰਕਾਰ ਸਾਧ ਸੰਗਤ ਜੀ ਵੇਖੋ ਦੁਨੀਆਂ ਦੇ ਅੰਦਰ ਗੁਰੂ ਸਾਹਿਬ ਐਡੇ ਅਚਾਹ ਹਨ, ਕਹਿੰਦੇ ਸਾਡਾ ਅੰਤ ਵਾਲਾ ਥਾਂ ਵੀ ਨਾ ਕੋਈ ਬਣਾਓ, ਇਹ ਸਿੱਖ ਐਸੇ ਆ ਕਹਿੰਦੇ ਸਰਵੰਸ ਕਿਹੜਾ ਰਹਿਣੀ ਹੈ ਦੁਨੀਆਂ, ਸਰਵੰਸ ਆਪਣੀ ਮਾਰ ਕੇ ਵੀ ਗੁਰੂ ਸਾਹਿਬ ਦੇ ਯਾਦਗਾਰਾਂ ਨੂੰ ਕਾਇਮ ਰੱਖਦੇ ਹਨ। ਇਹ ਹੈ ਸਿੱਖਾਂ ਦਾ ਪਿਆਰ ਗੁਰੂ ਸਾਹਿਬ ਦੇ ਨਾਲ। ਸੋ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਸ ਵਕਤ ਕਨਾਤ ਦੇ ਬੂਹੇ ਚ ਸਾਰੀ ਸੰਗਤ ਨੂੰ ਕਿਹਾ ਇੱਥੇ ਬੈਠ ਕੇ ਕੀਰਤਨ ਕਰੋ। ਆਪ ਮਹਾਰਾਜ ਚੰਨਣ ਦੀ ਚਿਖਾ ਜਿਹੜੀ ਬਣੀ ਸੀ ਸੌਵਣ ਚੰਨਣ ਦੀ ਚਿਖਾ ਸੀ ਉਹਦੇ ਤੇ ਵੀਰ ਆਸਣ ਹੋ ਕੇ ਬੈਠ ਕੇ ਸ਼ਸਤਰ ਪਹਿਰੇ ਹੋਏ ਨੇ ਸਤਿਗੁਰੂ ਜੀ ਦੇ। ਉਸ ਵਕਤ ਸਾਧ ਸੰਗਤ ਜੀ ਅਗਨੀ ਕਿਵੇਂ ਲੱਗ ਸਕਦੀ ਸੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਗਿੱਠੇ ਨੂੰ, ਸੰਗਤ ਨੂੰ ਆਗਿਆ ਹੋਈ ਉਸ ਵੇਲੇ ਸੰਗਤ ਕੋਈ ਅਗੀਠੇ ਨੂੰ ਸਾਧ ਸੰਗਤ ਜੀ ਅਗਨੀ ਲਾਉਣ ਦੀ ਸਮਰੱਥਾ ਨਹੀਂ ਸੀ ਕਿਸੇ ਨੂੰ। ਉਸ ਵੇਲੇ ਸਾਧ ਸੰਗਤ ਜੀ ਫਿਰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਭਾਈ ਸੰਤੋਖ ਸਿੰਘ ਨੇ ਅੰਗੀਠਾ ਲਾਏ ਨੂੰ ਅਗਨੀ ਲਾਈ, ਅਗਨੀ ਲਾਗੀ ਤੋਂ ਸਾਧ ਸੰਗਤ ਜੀ ਉਹ ਸਾਰੀ ਜਿਹੜੀ ਅੱਗ ਸੀ ਉਹ ਚਿਖਾ ਸੜ ਕੇ ਸਵਾਹ ਹੋ ਗਈ ਤੇ ਮਹਾਰਾਜ ਇੱਕ ਵੀ ਰੋਮ ਨੂੰ ਸੇਕ ਨਹੀਂ ਲੱਗਾ। ਉਸੇ ਤਰ੍ਹਾਂ ਬੈਠੇ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਉਸ ਵਕਤ ਸਾਧ ਸੰਗਤ ਜੀ ਹੁਕਮ ਕੀਤਾ ਕਿ ਭਾਈ ਸੰਤੋਖ ਸਿੰਘ ਜੀ ਇੱਥੇ ਰਹੇ, ਬਾਕੀ ਦੇ ਸੰਗਤ ਆਪੋ ਆਪਣੇ ਦੇਸ਼ਾਂ ਨੂੰ ਚਲੇ ਜਾਓ ਤੇ ਧਰਮ ਦਾ ਪ੍ਰਚਾਰ ਕਰੋ, ਧਰਮ ਦਾ ਯੁੱਧ ਕਰੋ, ਮੁਲਕ ਦੇ ਅੰਦਰ ਗਰੀਬਾਂ ਦੀ ਰੱਖਿਆ ਕਰੋ। ਇਹ ਵਚਨ ਕੀਤੇ, ਇੱਥੇ ਲੰਗਰ ਚੱਲੇ ਹਮੇਸ਼ਾ, ਜਗ੍ਹਾ ਨਾ ਬਣੇ। ਇਹ ਵਚਨ ਕਰਕੇ ਗੁਰੂ ਮਹਾਰਾਜ ਸਾਹਿਬ ਸਾਧ ਸੰਗਤ ਜੀ ਉਸ ਵਕਤ ਗਰੀਬ ਨਿਵਾਸ ਜੀ ਨੇ ਆਪਣੀ ਯੋਗ ਸ਼ਕਤੀ ਦੇ ਨਾਲ ਅਗਨੀ ਦਸਵੇਂ ਦੁਆਰ ਵਿੱਚੋਂ ਕੱਢੀ। ਉਸ ਅਗਨੀ ਦੇ ਨਾਲ ਚਿਖਾ ਜਿਹੜੀ ਸੀ ਸਾਧ ਸੰਗਤ ਜੀ ਲੱਟ ਲੱਟ ਕਰਕੇ ਮੱਚਣ ਲੱਗ ਗਈ ਤੇ ਆਪ ਜੋ ਜੀ ਪਾਤਸ਼ਾਹ ਆਕਾਸ਼ ਦੇ ਮਾਰਗ ਪੰਜ ਘੋੜਿਆਂ ਨੂੰ ਮਹਾਰਾਜ ਸਾਹਿਬ ਕਿਹਾ ਸੀ ਇਹਨਾਂ ਨੂੰ ਭਾਈ ਸਾਰਿਆਂ ਤੇ ਕਾਠੀਆਂ ਪਾ ਦਿਓ,
वो पंजा घोड़िया तवेले च काठिया पा खड़े किए सी। एक घोड़ा भी जिदे ते गुरु साहब जी खास सवारी का ख्याल रखते सी, वह कमैद घोड़ा सी जिदे घोड़े के अंदर काले रंग का भा पैंदा सी। अहिजा घोड़े जिहड़ा सी अलोप हो गया तवेले दे विचों। ते गुरु महाराज साहब सच्चे पातशाह जी ब्रह्मा आदिक जिन्ने सारे गुरु साहब नूं तक रहे आकाश च, विवाणा का चाननी चाननी प्रकाश हो रहा है। गुरु महाराज साहब जी उन्हां दे विच आप जिस वक्त पुजे गरीब नवाज, ते सारयां नूं महाराज दा निजम सी ना, सारयां नूं गुरु साहब नूं वाहिगुरु जी का खालसा वाहिगुरु जी की फतेह बुलाई। इस प्रकार गुरु साहब जी नूं सारयां दी फतेह प्रवान करके बवान दे उत्ते चढ़ के जिथों जिथों तक यह गमता सी उथों तक सारे पहुंचे, जिथे नहीं यह गमता सी उचा तांका दरबारा ब्रह्मा ब्रह्म लोक तक रहा, बाकी दे देवते आपो अपने लोगों तक रहे। फिर महाराज सादा स्वतंत्र जिहड़ा विवान सी वह सचखंड में जा रहा, सचखंड में जाके महाराज आपके सरगुण स्वरूप निराकार स्वरूप जैसी लीनता पाई, ज्यो जल में जलाए खटाना त्यो ज्योति संग ज्योत समाना। यह 1765 विक्रमी विच यह कारण किया। इउं ज्योति ज्योत महाराज साहब कत्तक सुदी पंचमी नूं वीरवार दिन सी, अज भी वीरवार दिन है, इस दिन गुरु महाराज साहब जी ज्योति ज्योत समाए सन। ऐतवार नूं गुरु साहब प्रगट होए सन, पोस दी सतवीं तिथि खाद ऐतवार प्रगटे गोबिंद सिंह पटने नगर में। ऐतवार वाले दिन अवतार धारिया सी, वीरवार वाले दिन महाराज ज्योति ज्योत समाए। इस प्रकार साध संगत जी, पर गुरु साहब जिस वक्त सिखां ने अंगीठा सवेरे फोलिया उस विचों हजूर साहब वाले कहिंदे इक करद निकली है, छोटी करद जिहड़ी सी उस तों बगैर अंगीठे चों कोई शरीर का चिन्ह नहीं दिसिया। हैरान हो गए सिख विराग दे विच आ के। इस प्रकार साध संगत जी, फिर गुरु साहब जी जिथे जिथे सिख राह दे दर्शन दिंदे रहे है। एक साध पंजाब चों दर्शन करन आ रहा सी, ओनू दर्शन महाराज साहब ने दिते ते कहा कमैद घोड़ा साडे पास आ गया, संगत कोई संसा ना करे। इसे प्रकार महाराज जी ने कड़ा प्रसाद जिहड़ा अरदास कीता सिखां ने, वह कटोरा साहब दिता गया, कह दिओ वी साडे कोल प्रसाद आ गया है। इस प्रकार काउंटर कीते। फिर गुरु साहब जी दे ज्योति ज्योत समाउण तो काफी सालां दे बाद साध संगत जी जनवारे दे राजे जिहड़े सन उन्हां नूं सितारे दे किले च पातशाह नूं उस दिन कैद कर लिया सी। वह एक सिख सुखनी साहब का पाठ करता सी जिहड़ा ड्यूटी ते सी सिपाही, उन्हूं पुछिया भी हुण भी साडी मत हो सकदी है, तूं बाणी पढ़ना है, सतगुर सिख के बंधन कट है। कहण लगा हां गुरु साहब हाजिर नाजिर है। इन्हां ने कहा साडे बंधन भी छुड़ाओ, लोहे दीआं बेड़ियां पईआं होईआं है। इन्हें कहा तुसीं गुरु साहब ते यकीन करो, मैं अरदास कर लै। अरदास करती भाई ने, यह जनवारे दे राजे सनगे जिहड़ा बिदरपुरी तो जनवारा 3 मील ते है, उत्थे वह जगह वेखी जिथे माई भागो जी गुरु ग्रंथ साहब ने जाके प्रचार करते रहे है, ते उत्थे माता दी देह दा अंत होया जिहड़ी माई भागो 40 मुक्तियां दे नाल श्री मुक्तसर साहब गई सी। उदों बाद महाराज दे नाल ही हजूर साहब गई सी, ते महाराज ज्योति ज्योत समाउण तो बाद वह बिदरपुरी तो अगे जनवारा जिहड़ा पिंड है, इन्हां राजिआं दा पिंड सी, उस थां जाके माई सिक्खी का प्रचार करती रही है। इस प्रकार साध संगत जी उस जनवारे वाले जिहड़े राजे सी सितारे दे किले च किसे दोष करके कैद सी, इन्हां जदों 35 दिन हो गए वाहिगुरु मंत्र का जाप करदे आ, अद्धी रात नूं गुरु गोबिंद सिंह साहब जी घोड़े ते सवार आ गए। आकाश के मार्ग च हवाई जहाज उतरदा है, आए आके महाराज कहिंदे आवाज सुन के बाले राज जागदा सी, कहण लगा महाराज कौन है? कहिंदे जिन्हां नूं राह दे आ गए हैं। उस वेले कहा महाराज मेरा भरा सुता पिया। महाराज कहिंदे नूं जगा ला रुस्तम राज नूं, जगा लिया। कहण लगे सच्चे पातशाह साडे बेड़ियां पईआं होईआं। महाराज कहिंदे वाहिगुरु मंत्र कहो, सतगुरां दे मूहों उचारन तों बेड़ियां दोहां दीआं कट्टीआं गईआं। हजूर ने कहा साडे घोड़े दीआं इह रकाबां चरणा समेत पकड़ लो। इउं कह के महाराज ने कहा उत्थों सितारे किले वालिआं नूं फौजियां नूं कि भई असीं आ गए इन्हां दी रक्षा करन वाले, जे तुहाडे च बल आ तां रख लो। उदों उन्हां तोपां बीड़ियां सलकां कीतीआं, पर महाराज दे की वजनी सी किसे दी।
उस वे महाराज आकाश के रास्ते इन्होंने राजियों लिजा के विंध्याचल पर्वत के किनारे ते लिजा के जिथे बाबा नाहन सिंह जी कहते हैं कि मैं वो स्थान गुरु साहब की यादगार कायम की है, वह मनवाड़ वाहले पासे गुरुद्वारा उन्होंने कायम किया है। उथे जाके महाराज साहब जी ने उतारते कि जो थोड़े अंदर इच्छा हो हजूर साहब जाके आपकी कामना पूरी कर लियो, तो उथे जा करो इस सरूप वेखण का हठ नहीं करना, गुरु ग्रंथ साहब से यकीन रखना, पंजा सिंघां नूं साडा रूप समझ के प्यार करना। यह वचन गुरु गोबिंद सिंह साहब ने किए उन्होंने राजा नूं, राजा ने आके हजूर साहब अपनी सुखना पूरी की, लंगर की सेवा की। इस प्रकार साहब संगत जी बेअंती चांस होए है, होर बेअंत सिखां नूं इवें दर्शन दिंदे है। यह संगतां ने समझ लिया कि गुरु साहब भावें आपके सचखंड च गमन कर गए है पर हाजिर नाजर है, जिथे कोई चेते करता है गुर मेरे संग सदा है नाले, हर वक्त गुरु साहब अंग संघ है उन्होंने। अज साध सिंह जी ये ज्योति ज्योत समाउण का गुरपुरब संगतां ने मनाया है, वह सतगुरु कलगीधर है अपने चित विच हर भगत वसण, यह अरदास करिए आपकी सिखी महाराज सानू बख्शण, ते गुर मेरे संग सदा है नाले यह सानू महाराज अपना भरोसा बख्शण, जिस करके असी भी इस मनुखा दे पाए नू सफला करके गुरु साहब के चरणों च लीन हो सकीए। एहो ही अर्ज है गुरु साहब के इस गुरपुर मनाउण दी कि सानू महाराज साहब आपकी सिखी बख्शण, आपका प्रीत बख्शण, सानू अपनी लिव बख्शण, साडे जमन मरन नेड़ के आपकी जोत के दर्शन दे के सानू बख्श लैण, एहो ही अरदास महाराज की है। वाहिगुरु साहिब जीओ। मैं बौरी मेरा राम पतार। साध संगत जी भगत नामदेव जी की बाणी अमृत वेले तीन शब्द होए सन, तीन शब्द होए सी, चौथा शब्द आरंभ हुंदा है। इस प्रकार है, एक बारी की गल है, नामदेव जी नूं रामानंद ने सिख्या दे के कहा सी एकादशी का वर्त रखा कर। भगत नामदेव जी सिमरन भजन करते रहा करते एकादशी का वर्त रखा करते। एक दिन परीक्षा करने वास्ते अंतरजामी सरवण स्वरूप धारी ने एक ब्राह्मण का रूप धार के इनू आ के नामदेव नूं कहिंदे मैनूं भिख्या दे मैं भुखा है। यह कहने लगे मेरा निजम है, मैं एकादशी का दान नहीं करना। यह जिस वक्त कहा वो कहने लगे जे एकादशी दान नहीं करना तो मैं भुखा फिर तेनूं श्राफ देऊं। वह शरीर उस वेले छड गया, जदों छड गया शरीर जिहड़ा रूप धार के आए सी उस वेले फिर नामदेव ने शब्द उच्चारण किया। ये शब्द के उच्चारण तो जिउंदे हो गए ते नामदेव जफ्फी पा के मिले, कहिंदे भगत जी तेरी असीं परख ही करदे सी। उंज भगत जी का यह निश्चा है एकादशी वर्त रहे काहे को तीर्थ जाई, एकादशी आदकां दे वर्त किस वास्ते रखने है ते किस वास्ते तीर्थां ते जाना है, परमेश्वर का नाम ही सब कुछ है। ये बाणी विच आप जी ने जिक्र किया है, उस वेले शब्द उचारिया है। मैं बौरी मेरा राम पतार। कहिंदे हन हे भाई मेरी चित की बिरती है जिहड़ी बौरी मस्तानी है, मेरा पति परमेश्वर अकाल पुरख आप है। रच रच ता कहो करो सिंगार। रच चित नूं रिचार जा के महाराज सरवण च, चित नूं रिचार जा के महाराज मनन विच, इउं चित दी बिरती नूं विराग विच रिजा के, विवेक विच रिजा के, सिमरन विच रिजा के, सेवा विच रिजा के, तिस परमेश्वर जिहड़ी लिव लाउणी है ये शिंगार करदी हां। भले निंदो भले निंदो। लोग निंदा करन लग गए, कहिंदे नामदेव दे बूहे अगे ब्राह्मण मर गया है, ते नामदेव जी कहिंदे ने भली प्रकार निंदो भाई, भली प्रकार निंदो। भले निंदो लू हे निंदो भली प्रकार मैनू लोको निंदो, क्योंकि हे भलेओ लोको मैं निंदा दे लायक ही है, क्योंकि मेरा जीवन निंदने योग है। इस प्रकार भली प्रकार निंदा करो मेरी, कि मैं उगना का भरिया जो है हां, मन बाणी शरीर करके मैं निंदने योग है। भली प्रकार तुसी मेरे च दुखन समझ के तिना काल च निंदना करो हे लोगो। तन मन राम प्यारे जो। मैं तो अपना तन भी ते मन भी राम प्यारे दे योग लायक बना दिता है। राव बाद विवाद काहू सिउ ना कीजे। बाद जेड़ा साहब संगत जी
ਕਿਸੇ ਦੇ ਨਾਲ ਬਾਣੀ ਕਰਕੇ ਝਗੜਾ ਪਾਉਣਾ, ਚਰਚਾ ਕਰਨੀ, ਇਹ ਵੀ ਤੇ ਵਿਵਾਦ ਕਿਸੇ ਨਾਲ ਡਾਂਗ ਸੋਟਾ ਹੋ ਜਾਣਾ, ਝਗੜਾ ਪਾ ਲੈਣਾ, ਸਰੀਰ ਕਰਕੇ ਕਿਸੇ ਦੀ ਕੁੱਟ ਖਾ ਲੈਣੀ, ਕਿਸੇ ਨੂੰ ਮਾਰ ਲੈਣਾ, ਤੇ ਬਾਅਦ ਜਵਾਨ ਦੇ ਨਾਲ ਝਗੜਾ ਚਰਚਾ ਕਰਨੀ, ਇਹ ਅਸੀਂ ਕਿਸੇ ਨਾਲ ਵੀ ਨਹੀਂ ਕਰਦੇ। ਬਾਅਦ ਸਵੈਮਤ ਕਾ ਮੰਨਣ ਕਰਨਾ, ਵਿਵਾਦ ਪਰਮਤ ਕਾ ਖੰਡਨ ਕਰਨਾ, ਇਹ ਕਿਸੇ ਨਾਲ ਨਹੀਂ ਅਸੀਂ ਕਰਦੇ ਹਾਂ। ਰਸਨਾ ਰਾਮ ਰਸਾਇਣ ਪੀਜੈ, ਰਸਨਾ ਕਰਕੇ ਰਾਮ ਜੋ ਰਸਾਂ ਦਾ ਐਨ ਘਰ ਹੈ ਉਸ ਦੇ ਨਾਮ ਨੂੰ ਪੀਣਾ ਕਰਦੇ ਹਾਂ। ਤੁਸੀਂ ਵੀ ਪੀਓ ਹੈ ਭਾਈ। ਅਬ ਜੀ ਜਾਨ ਐਸੀ ਬਣ ਆਈ, ਹੁਣ ਸਾਡੇ ਜੀ ਹਿਰਦੇ ਵਿੱਚ ਅਸੀਂ ਇਹ ਜਾਣੇ ਹੈ ਤੇ ਅਸੀਂ ਸਾਡੀ ਪ੍ਰੀਤੀ ਮਹਾਰਾਜ ਨੇ ਬਣ ਆਈ ਹੈ। ਮਿਲੋ ਗੋਪਾਲ ਨਿਸ਼ਾਨ ਬਜਾਈ, ਅਸੀਂ ਚਾਹੁੰਦੇ ਹਾਂ ਕਿ ਗੋਪਾਲ ਪਰਮੇਸ਼ਰ ਦੇ ਨਾਲ ਮਿਲੀਏ, ਨਿਸ਼ਾਨ ਧੌਸਾ ਵਜਾ ਕੇ ਇਸ ਜਨਮ ਜ਼ਰੂਰ ਪਰਮੇਸ਼ਰ ਨਾਲ ਮਿਲ ਜਾਣਾ। ਇਹ ਡੰਕੇ ਦੀ ਚੋਟ ਨਾਲ ਅਸੀਂ ਕਹਿੰਦੇ ਹਾਂ ਰਾਮ ਦਾ ਨਾਮ ਰੂਪੀ ਨਿਸ਼ਾਨ ਧੌਸਾ ਵਜਾ ਕੇ ਅਸੀਂ ਪਰਮੇਸ਼ਰ ਦੇ ਨਾਲ ਮਿਲਾਂਗੇ। ਇਹ ਸਾਡੇ ਜੀ ਚ ਇਹ ਜੀ ਪ੍ਰੀਤੀ ਬਣ ਆਈ ਹੈ, ਜਾਣਨਾ ਕਰੋ। ਉਸਤ ਨਿੰਦਾ ਕਰੇ ਨਰਕੂ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਵੀ ਬ੍ਰਾਹਮਣ ਮਰ ਗਿਆ ਤੇ ਬ੍ਰਾਹਮਣ ਜਿਉਂਦਾ ਹੋ ਗਿਆ। ਜਿਉਂਦੇ ਤੋਂ ਉਸਤ ਕਰਦੇ ਹੋ, ਮਰੇ ਤੋਂ ਨਿੰਦਿਆ ਕਰਦੇ ਹੋ। ਕਹਿੰਦੇ ਕੋਈ ਮੇਰੀ ਉਸਤਤੀ ਕਰੀ ਜਾਵੇ, ਕੋਈ ਮੇਰੀ ਨਿੰਦਿਆ ਕਰੀ ਜਾਵੇ। ਨਾਮੇ ਸ੍ਰੀ ਰੰਗ ਭੇਟ ਲਸੋ, ਨਾਮਦੇਵ ਜੀ ਮੈਂ ਤਾਂ ਕਹਿੰਦਾ ਸ੍ਰੀ ਜੋ ਲਕਸ਼ਮੀ ਨੂੰ ਰੰਗ ਦੇਣ ਵਾਲਾ ਸ੍ਰੀ ਸ਼ਿਰੋਮਣੀ ਰੰਗ ਅਨੰਤ ਸਰੂਪ ਜੋ ਪਰਮੇਸ਼ਵਰ ਹੈ ਉਹਦੇ ਨਾਲ ਭੇਟਣ ਮਿਲ ਗਿਆ ਹਾਂ। ਇਸ ਕਰਕੇ ਮੈਨੂੰ ਉਸ ਤੋਂ ਨਿੰਦਾ ਦੀ ਪਰਵਾਹ ਨਹੀਂ ਹੈ। ਇਹ ਸ਼ਬਦ ਉਚਾਰਿਆ ਫਿਰ ਮਹਾਰਾਜ ਸਾਹਿਬ ਜਿਉਂਦੇ ਹੋ ਕੇ ਨਾਮਦੇਵ ਨੂੰ ਜੱਫੀ ਪਾ ਕੇ ਮਿਲੇ ਸਨ। ਕਹਿੰਦੇ ਤੈਨੂੰ ਪਰਖਦੇ ਹੀ ਸੀ ਅਸੀਂ। ਕਬਹੂ ਖੀਰ ਖਾਂਡ ਘਿਓ ਨਾ ਭਾਵੈ, ਭਗਤ ਨਾਮਦੇਵ ਜੀ ਸਰੀਰ ਦੀ ਹਾਲਤ ਨੂੰ ਇੱਕੋ ਜਿਹੀ ਨਹੀਂ ਕਿਸੇ ਦੀ ਸਦਾ ਰਹਿ ਸਕਦੀ। ਬੜੇ ਬੜੇ ਜਿਹੜੇ ਰਾਜੇ ਰਾਣੇ ਹੈ ਉਹ ਵੀ ਸਾਧ ਸਿੰਘ ਜੀ ਕਦੇ ਕੰਗਾਲ ਹੋਏ ਵੇਖੀ ਦੇ ਹੈ। ਵਕਤ ਜਦੋਂ ਪੈ ਜਾਂਦਾ ਉਦੋਂ ਕੁਛ ਵੀ ਨਹੀਂ ਕਰ ਸਕਦੇ ਉਹ। ਸੋ ਇਹ ਪ੍ਰਲਭ ਦੇ ਅਨੁਸਾਰ ਹੈ ਸਾਰਿਆਂ ਦਾ ਜੀਵਨ, ਵਾਹਿਗੁਰੂ ਦੀ ਰਜਾ ਚ ਖੁਸ਼ ਰਹਿਣਾ ਚਾਹੀਦਾ। ਇਹ ਸ਼ਬਦ ਇਸ ਕਰਕੇ ਉਚਾਰਦੇ ਹਨ। ਕਬਹੂ ਖੀਰ ਖਾਂਡ ਘਿਓ ਨਾ ਭਾਵੈ, ਜਿਉਂ ਰਾਮ ਰਾਖਾ ਤਿਉਂ ਰਹੀਐ ਰੇ ਭਾਈ। ਵਾਹਿਗੁਰੂ ਦੀ ਰਜਾ ਚ ਰਹਿਣਾ ਚਾਹੀਦਾ ਹੈ ਭਾਈ, ਜਿਵੇਂ ਪਰਮੇਸ਼ਰ ਰੱਖੇ। ਕਬਹੂ ਖੀਰ ਖਾਂਡ ਘਿਓ ਨਾ ਭਾਵੈ, ਖੀਰ ਖਵਾਉਣ ਵਾਸਤੇ ਦੇ ਦਈਏ, ਜੇ ਖੰਡ ਉੱਤੇ ਪਾ ਦਈਏ ਤੇ ਘਿਓ ਨਾ ਤਰਬ ਤਰ ਕਰ ਦਈਏ। ਘਿਓ ਵਾਲੀ ਖੀਰ ਖੰਡ ਪਾਈ ਚੰਗੀ ਨਹੀਂ ਲੱਗਦੀ। ਕਈ ਵਾਰੀ ਇੰਨਾ ਤ੍ਰਿਪਤ ਹੋਇਆ ਹੁੰਦਾ ਪੁਰਖ, ਖੰਡ ਤੇ ਖੀਰ ਘਿਓ ਨੂੰ ਨੀ ਭਾਉਂਦੀ ਨੀ, ਖੰਡ ਮਿਰਚਾਂ ਹੀ ਖਾ ਕੇ ਖੁਸ਼ ਰਹਿੰਦੇ ਆ ਕਈ। ਸੋ ਕਰੇ ਖੰਡ ਤੇ ਖੀਰ ਤੇ ਘਿਓ ਭਾਉਂਦਾ ਹੀ ਨੀ, ਚੰਗਾ ਹੀ ਨੀ ਲੱਗਦਾ ਹੈ। ਬਾਬੂ ਘਰ ਘਰ ਟੂਕ ਮੰਗਾਵੇ, ਕਦੇ ਇਹੀ ਜੀ ਹਾਲਤ ਹੁੰਦੀ ਹੈ। ਕਹਿੰਦੇ ਘਰਾਂ ਘਰਾਂ ਚ ਟੁਕੜੇ ਮੰਗਦਾ ਫਿਰਦਾ ਰਹਿੰਦਾ, ਦਰਾਂ ਦਰਾਂ ਚ ਟੁਕੜੇ ਮੰਗਦਾ ਹੈ। ਘਰਾਂ ਘਰਾਂ ਵਿਚ ਗਰੀਬੀ ਇਹੀ ਜੀ ਹੋ ਜਾਂਦੀ ਹੈ। ਉਸ ਵੇਲੇ ਘਰਾਂ ਘਰਾਂ ਰੋਟੀ ਖੰਨਾ ਖੰਨਾ ਮੰਗਦਾ ਫਿਰਦਾ ਹੈ। ਕਬਹੂ ਪੂਰਨ ਚਨੇ ਬਿਨਾਵੇ, ਕਦੇ ਇਹੀ ਜੀ ਗਰੀਬੀ ਆ ਜਾਂਦੀ ਕੂਰਨ ਕੂੜੇ ਦੇ ਵਿੱਚੋਂ। ਚਨੇ ਚਨਿਆਂ ਦੇ ਤਾਈ ਚੁਣ ਚੁਣ ਕੇ ਖਾਂਦਾ ਹੈ, ਕੂੜੇ ਵਿੱਚੋਂ ਸੂੜੀ ਵਿੱਚੋਂ ਤੇ ਕੂਰਨ ਕਰੜੇ ਜਿਹੜੇ ਚਨੇ ਹਨ ਉਹਨਾਂ ਦੇ ਤਾਈ ਸਾਧ ਸੰਗਤ ਜੀ ਚੁਣ ਚੁਣ ਕੇ ਬਿਨਾਵੇ ਬਿਨਾਵੇ ਨਾ ਚੁਣ ਚੁਣ ਕੇ ਉਹਦੇ ਨਾਲ ਗੁਜ਼ਾਰਾ ਕਰਦਾ। ਇਹੀ ਜੀ ਹਾਲਤ ਹੁੰਦੀ ਹੈ, ਕਦੇ ਇੰਨੀ ਗਰੀਬੀ ਆ ਜਾਂਦੀ ਹੈ। ਜਿਉਂ ਰਾਮ ਰੱਖੇ ਤਿਉਂ ਰਹੀਐ ਰੇ ਭਾਈ, ਭਾਈ ਜਿਸ ਪ੍ਰਕਾਰ ਰਾਮ ਪਰਮੇਸ਼ਰ ਰੱਖਦਾ ਹੈ ਉਵੇਂ ਪ੍ਰਸੰਨ ਰਹਿਣਾ ਚਾਹੀਦਾ ਹੈ ਆਪਣੇ ਤਾਈ। ਹਰ ਕੀ ਮਹਿਮਾ ਕਿਸ ਕਥਨ ਨਾ ਜਾਏ, ਹਰੀ ਅਕਾਲ ਪੁਰਖ ਦੀ ਜਿਹੜੀ ਮਹਿਮਾ ਵਡਿਆਈ ਹੈ ਉਹ ਜਿਵੇਂ ਮਹਾਰਾਜ ਰੱਖੇ ਉਹਦੇ ਚ ਪ੍ਰਸੰਨ ਰਹਿਣਾ ਚਾਹੀਦਾ। ਉਹਦੀ ਮਹਿਮਾ ਕੁਛ ਕਹੀ ਨੀ ਜਾਂਦੀ, ਉਹ ਅਸਚਰਜ ਹੈ। ਉਹਦੇ ਕੌਤਕ ਪਰਖਣ ਵਾਸਤੇ ਕਈ ਵਾਰੀ ਉਹ ਕਰਦਾ ਹੈ। ਜਿਹੜਾ ਰਿਆਜ ਰਹੇ ਉਹ ਤੇ ਪ੍ਰਸੰਨਤਾ ਹੁੰਦੀ ਹੈ। ਰਹਾਉ ਕਬਹੂ ਤੁਰੇ ਤੁਰੰਗ ਨਚਾਵੇ, ਕਦੇ ਕਦੇ ਸਾਧ ਸੰਗਤ ਜੀ ਤੁਰਕਾਨ ਦੇਖਦੇ ਜਿਹੜੇ ਤੁਰੇ ਘੋੜੇ ਹਨ, ਤੁਰੇ ਘੋੜੇ ਜਿਹੜੇ ਤੁਰਕਾਨ ਦੇਖਦੇ ਹੈ ਉਹ ਮੰਨੇ ਹਨ ਸਾਰਿਆਂ ਨੂੰ ਚੰਗੇ। ਉਹਨਾਂ ਘੋੜਿਆਂ ਦੇ ਤਾਈ ਤੁਰੰਗਾਂ ਦੇ ਤਾਈ ਨਚਾ ਨਚਾ ਕੇ ਤੁਰਦਾ, ਐਡਾ ਵੱਡਾ ਅਸਵਾਰ ਹੋ ਜਾਂਦਾ ਹੈ, ਘੋੜਿਆਂ ਦੀ ਸਵਾਰੀ ਕਰਦਾ ਹੈ। ਕਬਹੂ ਤੁਰੇ ਤੁਰੰਗ ਨਚਾਵੇ, ਤੁਰੇ ਮਾਰੇ ਤੁਰਕਾਨ ਦੇਖਦੇ ਘੋੜੇ, ਕਦੇ ਤੁਰੰਗ ਘੋੜਿਆਂ ਨਾਲ ਹੈ, ਕਦੇ ਤੁਰੇ ਤੁਰਕਾਨ ਦੇਖਦੇ ਘੋੜਿਆਂ ਦੇ ਨਾਚ ਕਰਕੇ ਤੁਰਦਾ ਹੈ।
उते बैठा पवे थाली पानी पाले डोलते नहीं कबू पाए पनहियो ना पावे यही हालत होंगी है पैरा में जोड़ा भी पाउन नहीं मिलता ते पाए पनहियो ना पावे पर पराली नहीं मिलती बैठन इस प्रकार अगे आऊगी तो कहो कदे जोड़े पाउन नहीं मिलते हैं कलगी घर जी ने आप एक सवैया रचिया है किसे कवि नो महाराज सवैया दिता ओ कवित है वो इं लिखा कहते कबू बाज चरे बाज हाथ बाज के नजारे साथ कबू प्यादे पाए पने होना पहिए अगली तो अखीर दी लिखी है हारिए ना हिम्मत बसारिए ना हर नाम जैसी विद राखे राम तैसी विद रहिए हिम्मत नहीं हारनी चाहिए जिम्मे वाहिगुरु रखे उवे प्रसन्न रहना चाहिए ए माछुवाड़े दे कौत करके विखाए सन करंगी घर जी ने कबू पाए पनहियो ना पावे कदे चरणा विच जोड़ा भी पाउन नु नहीं हुंदा है कबू खाट सुपेदी सुभावे कदे खाट मंजी सुपेर दुध वर्गी झग वर्गी पलना दे ते स्वावे सलाउंदा है कबू ऊम प्यार ना पावे कदे ही जी हालत है धरती दे ते प्यार पराली भी नहीं पैंदी मिलदी पैर पाउन नु थां नहीं मिलदा धरती ते ही हालत हुंदी है पंत नाम दियो एक नाम निस्तार नामदेव जी कहंदे हर हालत च खुश रहना चाहिदा है जिवें वाहिगुरु रखे एक परमेश्वर दा नाम ही निस्तारा करेगा संसार तो उधार करेगा जे गुर मिले ते पार उतार जिन्हें सतगुरु द्वारा ये नाम मिल जांदा है सतगुरु सच्चे पातशाह गुरु कलगी धर जी जिवें जिया नु जी दान देन वाले हन उन संसार हुन तो पार उतारा कर देंदे हन हस्त खेलत तेरे देहरे आया सार संगत जी भगत नामदेव जी पंडरपुर तो तुर के पंजाब नु आ रहे सी गुरदासपुर दे विच घुमाण पिंडा च इन्हां दा श्री दम अपने जेड़ा श्री हरगोबिंदपुर दमनवा साहब है छेवें पातशाह दा दरबार उस तो चार को उरे जेडी मेटे नु सड़क आउंदी है उस दे उत्ते सार संगत जी घुमाण पिंड है उस घुमाण पिंड नु आ रहे सी जिथे आप जी बैठे ही चढ़ाई कीती है 143 साल दी उम्र सी भगत नामदेव जी दी ए जिस वक्त पंजाब नु आ रहे सन कोंडा शहर राह विच आउंदा है 40 मील हजूर साहब तो उरे है ओ 19 को कहंदे है 2-2 मील नु गिणदे है हजूर साहब ये जेड़े हन ते ओ जगह दे दर्शन दासन कीते है उस जगह च भगत नामदेव जी पंडरपुर तो चल के हौली हौली जदों ओंडे शहर विच आए सन हस्त खेलत तेरे देहरे आया उत्थे सार संगत जी प्रेम दे विच लीन सी हसदे होए खुश होए वाहिगुरु दी प्रेम दी खेल विच हसदे होए प्रेम विच आके ते प्रेम दी खेल च खेलदे होए हसदे आनंद हो के भग जी कहंदे महाराज मैं तेरा देहरा जान के परमेश्वर ओंडे नगर विच आए भगत करत नामा पकड़ उठा भगत नामदेव जी उत्थे सार संगत जी थके होए बैठ गए बैठ करके भगत जी ने जदों आराम कीता पंडे आरती करन लगे जो आरती करन लगे भगत जी दी बाणी च तां इउं लिखिया आ वी भगत करत मेरे ताल सुनाए पंडिया ने छैणे खोले दे हथों ते कई जन्म अपने भगत महाराज कहिंदे कि जुत्ते खड़काउण लग गए सी पर भगत बाणी विच उगाही है भगत करत मेरे ताल सुनाए इस दे शब्द दे अंत विच ही इन्हां विच ही आवेगा छैणे खोले सन कीर्तन करदे कि तू बेताला चलना ते राम राम ही करना इस प्रकार भगत करत नामा पकड़ उठाया नामदेव जी नूं कहिंदे सूद सूद कर मार उठायो तू सूद्र है इथे नहीं भगती कर सकदा ये शिवजी दा मंदिर है नाग मंदिरों नूं कहिंदे है मैनू मारा भगती करदे होए नूं नामा पकड़ उठाया अर्जुन देव जी कहिंदे भाई गुरदास नामदेव नूं पकड़ के उठाता उठों कि तेरा सूदर दा हक नहीं इथे भगती करन दा हीनड़ी जात मेरी जात मराया उस वेले भगत नामदेव जी कहिंदे मैं वाहिगुरु अगे अरदास कीती ਇਹ ਜਾਤਮਾਂ ਦੀ ਕੁਲ ਵਿਚ ਰਾਜਾ ਰੂਪ ਧਾਰਨ ਵਾਲੇ ਕ੍ਰਿਸ਼ਨ ਰੂਪ ਆਦਿਕਾਂ ਨੂੰ ਧਾਰਨ ਵਾਲੇ ਅਤੇ ਤ੍ਰੇਤੇ ਚ ਰਾਮ ਆਦਿਕ ਰੂਪਾਂ ਨੂੰ ਧਾਰਨ ਵਾਲੇ
हे महाराज मेरी हीरी याद समझी न छीबिया दी हे जादमा दे राह कृष्ण भगवान परमेश्वर छीपे के जन्म काहे को आया महाराज छीबे दे जन्म विच मैनू कानू लियांदा सी जे भगती दी बिघन पैंदा सी सुधर जान के भगती नहीं सी मैनू करन देनी इन्हां ने मैनू की पता सी वी सुधर तो भगती नहीं हुंदी ਤਾਂ ਮੈਨੂੰ ਮਾਰਾ ਨੀਵੀਂ ਜਾਤ ਵਿੱਚ ਕਿਉਂ ਜਨਮ ਦੇਣਾ ਸੀ ਆਇਆ ਸੀ ਮੈਂ ਨਾ ਜਨਮ ਧਾਰ ਕੇ ਆਉਂਦਾ ਚੰਗੀ ਉੱਚੀ ਕੋਲ ਜੁੰਡਾ ਤੇਰੀ ਭਗਤੀ ਦਾ ਕਰ ਲੈਂਦਾ ਰਹਾਓ ਲੈ ਕਮਲੀ ਚੱਲਿਓ ਪਲਟਾ ਨਾਮਦੇਵ ਨੂੰ ਜਦੋਂ ਭਗਤੀ ਕਰਦੇ ਨੂੰ ਪਕੜ ਕੇ ਉਠਾਤਾ ਪੰਡਿਆਂ ਨੇ ਭਗਤ ਨਾਮਦੇਵ ਜੀ ਲੈ ਕੇ ਸਿਰ ਕੰਬਲੀ ਜਿਹੜੀ ਆਪਦੇ ਉੱਤੇ ਉਹ ਧੱਕੇ ਦਿੰਦਿਆਂ ਤੋਂ ਡਿੱਗ ਪਈ ਸੀ ਲੈ ਕੇ ਕੰਬਲੀ ਆਪਣੇ ਹੱਥ ਵਿੱਚ ਲੈ ਕੇ ਪਲਟਾ ਕੇ ਆਪਦੇ ਸਰੀਰ ਦੇ ਉੱਤੇ ਲੈ ਲਈ ਦੇਹੋ ਰਹਿ ਪਾਛੇ ਬੈਠਾ ਜਾ ਦੇ ਪਾਛੇ ਜਾ ਕੇ ਸਾਧ ਸਿੰਘ ਜੀ ਬੈਠ ਗਿਆ ਓਂਡਾ ਸ਼ਹਿਰ ਹੈ ਜਿਹੜਾ ਉਸਦੇ ਦੇਹਰੇ ਦੇ ਪਿਛਲੇ ਪਾਸੇ ਜਾ ਕੇ ਬੈਠ ਗਿਆ ਜਿਉ ਜਿਉ ਨਾਮ ਹਰ ਗੁਣ ਉਚਰੈ ਨਾਮਦੇਵ ਦਾ ਸੰਕਲਪ ਹੈ ਮੋਕੋ ਤੂੰ ਨਾ ਵਸਾਰ ਤੂੰ ਨਾ ਵਸਾਰ ਤੂੰ ਨਾ ਵਸਾਰੇ ਰਮਈਆ ਆਲਾਵਾਦੀ ਇਹ ਭਰਮ ਜੋ ਹੈ ਮੁਝ ਉੱਪਰ ਸਭ ਕੋ ਭਲਾ ਸੂਦ ਸੂਦ ਕਰ ਮਾਦੋ ਕਾਇਓ ਕਹਾਂ ਕਰੋ ਬਾ ਭੀਠਲਾ ਮੂਹੇ ਹੋ ਜੋ ਮੁਕਤ ਦੇਹੋਂਗੇ ਮੁਕਤ ਨਾ ਜਾਣੇ ਕੋਇਲਾ ਇਹ ਪੰਡੀਆ ਮੋਕੋ ਢੇਡ ਕਹਿਤ ਤੇਰੀ ਪੈਰ ਪਛਾਉਂਦੀ ਹੋਏਲਾ ਤੂੰ ਜੋ ਦਿਆਲ ਕਿਰਪਾਲ ਕਹੀਏ ਤਹਿ ਇਉ ਜਦੋਂ ਬੇਨਤੀ ਕੀਤੀ ਅੱਧ ਕੁਛ ਪਏ ਉਹ ਬਾਹਰਲਾ ਵੱਡੀਆਂ ਬਾਹਾਂ ਵਾਲਾ ਰੂਪ ਮਾਰਨ ਧਾਰ ਲਿਆ ਉਸੇ ਵੇਲੇ ਫੇਰ ਦੀਆ ਦੇਹਰਾ ਨਾਮੇ ਕੋ ਪੰਡੀਆਂ ਕੋ ਪਿਛਵਾਰਲਾ ਨਾਮਦੇਵ ਨੂੰ ਦੇਹਰਾ ਫੇਰ ਕੇ ਸਾਰਿਆਂ ਦੇਹਰਿਆਂ ਦੇ ਮੂੰਹ ਸਾਧ ਸਿੰਘ ਜੀ ਪੂਰਬ ਵੱਲ ਨੂੰ ਹੁੰਦੇ ਹੈ ਓਡੇ ਸ਼ਹਿਰ ਵਿੱਚ ਜਾ ਕੇ ਵੇਖਿਆ ਉਹ ਦੇਹਰੇ ਦਾ ਮੂੰਹ ਹੁਣ ਪੱਛੋਂ ਦੀ ਤਰਫ ਹੈ ਤੇ ਨਾਮਦੇਵ ਜੀ ਦੇ ਉੱਥੇ ਖੜਾਵਾਂ ਜਿਹੜੀਆਂ ਹਨ ਉਹ ਚਰਨ ਪਾਦਕਾ ਜਿਸ ਸਿਲਾ ਤੇ ਬੈਠੇ ਸੀ ਉਹ ਯਾਦਗਾਰ ਹੈ ਇਧਰਲੇ ਪਾਸੇ ਮੂੰਹ ਕਰਤਾ ਪੱਛੋਂ ਵੱਲ ਨੂੰ ਦੇਹਰੇ ਦਾ ਮੂੰਹ ਹੈ ਹੁਣ ਤੇ ਇੱਕ ਛੱਤ ਸਾਧ ਸਿੰਘ ਜੀ ਦੇਹਰਾ ਫੇਰਦਿਆਂ ਥੱਲੇ ਦਬ ਗਈ ਸੀ ਉਹ ਹੁਣ ਧਰਤੀ ਦੀ ਛੱਤ ਹੈ ਤੇ ਬਾਕੀ ਦੀ ਦੇਹ ਦੀਆਂ ਛੱਤਾਂ ਉਤਲੀਆਂ ਉੱਤੇ ਹਨ ਗਈਆਂ ਇਸ ਪ੍ਰਕਾਰ ਦਾ ਉਹ ਅਸਥਾਨ ਬਣਿਆ ਹੋਇਆ ਹੈ ਇਸ ਪ੍ਰਕਾਰ ਮਹਾਰਾਜ ਕਹਿੰਦੇ ਭਗਤ ਨਾਮਦੇਵ ਜੀ ਜਿਉ ਜਿਉ ਨਾਮਾ ਹਰ ਗੁਣ ਉਚਰੈ ਨਾਮਦੇਵ ਜੀ ਕਹਿੰਦੇ ਜਿਵੇਂ ਜਿਵੇਂ ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਉਚਾਰਦਾ ਹਾਂ ਭਗਤ ਜਨਾ ਕਉ ਦੇਹੁਰਾ ਫਿਰੈ ਭਗਤਾਂ ਜਨਾ ਕੀ ਤਰਫ ਦੇਹਰਾ ਫੇਰਤਾ ਮਹਾਰਾਜ ਜੀ ਨੇ ਇਸ ਇਉਂ ਫੇਰ ਦੇਹਰਾ ਰੱਖਿਆ ਨਾਮਦੇਵ ਦਾ ਛੱਪਰ ਛਾਇਆ ਭਗਤਾਂ ਜਨਾਂ ਦੀ ਰੱਖਿਆ ਵਾਸਤੇ ਦੇਹਰਾ ਫਿਰਿਆ ਕਈ ਪਾਠ ਕਰਦੇ ਭਗਤ ਜਨਾਂ ਦਾ ਦੇਹਰਾ ਫਿਰ ਭਗਤ ਜਨਾਂ ਉਹ ਭਗਤ ਜਨ ਤਾਂ ਨਹੀਂ ਸੀ ਨਾ ਪੰਡੇ ਭਗਤ ਜਨਾਂ ਕੋ ਪਾਠ ਹੈ ਭਗਤਾਂ ਜਨਾਂ ਦੇ ਵਾਸਤੇ ਦੇਹਰਾ ਫੇਰਿਆ ਸੱਚੇ ਪਾਤਸ਼ਾਹ ਜੀ ਨੇ ਕਿਉਂ ਭਗਤ ਨਾਮਦੇਵ ਦੀ ਰੱਖਿਆ ਕੀਤੀ ਉਹ ਦੇਹਰੇ ਫੁਰੇ ਦੀ ਮਹਿਮਾ ਸੁਣ ਕੇ ਸਾਰ ਸੰਗਤ ਜੀ ਔਰੰਗਜ਼ੇਬ ਜਦੋਂ ਹੋਇਆ ਉਹਨ ਜਾ ਕੇ ਉਦਾਲੇ ਉਸ ਪੱਥਰ ਦਾ ਬਣਿਆ ਹੋਇਆ ਮੰਦਰ ਹੈ ਉਹਦੇ ਵਿੱਚ ਮੂਰਤੀਆਂ ਵਿਸ਼ਨੂੰ ਆਦਿਕਾਂ ਦੀਆਂ ਨਰਸਿੰਘ ਆਦਿਕਾਂ ਦੀਆਂ ਹੈਗੀਆਂ ਇਹਨ ਅੱਗ ਲਾ ਕੇ ਸਾੜਨਾ ਚਾਹਿਆ ਕਾਲਾ ਕੀਤਾ ਪਿਆ ਮੰਦਰ ਪੱਥਰ ਦਾ ਕੀ ਸੜਨਾ ਸੀ ਔਰੰਗਜ਼ੇਬ ਨੇ ਉਹਨੂੰ ਕਰਾਮਾਤ ਵਾਲਾ ਦੇਹਰਾ ਜਾਣ ਕੇ ਅੱਗ ਲਾਈ ਸੀ ਹੁਣ ਉਹ ਕਾਲਾ ਹੋਇਆ ਚਾਰ ਛਪੇਰੇ ਉਹ ਇਸ ਪ੍ਰਕਾਰ ਇਹਨੂੰ ਜ਼ੁਲਮ ਕਰਨਾ ਚਾਹਿਆ ਸੀ ਔਰੰਗਜ਼ੇਬ ਨੇ ਉਹ ਦੇਹਰਾ ਉਵੇਂ ਕਾਇਮ ਹੈ ਜਿੱਥੇ ਭਗਤ ਜੀ ਨੂੰ ਫੇਰ ਦੇਹਰਾ ਫੇਰ ਕੇ ਮਾਰੇ ਮੂੰਹ ਭਗਤ ਵੱਲ ਕੀਤਾ ਹੈ ਪੂਰਬ ਵੱਲ ਨੂੰ ਭਗਤ ਜੀ ਮੂੰਹ ਕਰੀ ਬੈਠੇ ਸੀ ਦੇਹਰਾ ਦਾ ਮੂੰਹ ਪੱਛੋਂ ਵੱਲ ਨੂੰ ਕਰ ਦਿੱਤਾ ਹੈ ਇਹ ਹੁਣ ਤੱਕ ਉਸੇ ਪ੍ਰਕਾਰ ਪੱਥਰ ਦਾ ਮੰਦਰ ਬਣਿਆ ਹੋਇਆ ਹੈ ਕਿੰਨਾ ਚਿਰ ਹੋ ਗਿਆ ਭਗਤ ਜੀ ਨੂੰ ਹੋਇਆ ਨੂੰ ਹੁਣ ਤੱਕ ਉਵੇਂ ਯਾਦਗਾਰ ਕਾਇਮ ਹੈ ਭੈਰੋਂ ਨਾਮ ਦਿਓ ਜੀਓ ਉਹ ਸ਼ਿਵ ਜੀ ਦਾ ਮੰਦਰ ਹੈ ਵਿੱਚ ਬੜਾ ਭਾਰੀ ਸੰਧੂਰ ਦੇ ਨਾਲ ਲਵੇੜਿਆ ਹੋਇਆ ਪੱਥਰ ਗਿਆ ਇੱਕ ਰੱਖਿਆ ਹੋਇਆ ਹੈ ਉਹਦੀ ਪੂਜਾ ਕਰਦੇ ਹਨ ਇਹ ਭੈਰੋਂ ਨਾਮ ਥੱਲੇ ਉਤਰਦੇ ਹਨ ਪੌੜੀ ਦੇ ਨਾਲ ਤੇ ਉਹ ਉਸ ਦੇ ਵਿੱਚ ਜਾ ਕੇ ਪੂਜਨ ਕਰਦੇ ਹਨ ਭੈਰੋਂ ਨਾਮ ਦਿਓ ਜੀਓ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈਸੀ ਭੁੱਖੇ ਪ੍ਰੀਤ ਅਨਾਜ ਭਗਤ ਨਾਮਦੇਵ ਜੀ ਆਪਦਾ ਪ੍ਰੇਮ ਵਾਹਿਗੁਰੂ ਦੇ ਨਾਲ ਸਨਮੁਖ ਪ੍ਰਗਟ ਕਰਦੇ ਹੋਏ ਫਰਮਾਉਂਦੇ ਹਨ ਜੈਸੀ ਭੁੱਖੇ ਪ੍ਰੀਤ ਅਨਾਜ ਰਾਤ ਨੂੰ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਮਿਲਦਾ ਹੈ ਨਾਮੇ ਪ੍ਰੀਤ ਨਾਰਾਇਣ ਲਾਗੀ ਭਗਤ ਨਾਮਦੇਵ ਜੀ ਕਹਿੰਦੇ ਐਸੀ ਸਾਡੀ ਪ੍ਰੀਤ ਮਹਾਰਾਜ ਨਾਲ ਲੱਗੀ ਹੈ ਜੈਸੀ ਭੁੱਖੇ ਪ੍ਰੀਤ ਅਨਾਜ ਜਿਸ ਪ੍ਰਕਾਰ ਭੁੱਖੇ ਪੁਰਖ ਦੀ ਅਨਾਜ ਖਾਣ ਨਾਲ ਪ੍ਰੀਤੀ ਹੁੰਦੀ ਹੈ
भोजन मिले तो भुखा प्रसन्न होता है। त्रिखावंत जल से तीका जिवें तिहा वाले का पानी पीने नाल कम हुंदा है। जे पानी ना पियाईए होर किन्नी टहल करिए तो पानी चाहुंदा है। इसे प्रकार जैसी भूखे प्रीतन त्रिखावंत जल से तीकाज जैसी मूड कुटुंब परायण जिवें मूर्ख पुरख की कुटुंब दे प्राण आसरे रहण की प्रीत हुंदी है। चाहे उन्हू बुढ़े नू वो सट्टा मारन चाहे उस सेवा ना करन ते वो एक साध संगत जी बिरध सी पोते जो सी धक्का दे के सिट के गालां कढ़ी जावे रगड़ा बजियां। एक साधु आया कहिंदे बाबा चल धर्मशाला च बह जा उत्थे तैनू प्रशादा छका दिया करांगे। कहिंदा बाबा तू आप तां घर बार छड्डिया है मैनू भी जाणना चाहुंदा मेरे पुत पोते मारदे दा की हो गया मैं घर बार किवें छड्ड दियां। क्यों मूर्ख दी कुटुंब दे आसरे भावें कुट्टी खावे फिर भी मोह ही रखदा प्रेम आसरे रहण दी प्रीति हुंदी है। ऐसी नामे प्रीत नारायण नामदेव जी कहिंदे चाहे सानू परखण वास्ते देर च धक्के ही दवाए है फिर भी साडी परमेश्वर दे नाल प्रीति है असी प्यार नहीं कदे छड्डदे महाराज नाल। नामे प्रीत नारायण लागी नामदेव जी कहिंदे साडी प्रीत नारायण परमेश्वर नाल लग गई है। सहज सुभाए भयो बैरागी सुध सिद्ध साडा मन वैराग दे सहत हो गया है। रहाओ जैसी पर पुरखा रत नारी जिस प्रकार साध समय जी पराए पुरखा दे नाल जिहड़ियां विभचारना औरतां हुंदियां है वो पराए पुरखां दे नाल भोग भोगण वास्ते प्रीति करदियां स्त्रियां। लोभी नर धन का हितकारी दूजा दृष्टांत ने लोभी आदमी धन दा प्रेमी हुंदा है जे पैसे देईए तां ओह खुश रहिंदा है। कामी पुरख कामनी प्यारी जिहड़े कामी आदमी हुंदे नूं कामनी स्त्री बड़ी प्यारी लगदी है। ऐसी नामे प्रीत मुरारी नामदेव जी कहिंदे भावें दुनिया दीआं मुहब्बतां हन काष्ट दृष्टांत हन पर मेरी यही जी मुरारी परमेश्वर ना प्रीति है इन्ना प्यार मेरा है गूढ़ा। साई प्रीत जे आपे लाए साई ओ ही प्रीत भाई परमेश्वर ना लाउंदे है जिन्हों की आप गुरां द्वारा महाराज साहब ला लेंदे है। गुर प्रसादी दुबदा जाए सतगुरां दी कृपा जद हुंदी है दुबदा चली जांदी है दुचिता पुणा हट जांदा है महाराज हर वक्त जुड़िया रहिंदा प्रेम विच। कबू ना टूटस रहा समा एह जिहा प्यार लगदा फिर कदे टुटदा नहीं हर वक्त मिलिया रहिंदा महाराज दे प्रेम विच लीन होया रहिंदा है। नामे चित लाया सच नाए भगत नामदेव जी कहिंदे एह जे सच्चे परमेश्वर दे नाम च मैं आपदे चित नूं जोड़िया है। जैसी प्रीत बालक अर माता एह जी प्रीत बालक दे नाल मां दी हुंदी है अते माता दे नाल बच्चे दी हुंदी है। ऐसा हर सेती मन राता जिवें परमेश्वर साडे नाल प्यार करदा है साडा मन बालकां दे हरी दे नाल रंगिया होया है। परणवै नाम देव लागी प्रीत परणवै बेनती पूर्व कहिंदे हां भगत नामदेव जी कहिंदे है साडी इह प्रीत महाराज दे नाल लग गई है। गोविंद वसै हमारा की साडे तां मई चित विच परमेश्वर वसदा है हुण कदे वसारदे नहीं हां असीं। घर की नार त्यागै अंधा सार समय जी जेड़े पापी आदमी नूं पापां दा फल ही मिलना है चाहे ओह चंगे किन्ने भेखी बन जान ਇਹ ਖੰਡਨ ਕਰਦੇ ਹੋਏ ਫਰਮਾਉਂਦੇ ਹਨ। ਘਰ ਕੀ ਨਾਰ ਤਿਆਗੈ ਅੰਧਾ ਅਗਿਆਨੀ ਆਦਮੀ ਆਪਦੇ ਘਰ ਦੀ ਇਸਤਰੀ ਛੱਡ ਕੇ ਸਾਰ ਬਣ ਬਹਿੰਦੇ ਹੈ ਘਰ ਦੀ ਇਸਤਰੀ ਛੱਡ ਆਉਂਦੇ ਹੈ ਐਸੇ ਅਗਿਆਨੀ ਹਨ। ਵਿਆਹ ਵਾਲੀ ਇਸਤਰੀ ਜਿਹਦੇ ਕਰਕੇ ਚੰਗੀ ਕੋਲ ਚੱਲਣੀ ਹੈ ਦੁਨੀਆਂ ਦੇ ਵਿੱਚ ਆਪਣਾ ਧਰਮ ਕਾਇਮ ਰਹਿਣਾ ਹੈ ਉਸ ਨੂੰ ਛੱਡ ਆਉਂਦੇ ਹੈ ਅਗਿਆਨੀ। ਪਰ ਨਾਰੀ ਸਿਉ ਘੱਲ ਹੈ ਧੰਦਾ ਆਪਣੀ ਇਸਤਰੀ ਛੱਡ ਕੇ ਸੌ ਸੌ ਚੇਲੀਆਂ ਬਣਾਉਂਦੇ ਹੈ ਪਰਾਈਆਂ ਇਸਤਰੀਆਂ ਦੇ ਨਾਲ ਕਾਮ ਭੋਗ ਦਾ ਧੰਦਾ ਪਾ ਲੈਂਦੇ ਹੈ ਵਕਾਰ ਭੋਗਦੇ ਹਨ। ਜੈਸੇ ਸਮ ਗੱਲ ਆ ਮਹਾਰਾਜ ਵਜੇ ਤੱਤਿਆਂ ਥਮਾਂ ਦੇ ਨਾਲ ਚਮੇੜੇ ਜਾਣਗੇ ਐਸੇ ਪੁਰਖ। ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਉਹਨਾਂ ਪੁਰਖਾਂ ਦਾ ਸੁਭਾਅ ਇਹੋ ਜਿਹਾ ਸਮਝੋ ਕਹਿੰਦੇ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਸਿੰਬਲ ਦੇ ਬਿਰਛ ਦੇ ਲਾਲ ਲਾਲ ਫਲ ਲੱਗੇ ਹੋਏ ਵੇਖ ਕੇ ਸੂਆ ਜਿਹੜਾ ਤੋਤਾ ਹੈ ਉਹ ਬਖਸਾਨਾ ਖਿੜਦਾ ਹੈ ਖੁਸ਼ ਹੁੰਦਾ ਹੈ। ਅੰਤ ਕੀ ਬਾਰ ਮੂਆ ਲਪਟਾਨਾ ਉਹ ਸਿੰਬਲ ਦੇ ਬਿਰਛ ਦੇ ਜਿਹੜੇ ਫਲ ਹੈ
ਉਹ ਵੇਖਣ ਨੂੰ ਲਾਲੀ ਵਾਲੇ ਦਿਖਦੇ ਹੈ ਪਰ ਉਹਨਾਂ ਵਿੱਚ ਦੁੱਧ ਹੁੰਦਾ ਤੇ ਚੀੜੇ ਹੁੰਦੇ ਹਨ ਜਦੋਂ ਪੱਕ ਜਾਣ ਉਦੋਂ ਰੂਹ ਬਣ ਕੇ ਉੱਡ ਜਾਂਦੀ ਹੈ ਇਸ ਪ੍ਰਕਾਰ ਫਲਾਂ ਨੂੰ ਖਾਣ ਵਾਲੀ ਚੀਜ਼ ਜਾਣ ਕੇ ਹੰਸ ਕੀ ਵਾਰ ਮੂਆ ਲਪਟਾਨਾ ਉਹ ਚੁੰਝ ਜਾ ਕੇ ਜਦੋਂ ਫਸਾਉਂਦਾ ਹੈ ਉਹ ਚੀੜਾ ਹੁੰਦਾ ਹੈ ਫਲ ਵਿੱਚ ਦੁੱਧ ਹੁੰਦਾ ਹੈ ਉਹ ਚੁੰਝ ਜਿਹੜੀ ਉਹਦੇ ਚ ਕੁੰਡੀ ਫਸ ਜਾਂਦੀ ਹੈ ਫੇਰ ਛੁੱਟਦੀ ਨੀ ਉਹ ਲੱਭਿਆ ਹੋਇਆ ਸਿਮਰ ਦੇ ਬਿਰਸ਼ਨਾ ਉੱਥੇ ਹੀ ਲੱਭਿਆ ਮਰ ਜਾਂਦਾ ਹੈ ਤੋਤੇ ਦੀ ਇਹ ਹਾਲਤ ਹੁੰਦੀ ਹੈ ਇਸੇ ਪ੍ਰਕਾਰ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ ਜਿਸ ਪ੍ਰਕਾਰ ਮਹਾਰਾਜ ਕਹਿੰਦੇ ਸਿੰਬਲ ਤੋਤਾ ਵੇਖ ਕੇ ਸਿੰਬਲ ਦੇ ਤਾਂ ਹੀ ਖਿੜਦਾ ਹੈ ਇਵੇਂ ਸਿੰਬਲ ਦੀ ਨਿਆਈ ਲਾਲ ਮੂੰਹ ਵੇਖ ਕੇ ਬਗਾਨੇ ਘਰਾਂ ਦਾ ਬਹੁਤ ਸਾਰੇ ਖਿੜਦੇ ਆ ਵਕਾਰੀ ਆਦਮੀ ਖੁਸ਼ ਹੁੰਦੇ ਆ ਅੰਤ ਕੀ ਵਾਰ ਮੂਆ ਲਪਟਾਨਾ ਅੰਤ ਦੀ ਵਾਰ ਫਸੇ ਹੋਏ ਉੱਥੇ ਮਾਰੇ ਜਾਂਦੇ ਦੋ ਦੋ ਟੁਕੜੇ ਕੀਤੇ ਜਾਂਦੇ ਹੈ ਅਹੀ ਜੀ ਹਾਲਤ ਹੁੰਦੀ ਉਹਨਾਂ ਪੁਰਖਾਂ ਦੀ ਬੇਅੰਤ ਲੋਕ ਕਿਉਂ ਕਦਰ ਕੀ ਹੋਏ ਹਨ ਪਾਪੀ ਕਾ ਘਰ ਅਗਨੀ ਮਾਹੇ ਜਿਹੜਾ ਪਾਪੀ ਆਦਮੀ ਹੈ ਉਹ ਨਰਕ ਦੀ ਅੱਗ ਵਿੱਚ ਉਹਦਾ ਘਰ ਹੈ ਹਰ ਵਕਤ ਮੱਚਦਾ ਹੀ ਰਹਿੰਦਾ ਹੈ ਜਲਤ ਰਹੇ ਮਿਟਵੇ ਕਬ ਨਾ ਸਦਾ ਨਰਕ ਦੀ ਅੱਗ ਚ ਸੜਦੇ ਰਹਿੰਦੇ ਜਿਹੜੇ ਪਾਪ ਕਰਦੇ ਪਰਾਏ ਘਰਾਂ ਨੂੰ ਤੱਕਦੇ ਹੈ ਕਦੇ ਉਹ ਸੜਨ ਤੋਂ ਮਿਟ ਨਹੀਂ ਸਕਦੇ ਅਨੇਕਾਂ ਜਨਮਾਂ ਚ ਸੜਦੇ ਰਹਿੰਦੇ ਹਨ ਕਦੇ ਉਹ ਮਿਟਦਾ ਨੀ ਦੁੱਖ ਸੜਨ ਦਾ ਜਿਹੜਾ ਹਰ ਵਕਤ ਗਰਭ ਚ ਵੀ ਸੜਦੇ ਰਹਿੰਦੇ ਆ ਨਰਕ ਚ ਵੀ ਸੜਦੇ ਰਹਿੰਦੇ ਆ ਰਹਾਉ ਹਰ ਕੀ ਭਗਤ ਕਰੇ ਹਰ ਕੀ ਭਗਤ ਨਾ ਦੇਖੇ ਜਾ ਜਿਹੜੇ ਭਾਈ ਹਰੀ ਪਰਮੇਸ਼ਰ ਦੀ ਜਿੱਥੇ ਭਗਤੀ ਹੁੰਦੀ ਹੈ ਸਤਸੰਗਤ ਤੇ ਜਾ ਕੇ ਦਰਸ਼ਨ ਹੀ ਨੀ ਦੇਖਦੇ ਮਾਰਗ ਛੋਟ ਅਮਾਰਗ ਪਾਏ ਉਹ ਤਾਂ ਭਾਈ ਮਾਰਗ ਜਿਹੜਾ ਪਰਮੇਸ਼ਰ ਦੀ ਭਗਤੀ ਦਾ ਉਹ ਛੱਡ ਦਿੱਤਾ ਹੈ ਮਾਰੇ ਕੁਸੰਗਤ ਦੇ ਖੋਟੇ ਰਾਹ ਆਪਣੇ ਆਪ ਨੂੰ ਪਾਉਂਦੇ ਹੈ ਮੂਲੋਂ ਭੁੱਲਾ ਮੂਲੋਂ ਭੁੱਲਾ ਆਵੇ ਜਾ ਉਹ ਭਾਈ ਮੂਲ ਨੂੰ ਮੁੱਢ ਤੋਂ ਪਰਮੇਸ਼ਰ ਤੋਂ ਹੀ ਭੁੱਲ ਗਿਆ ਇਸ ਕਰਕੇ ਜਨਮ ਤੋਂ ਲਾ ਕੇ ਭੁੱਲ ਗਿਆ ਮੂਲ ਨੂੰ ਪਰਮੇਸ਼ਰ ਨੂੰ ਇਉਂ ਆਵੇ ਜਾਵੇਗਾ ਜੂਨਾਂ ਚ ਵਾਰ ਵਾਰ ਭਟਕਦਾ ਰਹੇਗਾ ਐਸਾ ਪੁਰਖ ਅੰਮ੍ਰਿਤ ਡਾਰ ਲਾਦ ਵਿਖ ਖਾ ਦੇਖੋ ਅੰਮ੍ਰਿਤ ਨਾਮ ਜਿਹੜਾ ਸੀ ਗੁਰੂ ਕਾ ਅੰਮ੍ਰਿਤ ਸੀ ਇਹਨੂੰ ਡਾਰ ਤਿਆਗ ਦਿੱਤਾ ਤੇ ਅੰਤਾ ਕਰਨ ਨੂੰ ਵੀ ਗੱਡੇ ਚ ਲੱਦ ਕੇ ਵਿਸ਼ਿਆਂ ਦੀ ਵਿਉਹ ਕੁਸੰਗਤ ਦੇ ਨਾਲ ਮਿਲ ਕੇ ਖਾਂਦਾ ਹੈ ਤੰਬਾਕੂ ਪੀਂਦਾ ਹੈ ਸ਼ਰਾਬਾਂ ਪੀਂਦਾ ਹੈ ਇਹ ਪਰਾਈ ਨਿੰਦਿਆ ਕਰਦਾ ਹੈ ਵਿਸ਼ਿਆਂ ਦੇ ਭੋਗ ਨੂੰ ਵਿਉਹ ਖਾਂਦਾ ਹੈ ਜਿਉਂ ਬੇਸਵਾ ਕੇ ਪਰਾਇਆ ਖਾਰਾ ਇਹ ਤਾਂ ਐ ਹਾਲਤ ਹੈ ਸਾਧ ਸਿੰਘ ਜੀ ਬੇਸਵਾ ਦੇ ਜਿੱਥੇ ਨਾਚ ਹੁੰਦਾ ਉਹਦਾ ਅਖਾੜਾ ਪੈਂਦਾ ਨਾ ਬੇਸਵਾ ਨੱਚਣ ਵਾਸਤੇ ਜਿੱਥੇ ਇਕੱਠੀ ਸਾਰੇ ਲੋਕ ਹੁੰਦੇ ਹਨ ਕਾਪਰ ਪਹਿਰ ਕਰੇ ਸਿੰਗਾਰਾ ਉਹ ਜਿਹੜੀ ਬੇਸਵਾ ਚੰਗੇ ਚੰਗੇ ਬਸਰ ਪਹਿਰ ਲੈਂਦੀ ਹੈ ਬੜੇ ਚੰਗੇ ਚੰਗੇ ਸ਼ਿੰਗਾਰ ਕਰ ਲੈਂਦੀ ਹੈ ਪੂਰੇ ਤਾਲ ਨਿਹਾਲੇ ਸਾ ਫਿਰ ਉਹ ਤਾਲ ਪੂਰਦੀ ਹੈ ਤੇ ਸਾਸ ਨਾਲ ਸੁਰਾਂ ਨੂੰ ਵੇਖਦੀ ਹੈ ਵੀ ਮੇਰੀ ਸੁਰ ਤੇ ਮੋਹਤ ਹੁੰਦੇ ਹੈ ਲੋਕ ਨਹੀਂ ਕਿਉਂ ਸੁਰਾਂ ਵੱਲ ਤੱਕਦੀ ਰਹਿੰਦੀ ਹੈ ਵੀ ਸਾਰੇ ਮੇਰੇ ਤੇ ਮੋਹਤ ਹੋ ਜਾਣ ਵਾ ਕੇ ਗਲੇ ਜਮਕਾ ਹੈ ਉਹ ਜਿਹੜੀ ਅਹੀ ਜੀ ਬੇਸਵਾ ਨਾ ਨਾਚ ਕੇ ਤੇ ਵਿਚਾਰ ਕਰਕੇ ਪਦਾਰਥ ਇਕੱਠਾ ਕਰਦੀ ਉਹਦੇ ਗਲ ਚ ਜਮਦੀ ਫਾਹੀ ਪੈਂਦੀ ਹੈ ਉਹ ਮੁਕਤ ਨੀ ਹੋ ਸਕਦੀ ਅਹੀ ਜੀ ਹਾਲਤ ਹੁੰਦੀ ਉਸ ਬੇਸਵਾ ਦੀ ਜਾ ਕੇ ਮਸਤਕ ਲਿਖਿਓ ਇਸੇ ਤਰ੍ਹਾਂ ਫੇਰ ਪੜੋ ਜਿਉਂ ਬੇਸਵਾ ਕੀ ਪਰੈ ਅਖਾਰਾ ਇਹ ਭੇਖੀ ਲੋਕ ਕੀ ਕਰਦੇ ਆ ਜੇ ਬੇਸਵਾ ਹੁੰਦੀ ਨਾ ਇਹ ਜੇ ਲੋਕ ਹੈ ਵਿਚਾਰੀ ਆਦਮੀ ਇਹਨਾਂ ਦੇ ਅਖਾੜਾ ਜਿਵੇਂ ਪਵੇ ਇਸ ਪ੍ਰਕਾਰ ਚੇਲਿਆਂ ਚਾਰਿਆਂ ਦੀ ਪਖੰਡੀ ਲੋਕ ਸਭਾ ਲਾ ਲੈਂਦੇ ਹੈ ਇਹ ਅਖਾੜਾ ਲਾਉਂਦੇ ਹਨ ਕਾਪਰ ਪਹਿਰ ਕਰੇ ਸਿੰਗਾਰਾ ਉੱਤੋਂ ਕੱਪੜੇ ਪਹਿਰ ਲੈਂਦੇ ਆ ਭੇਖਦੇ ਕਦੇ ਭਗਵੇਂ ਪਾ ਲੇ ਕਦੇ ਚਿੱਟੇ ਪਾ ਲੇ ਕਦੇ ਕਿਸੇ ਰੰਗ ਦੇ ਪਾ ਲੇ ਕਿਉਂ ਕੱਪੜੇ ਪਹਿਰ ਕੇ ਭੇਖ ਬਣਾ ਕੇ ਕਰਹਿ ਸਿੰਗਾਰਾ ਸ਼ਿੰਗਾਰ ਤਰਾਟਕ ਸਾਧਨਾ ਤਿਲਕ ਛਾਪਾ ਲਾਉਣਾ ਆਸਣ ਲਾ ਲੈਣਾ ਇਹ ਸ਼ਿੰਗਾਰ ਕਰਦੇ ਆ ਪੂਰੇ ਤਾਲ ਨਿਹਾਲੇ ਸਾ ਅਤੇ ਤਾਲਾਂ ਨੂੰ ਪੂਰਦੇ ਮਹਾਂ ਬ੍ਰਹਮ ਅਸਮੀ ਨਿਸੰਗ ਭੋਗ ਲਛਮੀ ਅਹੰ ਬ੍ਰਹਮ ਅਕਰੇ ਨਿਸੰਗ ਖਾ ਬਕਰੇ ਇਸ ਪ੍ਰਕਾਰ ਦੇ ਤਾਲਾਂ ਨੂੰ ਪੂਰਦੇ ਹਨ ਮਹਾਂਵਾਕਾਂ ਦੇ ਉਚਾਰਨ ਦੇ ਨਿਹਾਲੇ ਸਾਸ ਅਤੇ ਦੇਖਦੇ ਕਿ ਸਾਡੇ ਸਾਹ ਚੜੇ ਹੁਣ ਦਸਵੇਂ ਦੁਆਰ ਚ ਸਾਡੇ ਸਾਹ ਹੁਣ ਹੇਠਾਂ ਟਿਕਦੇ ਹੀ ਨੀ ਅਸੀਂ ਤੁਰਿਆ ਪਾਤੀ ਇਸ ਰਹਿੰਦੇ ਹਾਂ ਕਿਉਂ ਸਾਹ ਨੂੰ ਰੋਕ ਰੋਕ ਕੇ ਵੇਖਦੇ ਆ ਵੀ ਜਾਣੀ ਸਾਹ ਆਉਂਦਾ ਹੀ ਨੀ
इस प्रकार दिखावा करते हैं। बाकी गले जम का है फास। जो पखंडी आदमी है वह बेसवा वर्गे है, उन्होंने गल च भाई जमा का फाहा जरूर पवेगा। जाके मस्तक लिखियो कर्म, जिन्हों के मथे ने साध सिंह जी चंगे निष्काम कर्म पूर्वले पुन्ना करके मारन लिख दते सो भज पर है गुरु की शरण। ओ भाई भैने कमां नूं छड के भज के गुरु महाराज साहब की शरण पै जांदे हन। कहत नाम देओ एहो विचार, भगत नाम देव जी कहंदे सी ये विचार कहने हां। इन विद संत हो उतरो पार, इस तरीके नाल हे संतो भगतो महाराज की भगती करके गुरु साहब की शरण पाओ, कुसंगत तो बचो, अपना जीवन लायक बनाओ। इस प्रकार इन विद संत हो उतरो पार, संत जनो संसार समुद्र तो मुक्त रूपी किनारे ते पार उतर जाओ, बिच नहीं गोते खाओगे यो मुक्त हो जाओगे। ये भगत नामदेव जी ने उपदेश बख्शे साध संगत जी। कहत नाम देव एहो विचार, इन विद संतो उतरो पार। वाहिगुरु जी का खालसा, वाहिगुरु की फतेह। वाहिगुरू साहिब जीओ। संडा मरका जाए पुकारे, वाहिगुरू जी का खालसा। सतगुरु की साजी नवाजी, गुरु खालसा साहिब संगत जी प्रहलाद जी साखी भगत नामदेव जी दसदे हन, जिवें प्रहलाद नूं महाराज निश्चा बख्शिया सी ते उन्हां दी रक्षा कीती सी, इवें भगत नामदेव की अख्या का वक्त है। अगले शब्द चाहना है पातशाह नामदेव नूं पकड़ लेना है ते नामदेव की वाहिगुरु नूं रक्षा करनी है, जिवें प्रहलाद की रक्षा की वाही दिंदे है। ऐ भगत जी कहिंदे साडी रक्षा मारन कीती है, जो अगले शब्द में आना है। इस शब्द च प्रहलाद की रक्षा का जिक्र आप करते हैं। संडा मरका जाए पुकारे, प्रहलाद भगत जी मुल्तान के बादशाह हरनाक्ष के पुत्र होए हैं। सतयुग के अंदर आप जी जिस वक्त अजे गर्भ में सन, उस वेले इंद्र ये तप करने वास्ते गया सी हरनाक्ष, इंद्र ने इस मुल्तान के ताई लुट लिया सी, इसकी माता के ताई पकड़ के लै चलिया। नारद मुनि राज मिलिया, कहन लगा किथे चलिया, कहदे पेटों जरा जम्मूगा, इन्हों की कोई बेनता की नाश करनी, उन्होंने मारांगा। उस वक्त प्रहलाद नारद ने कहा उन्हें तो कोई मार नहीं सकेगा, वह तो परमेश्वर का भगत होगा। यह सुन के इंद्र ने नमस्कार की, माता की त्रिकम्या करके छड गया। ये ऋषियों के सरन में आके वे माई प्रहलाद की रही, उथे प्रहलाद जी का जन्म होया। सतसंगत का लाभ भगत माला च लिखा, माता नूं उपदेश ऋषि दिंदे रहे। प्रहलाद ने गर्भ में ही चेते करके कमाई की, जन्म भी इन्होंने ऋषियों के सरन से होया सी। परमेश्वर की भगती दृढ़ होए ते जदों मुल्तान विच हरनाक्ष आया, उसने आके अपनी राणी नूं पटाणी नूं भी मंगवाया, ते पुत्र प्रहलाद भी नाल आ गया। पंज भरा होर सन इन्हां दे, अहलाद सुहलाद आदिक जिन्हां दे नाम सन, वड्डे प्रहलाद जी टिक्का सन। इन्हां दे ताईं उस वक्त बैर करके परमेश्वर दे नाल के मेरे भरा हरनाक्ष नूं मारिया सी, इस ने परमेश्वर की भगती करनी, सारे हरनाक्ष नूं हटाती सी। प्रहलाद महाराज का भगत सी, उसके ताई मदरसे च पढ़ने वास्ते कि राजनीति पढ़ाई जाए। संडा के मरका शुक्राचार्य पुरोहित दे इन्होंने दे पुत्र सन, वह मास्टर सन। उन्होंने पास जो प्रहलाद जी पढ़ने लगे, तो प्रहलाद परमेश्वर का नाम छड़े न, उन्होंने राजनीति विद्या पढ़े न। उस वेले संडे के मरके ने जाके पटराणी के कोले फरियाद की, समझा लाओ पुत्र प्रसंग दसदे हन। संडा मरका जाए पुकारे, संडा मरका दोवे शुक्राचार्य के पुत्र सन,
इन्हों जाके फरियाद की पड़ नहीं हम ही पच हारे असि हम के हार गए पटवानी पढ़दा नहीं तेरा पुत्र प्रहलाद जो है राम कह कर ताल बजावे तो राम का नाम उच्चारण करदा ते ताल शैलों बजा दिंदा है चटिया सब बिगारे पाठशाल बच्चे सी ओ बालकिया सारिया भजन कर लाता दंता के पुत्र पुत्रां नूं इन सारे बिगाड़ दिते हन भगती विच लाते हन राम नामा जपबू करे ए प्रहलाद राम दे नाम दा जाप करदा रहिंदा हमेशा हिरदय हर जी को सिमरन धरे हिरदे विच भी ए हरी अकाल पुरख अंतर्यामी दा सिमरन रखदा है रहाओ बस दा बस कीनी सब राजे उसने पटवारी ने प्यार दे नाल सरकार दे नाल यो कहा कि हे पुत्र तेरे राजे पिता ने सारी धरती आपदे वस कर ली अधीन कर ली जिन्ने धरती दे बड़े बड़े राजे सी आपकी सी सब आपदे वस संरक्षण कर ले हैं पुराने जिहदा नाम हरनकश्यप नाम है पर बाणी च महाराज ने सारी थाई हरनाक्ष ही वरतिया है ये आप अपने कल्पा का भेद समझना बेनती करे पटरानी उस वे पटरानी कहनी मैं बेनती कर दी हाँ पूत प्रहलाद कहा नहीं मान ये पुत्र प्रहलाद तू मेरा कहा या मन के परमेश्वर का भजन छड़ के राजनीति क्यों नहीं पढ़ना है बिन तो और ठानी तेरे प्यों तो होर ही मिठी है भी तेन मार देना है तेनू नाश करना चाहता है प्रहलाद ये हो रहा नहीं मेरा राखा परमेश्वर है इस प्रकार साध संगत जी पूत प्रहलाद कहा नहीं मान प्रहलाद पुत्र कहा नहीं मानता है तेन तो और ठानी इसे पिता तो होर ही ठानी भी इनू मार देने जानू ये भजन क्यों कर रहा है ते प्रहलाद तुसन होर ही ठान ली मेरा राखा परमेश्वर हो गएगा दुष्ट सभा मिल मंत्र उपाय अखीर दुष्टा दी मंत्रियां दी सभा च मिल करके हरनाक्ष ने ये मंत्र सलाह नु पैदा किया उम्र लम्मी कर दिए लम्मी उम्र करना मार दिए जानू ए उम्र लम्मी कर दिए कहने जिवें कहिंदे दीवा बड़ा हो गया कहिंदे बुझे नु इवें लम्मी उम्र कर मारन का वाचक है सो मार दिए नानू कहिंदे गिर तर जल ज्वाला पै रखियो भगत जी नु पहाड़ा तो सिर दिता पहाड़ जेड़े सन रूह के गोड़े वांगू नरम हो गए क्यों तर गिर पहाड़ तो थले सिटन तो वह पहाड़ भी इन्हें हड ना भन सके शरीर नाश ना कर सके तर थले सिटने करके जल फिर जल दे डुबोना चाहिया फिर जले डुबे गुर प्रसाद गुरां की कृपा करके जलिया ही डुबिया ही नहीं प्रहलाद पानी विच भी प्रहलाद नू पानी डोब नहीं सकिया ज्वाला पह रख फिर अग दे विच साध संगत जी बिठाता प्रहलाद भगत नू ए जिहड़ी इहदी भूआ सी होर ही हरनाक्ष दी भैण ओ लै के बैठ गई उस वक्त महाराज साहब ने ऐसी कला वरताई हवा दे नाल जिहड़ी चादर सूरज दी उपासना करके इस होर ही प्राप्त कीती होई सी वो चादर प्रहलाद के उत्ते पै गई ते होली जल गई इन्ने दिन जलती गई जदों होला आउंदा ना होला होली विच जिहड़ी खेह शान उड़ाउंदे खुशियां मनाउंदे है लोहड़ी आले दिन अग च लोहण लगी सी साड़न लगी सी प्रहलाद की रख्या होगी ता ही न्याणे दा गुण बढ़दे है वी प्रहलाद भगत की रख्या कीती सी ते इस करके साडे बच्चे भी बच रहणगे उदों दी ये लोहड़ी दा लोकां ने दिन मन्या शुरू किया है इस प्रकार लोहड़ी आला दिन सी जिस दिन प्रहलाद भगत नूं बैठी सी क्यों जल गिर तर जल ज्वाला पै रखियो ज्वाला अग च सड़न दिता प्रहलाद भगत नूं अग्नि दे पै तो भी रख लिया वाहिगुरु ने राजा राम माया फेरी देख लो राजा राम जो परमेश्वर वा राजा प्रकाश रूप राम उन माया ही आपदी फेरती माया की है तत्ता तो सुभा ही बदल दते
अग सारण जोगी नहीं रही, पानी डूबण जोगा नहीं रहा, पहाड़ जेरे सी रूह दे कोड़े वांगू नरम हो गए। इस प्रकार महाराज ने कुदरती प्रभाव की उन्होंने तत्ता के सुभाव ही बदलते, ऐसी आपकी माया शक्ति सुभाव बदल दिते हैं। ये माया फेरती महाराज ने काड़ खड़ग काल भय को प्यो। फिर उस वक्त साल समझी अखीर च जहरा भी दितियां, सप भी लड़ाना चाहे, कोठे भी रखिया, होर थावां च जिक्र आया है। फिर अखीर काड़ खड़ग काल भय को प्यो, काल वर्गा भयदायक कोप दे सहित तलवार कट के काल करने वाले प्रहलाद दा गुस्से दे सेत होया, समेत होया। मोहे बताओ जो तुहे राख है। मैं कहते हूं मैं तेन कतल कर लगा, तलवार मार के गल कटना, मैनू दस जेड़ा तेरी रखा करेगा। यह हरनाक्ष ने उस वे कहा पीत पीतंबर तिर पवन धनी, कहते आठम देख लाल किया, जे तू ए भी समझना पहले जपा अपनी जफी। लाल थम के उत्ते प्रहलाद का कुछ घबरा गया चित के अग सार दूगी। उस वक्त कीड़ी का रूप धार के भगवान उस तपदे थम के उत्ते लाल सुरख होए के फिरन लग गया। प्रहलाद निश्चा आ गया कि वेखो ये कीड़ी नहीं सड़ती, मैं क्यों सड़ूंगा, झट ही थम के जफी पा ली। फिर कहना दस कितने आके थम बच भी है। इस प्रकार हरी दे नाम के ताई पाख्या उचारिया, थम पकदा सी जेड़ा अग दे नाल लाल सुरख किया होया सी। हुण तक मुल्तान चो यादगार प्रहलाद भगत जी चाहे युगां दी कायम है। सार संगे जी थम माए हर पख है। उस वेले प्रहलाद ने कहता थम बिच भी हरी है, ये उचारण कर दिता। फिर पीत पीतंबर तिर पवन धनी, ओ जिसकी पीतंबर पीले बसना धारण पीली पोशाक पहन में जिसकी प्रीति है, प्रीति रूपी पीले बसना पहन वाला जो तिना पवना धनी मालिक ईश्वर थंब माहे हर पख है। वो थंब ने भी जो प्रहलाद ने कहा हरी थंब च भी है, ये ओदी पाख्या वचन पूरा करता। थम पख दे विचों मारा प्रगट हो गए। हरनाक्ष जिन नख है बिदारियो, हरनाक्ष नू नौ दे नाल पार दिता, क्योंकि इन कैसी किसे शस्त्र जाति नाल मैं नाश न होना। इले वर ले हुए सी ना मैं दिने मरा ना मैं रात मरा, ते ना अंदर मरा ना बाहर मरा, ना धरती च मरा ना आसमान च मरा। ये सारे ब्रह्मा दे वर पूरे कीते दिन दे छपा नाल, ताकि प्रतख हो के दिलिया के बचारे रख लिया ना अंदर ना बाहर, ते गोडिया ते रख लिया ना धरती दे ना आकाश ते, ते शस्त्रा की जाति चो क्या देख नौ किहड़े शस्त्रा चो आ, कहिंदे किसे जाति शस्त्रा की चो नी, क्यों ना दे नाल। हरनाक्ष जिन नख है बिदारियो, हरनाक्ष दे ताई इस वाहरा ने ना दे नाल बिदारियो, मेट दिता नाश कर दिता, विशेष करके दर्द का नाश करता। सुर नर किए सनाथ, देवतिया ने दुख दिंदा सी हरनाक्ष, नर पुरखा नु दुख दिंदा सी, सारिया नु सनाथ कल्याण ते सहित किया, सबना दे ताई सुखी कर दिता। इस तरह परमेश्वर ने प्रहलाद भगत की रख्या दे पिछे देवतिया मनुखा की भी रख्या की, ए वाही दिती है प्रहलाद भगत की कि महाराज इवें मेरी रख्या करनगे। कह नाम देव हम नर हर त्याव है, नामदेव जी कहते नरा नु हरे करन वाला, नरसिंह आदि रूपा नु आपकी इच्छा नु धारण वाला, उस परमेश्वर का असि ध्यान करते हैं ध्याने आराम अभय पद दाता। जो परमेश्वर है भाई वह निर्भय पद जी का दाता है, साडे उस परमेश्वर ने साडी रख्या करनी है। ये शब्द गा रहे सी प्रेम दे नाल। सुल्तान पूछे सुन भी नामा, उस वक्त साध संगत जी भगत जी मसाणा दे रस्ते विच राह दे उत्ते बैठे सिमरन कर रहे सन, ते भगतां दे ताई निर्भयता दा दान जिवें प्रहलाद दित्ता है ये निश्चय दिखा रहे सन। उन्हें चिर नूं इक पद्मावती जिसका नाम सी जयदेव जो भगत होया, यहां नाम ब्राह्मण का जयदेव नाम सी,
ਇਹ ਸਰੀਰ ਛੱਡ ਗਿਆ ਜੀ, ਉਮਰ ਪੂਰੀ ਹੋ ਗਈ। ਉਮਰ ਪੂਰੀ ਹੋਣ ਤੋਂ ਇਹਨੂੰ ਵਿਸਾਲ ਭੂਮਿਕਾ ਚ ਉਹ ਪਦਮਾਵਤੀ ਆਦਮੀਆਂ ਤੋਂ ਚੁਕਾ ਕੇ ਲਿਜਾ ਰਹੀ ਸੀ ਤੇ ਇਹਨੇ ਕਿਹਾ ਵੀ ਮੈਂ ਹੁਣ ਸਤੀ ਦਾ ਹੋ ਜਾਣਾ, ਇੱਥੇ ਭਗਤ ਨਾਮਦੇਵ ਜੀ ਬੈਠੇ ਹੈ, ਉਹਨੇ ਦਰਸ਼ਨ ਕਰ ਜਾਵਾਂ। ਜਿੱਥੇ ਭਗਤ ਜੀ ਬੈਠੇ ਸੀ, ਭਗਤ ਜੀ ਦੀ ਸਮਾਧ ਲੱਗੀ ਹੋਈ ਸੀ ਤੇ ਇਹਨਾਂ ਆ ਕੇ ਚੰਗੇ ਵਸਤਰ ਪਹਿਰੇ ਹੋਏ ਸੀ ਸਤੀ ਹੋਣ ਵਾਸਤੇ, ਆ ਨਮਸਕਾਰ ਕੀਤੀ, ਹੱਥ ਵੀ ਮਲੇਰ ਪਕੜਿਆ ਸੀ। ਭਗਤ ਜੀ ਨੇ ਜਦੋਂ ਅੱਖਾਂ ਖੋਲੀਆਂ, ਸੋਹਣਾ ਲਿਬਾਸ ਹੋਏ ਕੇ ਕਹਿੰਦੇ ਬੀਬੀ ਸੁਹਾਗਵੰਤੀ ਹੋ। ਇਹ ਕਹਿਣ ਤੋਂ ਕਹਿਣ ਲੱਗੀ ਭਗਤਾਂ ਦਾ ਬੋਲ ਮਾਰਾ ਇਵੇਂ ਨਹੀਂ ਜਾਣਾ ਚਾਹੀਦਾ। ਉਹ ਲੋਕਾਂ ਨੂੰ ਕਹਿਤਾ ਹੈ ਮੇਰਾ ਪਤੀ ਤਾਂ ਗੁਜ਼ਰਿਆ, ਮੈਂ ਤਾਂ ਸਤੀ ਹੋਣ ਚੱਲੀ ਹੈ। ਇਹਨਾਂ ਨੇ ਕਿਹਾ ਸੁਹਾਗਵੰਤੀ ਹੋਵੇ ਤੇ ਹੁਣ ਇਹ ਸੁਹਾਗਵੰਤੀ ਮੈਨੂੰ ਕਰਨ। ਤੇ ਉਹ ਮੁਰਦੇ ਨੂੰ ਲਿਆ ਕੇ ਜੈਦੇਵ ਦੇ ਸਰੀਰ ਨੂੰ ਭਗਤ ਦੇ ਅੱਗੇ ਪਾ ਦਿੱਤਾ। ਭਗਤ ਕਹਿਣ ਲੱਗਾ ਵੀ ਬੜੀ ਗਲਤੀ ਕੀਤੀ, ਮਨਾ ਜੇ ਚੁੱਪ ਕਰ ਰਹਿੰਦਾ ਚੰਗਾ ਸੀ, ਇਹ ਤੈਨੂੰ ਕੀ ਲੋੜ ਸੀ ਕਹਿਣ ਦੀ ਸੁਹਾਗਵੰਤੀ ਹੋ। ਦਿਲ ਚ ਪਛਤਾਵਾ ਕੀਤਾ, ਪਛਤਾਵਾ ਕਰਨ ਤੋਂ ਫਿਰ ਮਹਾਰਾਜ ਦੀ ਓਟ ਲਈ, ਮਹਾਰਾਜ ਨੂੰ ਅਰਾਧਿਆ, ਅਰਾਧ ਕਰਕੇ ਮਹਾਰਾਜ ਦੇ ਜੋ ਨਾਮ ਦਾ ਉਚਾਰਨ ਕੀਤਾ, ਇਹ ਜੈਦੇਵ ਬ੍ਰਾਹਮਣ ਦੇ ਮੂੰਹ ਚ ਸਤਨਾਮ ਕਹਿ ਕੇ ਮੂੰਹ ਚ ਪਾਣੀ ਪਾਇਆ, ਪਾਣੀ ਪਾਉਣ ਤੋਂ ਜਿਉਂਦਾ ਹੋ ਗਿਆ। ਜਿਉਂਦਾ ਹੋਣ ਤੋਂ ਫਿਰ ਭਗਤੀ ਚ ਲੱਗਾ, ਇਹ ਜੈਦੇਵ ਬੜਾ ਭਾਰੀ ਭਗਤ ਹੋਇਆ। ਜਿਹਦੀ ਆਵਾਜ਼ ਮਹਾਰਾਜ ਕਿਹਾ ਜੈਦੇਵ ਤਿਆਗ ਅਹਮੇਵ ਨਾ ਹੀ ਉਧਰੋ ਸੈਨ ਸੇਵ। ਇਸ ਪ੍ਰਕਾਰ ਦੇ ਇਹ ਭਗਤੀ ਦਾ ਪ੍ਰਤਾਪ, ਭਗਤ ਮਹਾਰਾਜ ਨੇ ਜ਼ਿਕਰ ਆਉਂਦਾ ਜਿਵੇਂ ਜੈਦੇਵ ਜੀ ਨੇ ਹੰਕਾਰ ਛੱਡ ਕੇ ਭਗਤੀ ਕੀਤੀ ਸੀ, ਉਹ ਸਾਰੇ ਪ੍ਰਸ਼ੰਸਾ ਸਿੰਘ ਜੀ ਬੇਅੰਤ ਹਨ। ਇਉਂ ਜੈਦੇਵ ਭਗਤ ਜੋ ਜਿਉਂਦਾ ਹੋ ਗਿਆ ਤੇ ਬਹੁਤ ਲੋਕਾਂ ਚ ਨਾਮਦੇਵ ਦਾ ਜਸ ਵੱਧ ਗਿਆ ਕਿ ਬ੍ਰਾਹਮਣ ਮਰਿਆ ਹੋਇਆ ਜਿਉਂਦਾ ਕਰਦਾ, ਪਦਮਾਵਤੀ ਸੁਹਾਗ ਵਾਲੀ ਬਣ ਗਈ ਹੈ। ਉਸ ਵਕਤ ਸਾਧ ਸੰਗਤ ਜੀ ਕਾਜੀ ਬਹੁਤ ਸਾਰੇ ਈਰਖਾ ਕਰਦੇ ਸੀ, ਭਗਤ ਦੀ ਮਹਿਮਾ ਸੁਣ ਕੇ ਸਹਾਰ ਨਾ ਸਕੀ। ਬਾਦਸ਼ਾਹ ਦੀ ਜਿਹੜੀ ਗਊ ਸੀ ਉਹ ਬਿਮਾਰ ਹੋ ਗਈ। ਬਿਮਾਰ ਹੋਈ ਤਾਂ ਇਹ ਮੁਸਲਮਾਨ ਦਾ ਸੁਭਾਅ ਹੈ, ਪਸ਼ੂ ਨੂੰ ਮਰਨ ਤੋਂ ਪਹਿਲਾਂ ਜਿਵਾ ਆ ਕੇ ਕਰ ਲੈਂਦੇ ਆ ਤੇ ਉਹ ਸਾਡੇ ਖਾਣ ਦੇ ਕੰਮ ਆਵੇਗਾ। ਇਸ ਕਰਕੇ ਸਾਧ ਸੰਗਤ ਜੀ ਕਾਜੀਆਂ ਨੇ ਬਿਸਮਿਲਾ ਕਰਕੇ ਗਊ ਦੇ ਤਾਈ ਜਿਵਾ ਕਰਕੇ ਫਿਰ ਚੇਲੇ ਆ ਗਿਆ। ਕਹਿੰਦੇ ਨਾਮਦੇਵ ਬ੍ਰਾਹਮਣ ਜਿਉਂਦਾ ਕੀਤਾ, ਬਾਦਸ਼ਾਹ ਨੂੰ ਕਹੀਏ ਵੀ ਜਾਂ ਤਾਂ ਮੁਸਲਮਾਨ ਉਹਨੂੰ ਬਣਾ ਤੇ ਜਾਂ ਕਤਲ ਕਰ ਤੇ ਜਾਂ ਗਊ ਜਿਉਂਦੀ ਕਰੇ। ਸਲੀਮ ਸ਼ਾਹ ਬਾਦਸ਼ਾਹ ਸੀ ਸਾਧ ਸਿੰਘ ਜੀ ਪੰਡਰਪੁਰ ਦੇ ਵਿੱਚ ਆਇਆ ਹੋਇਆ, ਇੱਥੇ ਬਾਦਸ਼ਾਹ ਦੇ ਕੋਲ ਕਾਜੀਆਂ ਤੇ ਮੁਲਾਣਿਆਂ ਨੇ ਈਰਖਾ ਦੇ ਨਾਲ ਨਾਮਦੇਵ ਦੀ ਮਹਿਮਾ ਨਾਲ ਸਹਾਰਿਆ ਕਿ ਮੁਰਦੇ ਜਿਉਂਦੇ ਕਰ ਦਿੰਦਾ ਹੈ। ਉਸ ਵੇਲੇ ਇਹਦੇ ਕੋਲ ਸ਼ਿਕਾਇਤ ਕੀਤੀ ਕਿ ਬਾਦਸ਼ਾਹ ਤੇਰੀ ਗਊ ਜਿਹੜੀ ਦੁੱਧ ਪੀਣ ਵਾਲੀ ਹੈ ਉਹ ਅੱਜ ਮਰ ਚੁੱਕੀ ਹੈ ਤੇ ਸਾਥੋਂ ਹਲਾਲ ਹੋ ਚੁੱਕੀ ਹੈ। ਹੁਣ ਇਹ ਨਾਮਦੇਵ ਦੀ ਬੜੀ ਬੜੀ ਆਈ ਹੈ ਤੇ ਜਿਉਂਦੀ ਕਰਾ ਗਊ ਤੇ ਜਾਂ ਮੁਸਲਮਾਨ ਬਣਾ ਇਸ ਨੂੰ। ਇਹ ਸੁਣ ਕੇ ਸਲੀਮ ਸ਼ਾਹ ਨੇ ਹੰਕਾਰ ਚ ਆ ਗਿਆ। ਹੰਕਾਰ ਚ ਆ ਕੇ ਭਗਤ ਨਾਮਦੇਵ ਨੂੰ ਅੱਠ ਘੜੀ ਦੀ ਮੋਹਲ ਦੇਤੀ ਵੀ ਜਾਂ ਤਾਂ ਗਊ ਜਿਉਂਦੀ ਕਰ ਦੇ ਜਾਂ ਮੁਸਲਮਾਨ ਬਣ ਜਾ, ਨਹੀਂ ਕਤਲ ਕੀਤਾ ਜਾਵੇਗਾ। ਇਹ ਤਿੰਨ ਸ਼ਰਤਾਂ ਰੱਖ ਦਿੱਤੀਆਂ। ਤੇ ਉਸ ਵੇਲੇ ਦਾ ਪ੍ਰਸੰਗ, ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਦੇ ਤਾਈ ਇਹ ਪ੍ਰਸੰਗ ਦੱਸਦੇ ਹਨ। ਭਾਈ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਭਾਈ ਗੁਰਦਾਸ ਸਾਹਿਬ ਸੁਣੋ, ਪਾਤਸ਼ਾਹ ਨੇ ਨਾਮਦੇਵ ਨੂੰ ਆਪਦੀ ਪਾਸ ਬੁਲਾ ਕਰਕੇ ਇਸ ਪ੍ਰਕਾਰ ਕਿਹਾ। ਸੁਲਤਾਨ, ਇਹ ਪੰਡਰਪੁਰ ਦਾ ਪ੍ਰਸੰਗ ਹੈ। ਸੁਲਤਾਨ ਪੁੱਛੈ ਸੁਣ ਬੇ ਨਾਮਾ। ਸੁਲਤਾਨ ਜਿਹੜਾ ਸਲੀਮ ਸ਼ਾਹ ਬਾਦਸ਼ਾਹ ਦਾ ਨਾਂ ਸੀ, ਉਹ ਪੁੱਛਣ ਲੱਗਾ ਬੇ ਨਰਾਦਰੀ ਦੇ ਨਾਲ ਵਾ ਕਹਿੰਦੇ ਨਾ, ਹੇ ਨਾਮਦੇਵ ਸੁਣੋ, ਦੇਖੋ ਰਾਮ ਤੁਮਾਰੇ ਕੰਮ। ਮੈਂ ਵੇਖਣਾ ਚਾਹੁੰਦਾ ਤੇਰੇ ਰਾਮ ਦੇ ਕੰਮ। ਕਹਿੰਦੇ ਆ ਰਾਮ ਕਹਿ ਕੇ ਬ੍ਰਾਹਮਣ ਜਿਉਂਦਾ ਕਰਤਾ ਮਰਿਆ ਹੋਇਆ, ਅਸੀਂ ਤੇਰੇ ਰਾਮ ਦੇ ਕੰਮ ਵੇਖਣਾ ਚਾਹੁੰਦੇ ਵੀ ਕਿੰਨਾ ਕੁ ਦਰ ਤੇਰਾ ਰਾਮ ਬਲ ਵਾਲਾ ਜਿਹਦੇ ਭਜਨ ਨਾਲ ਤੂੰ ਮੁਰਦਿਆਂ ਨੂੰ ਜਿਉਂਦੇ ਕਰ ਸਕਦਾ। ਨਾਮਾ ਸੁਲਤਾਨੀ ਬਾਦਲਾ, ਇਹ ਗੱਲ ਕਹਿ ਕੇ ਨਾਮਦੇਵ ਨੂੰ ਕੈਦ ਕਰ ਲਿਆ ਸੁਲਤਾਨ ਬਾਦਸ਼ਾਹ ਨੇ, ਸਲੀਮ ਸ਼ਾਹ ਨੇ, ਕਿ
ਮੁਸ਼ਕਾਂ ਦੇ ਦਿਓ ਕੈਦ ਕਰ ਲੋ ਦੇਖੋ ਤੇਰਾ ਹਰ ਬੀਠਲਾ ਮੈਂ ਵੇਖਣਾ ਚਾਹੁੰਦਾ ਜਿਹਨੂੰ ਤੂੰ ਹਰੀ ਕਹਿੰਦਾ ਜਿਹਨੂੰ ਬੀਠਲ ਭਗਵਾਨ ਪੁੰਡਰੀਕ ਭਗਤ ਨੇ ਇੱਟ ਦਿੱਤੀ ਸੀ ਦੱਖਣ ਚ ਬੀਠਣਾ ਇੱਟ ਲੈਣੇ ਕਰਕੇ ਬੀਠਲ ਨਾਮ ਪਿਆ ਹੈ ਕਿਉਂ ਬੀ ਉਤਪੱਤੀ ਤੇ ਠਾ ਇਸਤਰੀ ਪਾਲ ਪਾਲਣਾ ਕਰਕੇ ਲਾ ਲੈਟਾ ਕਰਨ ਵਾਲਾ ਜੋ ਸਰਵ ਪਾਲਕ ਸਰਵ ਕਾਲਕ ਸਰਵ ਕੋਪਨਕਾਲ ਬੀਠਲ ਆਇਆ ਮੈਂ ਤੇਰਾ ਦੇਖਣਾ ਚਾਹੁੰਦਾ ਹਾਂ ਰਾਉ ਬਿਸਮਿਲ ਗਊ ਦੇਹੋ ਜੀਵਾ ਬਿਸਮਿਲਾ ਗਲਾ ਕੱਟੀ ਹੋਈ ਜਿਹੜੀ ਗਊ ਆ ਸਾਡੀ ਜੀਵਾ ਕੀਤੀ ਹੋਈ ਮੇਰੀ ਗਊ ਸੀ ਦੁੱਧ ਪੀਣ ਵਾਲੀ ਉਹ ਮਰ ਗਈ ਹੈ ਇਸ ਮਰੀ ਹੋਈ ਗਊ ਨੂੰ ਜਿਉਂਦੀ ਕਰ ਦੇ ਨਾ ਤਰ ਗਰਦਨ ਮਾਰੂ ਠਾਂਦੇ ਤੈਨੂੰ ਗਰਦਨੀ ਖੂਨ ਕਰਕੇ ਥਾਂ ਹੀ ਮਾਰ ਦੂ ਇਸੇ ਥਾਂ ਹੀ ਮਾਰ ਦਿਆਂਗਾ ਤੈਨੂੰ ਜਿਉਂਦੇ ਨੂੰ ਜਾਣ ਨੀ ਦਿਆਂਗਾ ਜੇ ਤੂੰ ਜਿਉਂਦੀ ਨਾ ਕਰ ਸਕਿਆ ਗਊ ਨਹੀਂ ਤਾਂ ਗਰਦਨੋਂ ਉਠਾ ਕਰਕੇ ਤੈਨੂੰ ਪੁੱਠਾ ਮਾਰ ਕੇ ਤੈਨੂੰ ਨਾਸ਼ ਕਰ ਦਿਆਂਗਾ ਇੰਨਾ ਹੰਕਾਰ ਚ ਆ ਗਿਆ ਬਾਦਸ਼ਾਹ ਐਸੀ ਕਿਉਂ ਹੋ ਭਗਤ ਨਾਮ ਦੇ ਜੀ ਨਰਮਾਈ ਨਾਲ ਕਹਿੰਦੇ ਫਿਰ ਬਾਦਸ਼ਾਹ ਇਸ ਪ੍ਰਕਾਰ ਕਿਵੇਂ ਹੋ ਸਕਦੀ ਹੈ ਗੱਲ ਬਿਸਮਿਲ ਕੀਆ ਨਾ ਜੀਵੈ ਜਿਹਦਾ ਗਲਾ ਵੰਡਿਆ ਗਿਆ ਹੋਵੇ ਬਿਸਮਿਲ ਮਰ ਗਈ ਹੋਵੇ ਗਊ ਉਹ ਕੋਈ ਜਿਉਂਦਾ ਕਿਵੇਂ ਹੋ ਸਕਦਾ ਇੰਨੀ ਗੱਲ ਹੋ ਸਕਦੀ ਮੈਂ ਨੀ ਜਿਉਂਦੀ ਕਰ ਸਕਦਾ ਉਸ ਵੇਲੇ ਨਾਮ ਦੇ ਨੇ ਉੱਤਰ ਦਿੱਤਾ ਮੇਰਾ ਕੀਆ ਕਛੂ ਨਾ ਹੋ ਤੇ ਨਾਲੇ ਗੱਲ ਵੀ ਮੇਰਾ ਕੀਤਾ ਤਾਂ ਕੋਈ ਹੋ ਹੀ ਨੀ ਸਕਦਾ ਆਪਣੀ ਗਰੀਬੀ ਦੱਸਦੇ ਹਨ ਕਰ ਹੈ ਰਾਮ ਹੋਏ ਹੈ ਸੋ ਰਾਮ ਪਰਮੇਸ਼ੁਰ ਕਰੇਗਾ ਉਹ ਹੋਵੇਗਾ ਇਹ ਵਚਨ ਕੀਤੇ ਬਾਦਸ਼ਾਹ ਚੜ੍ਹਿਓ ਅਹੰਕਾਰ ਜਦੋਂ ਰਾਮ ਦਾ ਨਾਮ ਸੁਣਿਆ ਵੀ ਮੇਰੇ ਸਾਹਮਣੇ ਅਜੇ ਵੀ ਕਲਮਾ ਪੜ੍ਹਨ ਨੂੰ ਤਿਆਰ ਨੀ ਆਪਣਾ ਦੀਨ ਛੱਡਣ ਨੂੰ ਤਿਆਰ ਨੀ ਉਸ ਵੇਲੇ ਹੰਕਾਰ ਚੜ ਗਿਆ ਬਾਦਸ਼ਾਹ ਬੜੇ ਹੰਕਾਰ ਚ ਗੱਜਿਆ ਇਸ ਪ੍ਰਕਾਰ ਚੜ ਕੇ ਗਜ ਹਸਤੀ ਦੀਨੋ ਚਮਕਾਰ ਜਿਹੜਾ ਹਾਥੀ ਹੈ ਨਾ ਗਜ ਵੱਡਾ ਐਨਾ ਪੁੱਤ ਹਾਥੀ ਵਰਗਾ ਉਹਨੂੰ ਚਮਕਾ ਤਾਂ ਸ਼ਰਾਬ ਤੇ ਆਈ ਸੀ ਤੇ ਤਵੀਆਂ ਬੰਨੀਆਂ ਹੋਈਆਂ ਸੀ ਉਸ ਦੇ ਉੱਪਰ ਤੇ ਸੁੰਡ ਨੂੰ ਕਹਿ ਕੇ ਸੁੰਡ ਦੇ ਨਾਲ ਮਹਾਵਤ ਨੂੰ ਕਿ ਇਸ ਨੂੰ ਤੋੜ ਦਿਓ ਇਹ ਹਾਥੀ ਨੂੰ ਸ਼ਰਾਬ ਪਿਆ ਕੇ ਚਮਕਾ ਦਿੱਤਾ ਤੇਜ਼ ਕਰ ਦਿੱਤਾ ਰੁਦਨ ਕਰੈ ਨਾਮੇ ਕੀ ਮਾਂ ਦੀ ਮਾਤਾ ਨੂੰ ਪਤਾ ਲੱਗਾ ਕਿ ਮੇਰੇ ਪੁੱਤਰ ਦੇ ਰਾਹੀਂ ਪਾਤਸ਼ਾਹ ਕਤਲ ਕਰਨਾ ਚਾਹੁੰਦਾ ਹੈ ਉਸ ਵੇਲੇ ਮਾਂ ਨਾਮਦੇਵ ਜੀ ਆ ਕੇ ਰੋਣ ਲੱਗ ਗਈ ਛੋਟ ਰਾਮ ਕੀ ਨਾ ਭਜੈ ਖੁਦਾ ਪੁੱਤ ਜਿਉਂਦਾ ਰਹੇਗਾ ਜੇ ਰਾਮ ਦਾ ਨਾਮ ਛੱਡ ਕੇ ਮੁਸਲਮਾਨ ਬਣ ਗਏ ਇਦੋਂ ਕੀ ਚੰਗਾ ਹੈ ਕਲਮਾ ਪੜ੍ਹਨ ਲੱਗ ਜਾ ਖੁਦਾ ਖੁਦਾ ਕਰਨ ਲੱਗ ਜਾ ਇਹਨੂੰ ਮੈਂ ਜਿਉਂਦੇ ਨੂੰ ਤਾਂ ਦੇਖਦੀ ਤਾਂ ਰਹੂੰਗੀ ਵੀ ਤੂੰ ਜਿਉਂਦਾ ਰਹੇਗਾ ਬਚ ਜਾਏਗਾ ਚੱਲ ਤੂੰ ਇੱਕ ਵਾਰੀ ਕਲਮਾ ਪੜ੍ਹ ਲਾ ਇਹ ਗੱਲ ਸੁਣ ਕੇ ਨਾਮਦੇਵ ਜਿਹੜਾ ਐਡਾ ਬ੍ਰਹਮ ਗਿਆਨੀ ਸੀ ਕੁੱਤਿਆਂ ਦੇ ਮਗਰ ਵੀ ਚਾਰ ਚਾਰ ਕੋ ਸਾਧ ਸੰਗਤ ਜੀ ਘਿਓ ਦਾ ਕੁੱਜਾ ਲੈ ਕੇ ਭੱਜਿਆ ਜਾਂਦਾ ਸੀ ਕਿ ਬਿਸ਼ਨ ਜੀ ਉੱਖੀ ਨਾ ਖਾਓ ਅਸੀਂ ਚੋਪੜੀ ਖਾਂਦੇ ਹਾਂ ਚਾਰ ਕੋ ਤੇ ਬਾਅਦ ਜਾ ਕੇ ਮਹਾਰਾਜ ਨੂੰ ਪ੍ਰਗਟ ਕਰਦੇ ਸੀ ਨਾਮਦੇਵ ਨੇ ਇਸ ਪ੍ਰਕਾਰ ਦਾ ਜਿਹੜਾ ਸਮਦ੍ਰਿਸ਼ਟੀ ਵਾਲਾ ਸੀ ਸਾਰਿਆਂ ਵਿੱਚ ਪਰਮੇਸ਼ਰ ਨੂੰ ਜਾਣ ਵਾਲਾ ਸੀ ਪਰ ਇਸ ਵੇਲੇ ਨੀਂਦ ਚ ਮੰਨਣ ਚ ਕਲਮਾ ਪੜ੍ਹਨਾ ਵੀ ਪਸੰਦ ਕਰਦਾ ਭਾਵੇਂ ਖੁਦਾ ਰੱਬ ਦਾ ਨਾਂ ਹੀ ਹੈ ਪਰ ਮੁਸਲਮਾਨ ਜ਼ਬਰਦਸਤੀ ਉਹਨੂੰ ਆਪਣਾ ਦੀਨ ਮਨਾਉਣਾ ਚਾਹੁੰਦੇ ਸੀ ਧਰਮ ਦੇ ਪੱਕੇ ਭਗਤ ਨਾਮਦੇਵ ਜੀ ਜਦੋਂ ਮਾਂ ਨੇ ਉਹ ਕਿਹਾ ਇਹ ਪੁੱਤਰ ਤੂੰ ਜਿਉਂਦਾ ਰਹੇਗਾ ਖੁਦਾ ਖੁਦਾ ਕਰਨ ਲੱਗ ਗਿਆ ਉਸ ਵੇਲੇ ਨਾਮਦੇਵ ਆਪਣੀ ਮਾਂ ਨੂੰ ਜਵਾਬ ਦਿੰਦਾ ਹੈ ਨਾ ਹਾਂ ਤੇਰਾ ਪੂੰਗੜਾ ਮੈਂ ਤੇਰਾ ਬੱਚਾ ਨਹੀਂ ਹਾਂ ਨਾ ਤੂੰ ਮੇਰੀ ਮਾਂ ਮੇਰੀ ਮਾਂ ਜਿਹੜੀ ਮੈਨੂੰ ਧਰਮ ਤੋਂ ਟੁਲਾਉਣਾ ਚਾਹੁੰਦੀ ਹੈ ਮੈਂ ਮਾਰਾ ਸਾਹਿਬ ਜਿਹੜਾ ਮੈਨੂੰ ਧਰਮ ਦਿੱਤਾ ਹੈ ਉਹ ਧਰਮ ਵਿੱਚ ਪੱਕਾ ਰਹਾਂਗਾ ਇਸ ਕਰਕੇ ਤੂੰ ਮੇਰੀ ਮਾਂ ਨੀ ਤੇ ਮੈਂ ਤੇਰਾ ਪੁੱਤਰ ਨੀ ਜਵਾਬ ਦੇ ਦਿੱਤਾ ਪਿੰਡ ਪੜੈ ਤਾਂ ਹਰ ਗੁਣਗਾ ਜੇ ਮੇਰਾ ਸਰੀਰ ਕਤਲ ਹੋ ਕੇ ਪੜਾ ਡਿੱਗ ਵੀ ਪਵੇਗਾ ਪਿੰਡ ਸਰੀਰ ਤਾਂ ਵੀ ਮੈਂ ਤਾਂ ਮਹਾਰਾਜ ਦੇ ਗੁਣ ਹੀ ਗਾਉਂਦਾ ਰਹੂੰ ਜੋ ਸਾਨੂੰ ਗੁਰਮਤਿ ਦੁਆਰਾ ਨਾਮ ਦੀ ਦਾਲ ਪ੍ਰਾਪਤ ਹੋਈ ਉਹ ਹਰੀ ਦੇ ਗੁਣ ਨੀ ਮੈਂ ਛੱਡਾਂਗਾ ਮੈਂ ਕਲਮਾ ਨੀ ਕਦੇ ਈਨ ਚਾ ਕੇ ਪੜਾਂਗਾ
ਕਿ ਨਾਮਦੇਵ ਜਵਾਬ ਦਿੱਤਾ ਆਪਣੀ ਮਾਂ ਦੇ ਤਾਈ ਕਰੈ ਗਜਿੰਦ ਸੁੰਡ ਕੀ ਚੂ। ਉਸ ਸਾਧ ਸਿੰਘ ਜੀ ਗਜਿੰਦ ਜਿਹੜਾ ਵੱਡਾ ਹਾਥੀ ਸੀ ਉਹ ਨਾਮਦੇਵ ਜੀ ਦੇ ਤਾਈ ਸੁੰਡ ਦੀ ਚੋਟ ਮਾਰਨ ਲੱਗਾ, ਪਕੜ ਕੇ ਮਾਰਨਾ ਚਾਹੁੰਦਾ ਪਟਕਾ ਕੇ। ਨਾਮਾ ਉਭਰੈ ਹਰ ਕੀ ਹੋ। ਮਹਾਰਾਜ ਸਾਹਿਬ ਦਾ ਨਾਮ ਭਗਤ ਨਾਮਦੇਵ ਦੇ ਅੰਦਰ ਵਸਿਆ ਸੀ। ਮਹਾਰਾਜ ਦੀ ਉਹ ਟੇਕ ਦੇ ਆਸਰੇ ਨਾਮੇ ਦੇ ਚੋਟ ਨੀ ਹਾਥੀ ਮਾਰ ਸਕਿਆ, ਨਾਮਾ ਹਰੀ ਦੇ ਓਟ ਆਸਰੇ ਬਚ ਗਿਆ। ਉਹ ਹਾਥੀ ਨੇ ਸੱਟ ਨੀ ਮਾਰੀ, ਆਪਣਾ ਸੁੱਟ ਦੇ ਨਾਲ ਪਕੜ ਕੇ ਨਾਮਦੇਵ ਨੂੰ ਸਿੱਟ ਨੀ ਸਕਿਆ। ਕਾਜੀ ਮੁੱਲਾ ਕਰੈ ਸਲਾਮ। ਫਿਰ ਉਸ ਵੇਲੇ ਬਾਦਸ਼ਾਹ ਕਹਿੰਦਾ ਵੇਖੋ ਇਹ ਨਾਮਦੇਵ ਨੂੰ ਹਾਥੀ ਮਾਰਦਾ ਨੀ, ਕਾਰਨ ਕੀ ਹੈ? ਤੇ ਨਾਮਦੇਵ ਜਿਉਂਦਾ ਕਿਉਂ ਬੈਠਾ, ਹਾਥੀ ਨੂੰ ਚੀਰਿਆ ਕਿਉਂ ਨੀ? ਉਸ ਵੇਲੇ ਬਾਦਸ਼ਾਹ ਹੰਕਾਰ ਨਾਲ ਉਹ ਕਹਿੰਦਾ ਕਾਜੀ ਮੁੱਲਾ ਕਰੈ ਸਲਾਮ। ਦੇਖੋ ਕਾਜੀ ਜਿਹੜੇ ਮੁਸਲਮਾਨ ਦੀ ਸ਼ਰ੍ਹਾਂ ਦੀ ਅਵਸਥਾ ਤੇ ਜਾ ਕੇ ਮਲਾਣੇ ਜਿਹੜੇ ਮੁੰਡਿਆਂ ਨੂੰ ਪੜ੍ਹਾਉਣ ਵਾਲੇ, ਅਤੇ ਉਹ ਮੈਨੂੰ ਸਾਰੇ ਕਾਜੀ ਤੇ ਮਲਾਣੇ ਬਾਦਸ਼ਾਹ ਜਾਣ ਕੇ ਸਲਾਮਾਂ ਕਰਦੇ ਹੈ। ਇਨ ਹਿੰਦੂ ਮੇਰਾ ਮਲਿਆ ਮਾਂ। ਨਾਮਦੇਵ ਜੀ ਨੂੰ ਹਿੰਦੂ ਕਹਿੰਦਾ। ਨਾਮਦੇਵ ਦਾ ਆਪਣਾ ਨਿਸ਼ਚਾ ਹੈ ਕਿ ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ, ਨਾਮੇ ਸੋਈ ਸੇਵਾ ਜਾਂ ਦੇਹਰਾ ਨਾ ਮਸੀਤ। ਨਾਮਦੇਵ ਹਿੰਦੂ ਤੇ ਮੁਸਲਮਾਨ ਤੋਂ ਨਿਆਰਾ ਹੈ, ਪਰ ਫੇਰ ਵੀ ਇਹ ਹਿੰਦੂ ਸ਼ਬਦ ਨਾਲ ਹੀ ਵਰਤਦੇ ਹੈ ਨਾ, ਕਹਿੰਦੇ ਇਨ ਹਿੰਦੂ। ਇਨ ਹਿੰਦੂ ਮੇਰਾ ਮਲਿਆ ਮਾਂ। ਇਸ ਹਿੰਦੂ ਨਾਮਦੇਵ ਨੇ ਮੇਰਾ ਜਿਹੜਾ ਮਾਣ ਸੀ ਸਾਰਾ ਮਿੱਟੀ ਚ ਮਲਾ ਦਿੱਤਾ। ਮੇਰੇ ਆਖੇ ਮੁਸਲਮਾਨ ਨੂੰ ਨੀ ਬਣਦਾ ਹੈ ਤੇ ਗੂ ਵੀ ਜਿਉਂਦੀ ਨਹੀਂ ਕਰਦਾ ਹੈ। ਬਾਦਸ਼ਾਹ ਬੇਨਤੀ ਸੁਣੀ। ਉਸ ਵੇਲੇ ਸ਼ਹਿਰ ਦੇ ਲੋਕ ਆਏ ਸਾਰੇ, ਸਾਰੇ ਸ਼ਹਿਰ ਦੇ ਲੋਕਾਂ ਨੂੰ ਪੰਡਿਤ ਤੁਰਦਿਆਂ ਨੂੰ ਕਿਹਾ ਕਿ ਬਾਦਸ਼ਾਹ ਸਾਡੀ ਬੇਨਤੀ ਸੁਣ, ਅਸੀਂ ਤੇਰੇ ਅੱਗੇ ਬੇਨਤੀ ਕਰਦੇ ਹਾਂ। ਨਾਮੇ ਸਰ ਭਰ ਸੋਨਾ ਲੈ। ਨਾਮਦੇਵ ਨੂੰ ਤੱਕੜ ਚ ਪਾ ਕੇ ਇਹਦੇ ਬਰਾਬਰ ਸੋਇਨਾ ਭਰਨਾ ਸਾਡੇ ਪਾਸੋਂ, ਅਸੀਂ ਤੈਨੂੰ ਸੋਇਨਾ ਦੇ ਦਿੰਦੇ, ਇਹਦਾ ਕਸੂਰ ਕੋਈ ਨੀ, ਇਹਨੂੰ ਜਿਉਂਦਾ ਛੱਡ ਦੇ, ਇਹਨੂੰ ਮੁਸਲਮਾਨ ਨਾ ਬਣਾ, ਇਹਨੂੰ ਕਤਲ ਨਾ ਕਰ। ਇਹ ਜਦੋਂ ਸਲੀਮ ਸ਼ਾਹ ਨੂੰ ਸ਼ਹਿਰ ਦੇ ਲੋਕਾਂ ਨੇ ਕਿਹਾ ਇਹ ਸਾਥੋਂ ਸੋਇਨਾ ਭਰਨਾ ਇਹਦੇ ਬਰਾਬਰ, ਮਾਲ ਲਿਓ ਤਾਂ ਦੂਜਕ ਪਰੋਂ। ਇਹ ਐਡਾ ਹੰਕਾਰੀ ਹੈ, ਕਹਿੰਦਾ ਜੇ ਤੁਹਾਡੇ ਪਾਸੋਂ ਲੋਕੋ ਮੈਂ ਮਾਲ ਲੈ ਲਵਾਂ, ਤੇ ਮਾਲ ਲੈ ਕੇ ਸ਼ਰ੍ਹਾਂ ਨੂੰ ਛੱਡ ਕੇ ਮੁਸਲਮਾਨ ਬਣਾਉਣਾ ਛੱਡ ਕੇ, ਕਹਿੰਦੇ ਜਿਹੜਾ ਕਾਫਰਾਂ ਨੂੰ ਮੁਸਲਮਾਨ ਬਣਾਉਣਾ ਹੈ ਇਹ ਭਿਸ ਵਿੱਚ ਉਹਨਾਂ ਨੂੰ ਸਵਾਬ ਪੁੰਨ ਮਿਲਦਾ ਹੈ। ਇਹ ਕਹਿੰਦਾ ਜੇ ਮੈਂ ਮਾਲ ਲੈ ਲਵਾਂ ਤੁਹਾਡੇ ਕੋਲੋਂ ਤੇ ਨਾਮਦੇਵ ਨੂੰ ਮੁਸਲਮਾਨ ਬਣਾਉਣ ਤੋਂ ਛੱਡ ਗਿਆ ਤਾਂ ਮੈਂ ਨਰਕ ਚ ਪੈਣਾ, ਕਹਿੰਦਾ ਮੈਂ ਦੀਨ ਵਧਾਊਂਗਾ, ਕਦੇ ਤੁਹਾਡੇ ਪਾਸ ਨਾਮੇ ਦੇ ਬਰਾਬਰ ਸੋਨਾ ਨਹੀਂ ਲਾਉਂਗਾ। ਐਡਾ ਹੰਕਾਰ ਵਿੱਚ ਬਾਦਸ਼ਾਹ ਨੇ ਕਿਹਾ ਦੀਨ ਛੋਟ ਦੁਨੀਆ ਕਾ ਭਰ। ਮਜ਼ਹਬ ਨੂੰ ਛੱਡ ਕੇ ਦੁਨੀਆ ਮਾਇਆ ਨੂੰ ਭਰਨਾ ਉਹਦੇ ਖਜ਼ਾਨੇ ਚ, ਮੈਂ ਨੀ ਤੁਹਾਡਾ ਸੋਨਾ ਲੈਣਾ, ਮੈਂ ਦੀਨ ਹੀ ਵਧਾਉਣਾ, ਮੁਸਲਮਾਨ ਜ਼ਰੂਰ ਬਣਾਵਾਂਗਾ ਇਹਨਾਂ ਦੇ ਤਾਹੀ। ਪਾਵੋ ਬੇੜੀ ਹੱਥੋਂ ਤਾਰ। ਨਾਮਦੇਵ ਨੂੰ ਸਜ਼ਾ ਦਿੱਤੀ, ਪੈਰਾਂ ਚ ਬੇੜੀਆਂ ਪਾਤੀਆਂ, ਹੱਥਾਂ ਵਿੱਚ ਸਾਧ ਸਿੰਘ ਜੀ ਹੱਥ ਕੜੀਆਂ ਮਾਰਤੀਆਂ, ਹੱਥਾਂ ਵਿੱਚ ਛੈਣੇ ਪਕੜੇ ਹੋਏ ਹਨ ਨਾਮਦੇਵ ਦੇ। ਨਾਮਾ ਗਾਵੈ ਗੁਣ ਗੋਪਾਲ। ਹੱਥ ਕੜੀਆਂ ਜੀ ਖੜਕੇ ਦੇ ਨਾਲ ਹੀ ਜਪਦੇ ਹੈ, ਪਰ ਤਾਲ ਸ਼ਬਦ ਇੱਥੇ ਬੇੜੀ ਦੇ ਥਾਂ ਆਪਣੇ ਹੱਥ ਕੜੀ ਦੇ ਥਾਂ ਛੈਣੇ ਸਮਝਣੇ, ਪੈਰਾਂ ਨੂੰ ਡੰਡਾ ਬੇੜੀ ਲਾ ਦਿੱਤੀ ਹੈ। ਨਾਮਦੇਵ ਜੀ ਛੈਣੇ ਵਜਾ ਕੇ ਮਹਾਰਾਜ ਦੇ ਗੁਣਾਂ ਨੂੰ ਗਾ ਰਹੇ ਹਨ। ਗੰਗ ਜਮਨ ਜੋ ਉਲਟੀ ਬਹਿ। ਨਾਮਦੇਵ ਤੂੰ ਮੁਸਲਮਾਨ ਬਣ ਜਾ, ਕਹਿੰਦਾ ਤੁਸੀਂ ਮੈਂ ਆਪਣੇ ਧਰਮ ਨੂੰ ਛੱਡਦੇ ਹਾਂ। ਗੰਗ ਜਮਨ ਜੋ ਉਲਟੀ ਬਹਿ, ਗੰਗਾ ਜਿਹੜੀ ਹੈ ਚੜ੍ਹਦੇ ਨੂੰ ਜਾਂਦੀ ਹੈ ਤੇ ਜਮਨਾ ਵੀ ਇਸ ਪਾਸੇ ਰਲ ਕੇ ਜਾਂਦੀਆਂ ਹਨ। ਜੇ ਉਲਟੀਆਂ ਪੱਛੋਂ ਵੱਲ ਨੂੰ ਵਗਣ ਲੱਗ ਜਾਣ ਇਹ ਆਪਦਾ ਸੁਭਾਅ ਛੱਡ ਦੇਣ ਤਾਂ ਨਾਮਾ ਹਰ ਕਰਤਾ ਰਹੇ। ਨਾਮਦੇਵ ਕਹਿੰਦਾ ਤਾਂ ਵੀ ਮੈਂ ਮਹਾਰਾਜ ਦਾ ਨਾਮ ਹੀ ਉਚਾਰਦਾ ਰਹੂੰਗਾ, ਮੈਂ ਕਦੇ ਕਲਮਾ ਨਹੀਂ ਪੜਾਂਗਾ। ਇਹ ਆਪਣਾ ਨਿਸ਼ਚਾ ਦੱਸਿਆ ਭਗਤ ਜੀ ਨੇ। ਸਾਤ ਘੜੀ ਜਬ ਬੀਤੀ ਸੁਣੀ। ਫਿਰ ਅੱਠ ਘੜੀ ਦੀ ਮੋਹਲਤ ਦਿੱਤੀ ਸੀ ਸਾਧ ਸੰਗਤ ਜੀ ਬਾਦਸ਼ਾਹ ਨੇ ਵੀ ਅੱਠ ਘੜੀ ਜਾਂਦਾ
मुई गऊ ज्योदी कर दे जा मुसलमान बन जाने कतल किया जाएगा। क्यों सत घड़िया का जो गजल बज गई अठवीं है जी एक घड़ी रही सी कतल होने से प्रतिज्ञा च जो सत घड़िया गुजरिया सुनिया नामदेव ने दिल च संकल्प होया तिना पौना तनी अजे भी नहीं आया हूं ती मेरी अख्या ने की हालत होगी इना संकल्प हो गया उस वे अजो ना आयो तिर भवन धनी परमेश्वर हूं भी आके मेरी अख्या ने की है पाखंतन बाज बजाए उस वे साध सिंह जी पाखंतन गंग के बाजे का खंभा के नाल बाजा बजता हों गर्ग के उत्ते चढ़ करके महाराज आ गए पाखंतन उस वे पंछियों चो जो गरड़ पंछी है पंछियों का राजा ओदे खंभा का बाजा बजता आ रहा है गरड़ चढ़े गोबिंद आए ला पाखंतन नाम साहब संघ जी पैर के गजल का बाजा दूरे का दूरा बाजा जो पैर की गजल का बाजा बजिया खड़का होया गरड़ चढ़े गोबिंद आए ला उस वे गरड़े से सवार हो के गोबिंद अकाल पुरख जी आ गए दूसरे अर्थ कर दे गरड़ चढ़े गारू मंत्र जेड़ा भगत नामदेव दे सी वह हिरदे चो नाम दे प्रगट होके महाराज साहब गोविंद जी आ गए अपने भगत पर की प्रतपाल भगत ते ताई आके प्रतपाला करने वास्ते आ गए महाराज गरड़ चढ़े आए गोपाल घोड़े से या गरड़ दे ते सवार हो करके गारू मंत्र के भाई कश्मीर वाला जरा शेर सा होया उन गारू मंत्र अर्थ किया है जो मंत्र वसया सी नामदेव के हिरदे च उसकी उपासना दे करके प्रगट होके गोपाल जी आए कह ता तरन एक उड़ी करो इन्होंने आत्म संस लिखना किया आत्म संस्था इतों वाले रवीर सन भी लिखिया इन्होंने इस प्रकार का दसवें पातशाह जी बाबत भी जेडे दैता आदकों के नाम है उन्होंने भी कश्मीरी शेर सिंह ने जिक्र करके दैवी संपदा असल संपदा गिनी तेती देवते भी लिखे हैं उत्थे जिक्र किया इस प्रकार गरड़ चढ़े आए गोपाल हां जी कहता तरन एक उड़ी करो उस वे अंदर जामे ने प्रताख हो के कहा कहे नामदेव जे तू कहे ता धरती केड़ी कर दिए बादशाह दे आए वाली सारी ता ले कर उपर नामदेव इन्हें सिर दे लैके रख दिया धरती थले ही गर करके इस बादशाह नु मार दिया मैं कहता मुई गऊ देव जीवा जिया कहता तार कर कहता लेकर ऊपर करो कहता तले दे जेड़े उत्ते कर दिया तो उतने हेठ कर दिया मुद्दे कर दिया जे चेढ़ी धरती कर दिया कहता मुई गऊ देव जिया कहता तेरा समचित किसे नु तू दुख नहीं देना चाहता जे इना ही चाहिए मुई गऊ ही मैं जिंदी कर दिया सब कोई देखा पतिया कहते सब कोई देख ले भी ये प्रत्यावा लगे कि महाराज ने मुई गऊ नामदेव की जिंदी कर दिती ये सारे नु भरोसा आ जाए अजमैश कर लैन नामा परण वै सेल मसेल नामदेव क्या महाराज की पातशाह के सिर ते धरती रखनी है की टेढ़ी करनी है की थले लोगों मुद्दे करना है उतलिया नु हेठ करना है इवें ही करो ये मुई गोई ज्योदी कर दो इस प्रकार महाराज उस वक्त नामदेव की यह बेनती ने सुन के मुई गऊ ज्योदी कर दिती ते नामदेव जी ने उस वे नामा परणवै सील मसील बेनती पूर्व कहते हैं भगत नामदेव जी असी सेल नाम न्याणा मसेल मिला करके गऊं छड़ मारन तो गऊं के पिछले पासे रस्सा लत्तां पा दो न्याणा कहते हैं नामदेव जी कहते हैं सेल न्याणे नूं मसेल मिला के गऊ दुहाई बछड़ा मेल इस प्रकार गऊ दे ताई दुहाई चो लिया बच्छे दे ताई मेल करके ज्योंदी होगी गऊ जदों वेखी परवा नाम दियो
बेनती पूर्व कथन करते नामदेव जी कि सलेम शाह जरा सी वह सेलकारियों सहम तो सहमती होया कहते हूं किए करिए तो मुई गौ जो की होगी ये मुसलमान नहीं आप बना सके तुम दौ राय किमें करिए। बादशाह ने दसिया कारियों ने कहा कि बादशाह यह जो हिंदू नहीं रह देना चाहिए मुसलमान बना लेना चाहिए क्यों सहम तो सहमती हो के उस सलेम सलेम पातशाह जरा वह सहमत करके कारिया आप बादशाह मंदिर च लिया गया तुम बना लो मुसलमान मुई गऊ भी जी होगी है गऊ दुहाई बछरा मेल बच्चा मिला के गऊ चुआती नामदेव ने दूध है दुहे जब मटकी भरी भगत नामदेव जी दूध नो चो करके जदों मटकी दुध ही भर दिती मरी हुई गऊ जी करके ले बादशाह के आगे तरी मटकी बादशाह के अगे रख दिती इस प्रकार बादशाह दे सामने ले भी जिंदी गऊ हो गई है दुध चो दिता के नामदेव जी ने किया कौतुक बादशाह महल मह जा बादशाह शर्मिंदा हो गया सारे शहर वालों तो भी ते पर पकारियां ते मुलाने नु सहमत कर गया आपको आपकी सहमत करके बादशाह महल मह जाए कहना मैं महिला चला जाना तुसी इन मुसलमान बना लो इस तरीके दे नाल आ महिला भी चलिया गया उथे टल गया पब्लिक दे विचों आओ घट की घट लागी आ जदों इहदी बेईमानी ए महाराज जाणी उसे वेले सूल होण लग गया बादशाह आओ घट की घट लागी आ औखी घड़ी जिहड़ी सी काल वाली उहनूं ओह घड़ी आ के औखे वेले ही लागी अंत दा वेला आ गया सूल होण लग गया मौत चेते आ गई बादशाह दे काजी मुल्ला बिनती फरमाया ते मुलाने नूं आप दे कोले सद लिया सद के बेनती फरमाया के कही कहो भी जाओ नामदेव दे कोले बख्शी हिंदू मैं तेरी गाय इस प्रकार हिंदू गां की रक्षा करते मैं भी तुहाडी मारा गां है तुसी हिंदुआं दे सरताज हो मैनू बख्श लो मैनू कहरी गऊ समझ के मैनू बख्श लो ये बजन बादशाह डरदे ने सूल तो मौत तो डरदे ने कहे सलेम शाह ने नामा कह सुनो बादशाह नामदेव नू काजी मुलाने नाल लै गए बादशाह दे कोले नामदेव जी जाके कहन लगे हे बादशाह सुनो यो किश पतिया मुझे दिखा जेड़ा पतियावा है करा मात दा परचा मैं विखाया कहिंदे मैं नहीं विखाया ये तो महाराज के कौतुक है तैं खोटी नीत कीती भी इन मुसलमान बना लीए ये महाराज नहीं जिथे मुई गऊ जी उंदी कीती है उथे तैनु जिहड़ा सूल कीता औखी घड़ी आप लगी है ये महाराज नहीं कीता जो कुछ कीता मैं नहीं कुछ विखाया इस पतिया का यह परवान निश्चय आ गया भी मेरी हुण मौत की घड़ी आ गई है इस पतियावे का करामा दे पतियावे का प्रमाणिक लाभ समझ साच सील चल हो सुल्तान दर्शन करने सूल हट गया नामदेव दे कहन लगे पातशाह एक तो सचा न्या करया कर एक सील नरम रहा कर इस तरह न्या करके बादशाह चाली जिनी तेरी जिंदगी है ये जे तेन करा मात का पता लगा परमेश्वर ने कृपा करती मुई गौ जी उन्दी करती ते तेरा सूल भी दर्शन हट गया ता हूं तू सचा न्याय करया कर सील सुहाव चलिया कर बादशाह इस कम च चलने करके तेरा जीवन जेड़ा है सफला होगा दे वास्ते ये नामदेव जी ने उपदेश दिता नामदेव सब रहा समाए नामदेव जी का जस सारे किसान संघ जी समा रहा है मिल रहा है मिल हिंदू सब नामे पह जा हिंदू लोग सी सारे मिलके भगत नामदेव दे कोले जांदे हन दर्शन करदे जो अब की बार ना जीवेगा गल्लां करदे लोग जे एक ही बार मुई गऊ जिउंदी ना लैण नामदेव दे पासों हुंदी ता नामदेव का पतिया जा नामदेव दा भगती दा जिहड़ा पतियावा है ना अजमैश करामात ये लोगों जो चली जानी सी लोगों भगती नहीं सी करया करनी कहना सी लोगों भी नामदेव की रख्या नहीं परमेश्वर ने की हुण भगती करके की लैणा
इस प्रकार नामदेव जी जी ये करामात का परचा सी ये चलिया जाना सी दुनिया चो नामे की कीर्त रही संसार। इस प्रकार साध सिंह जी नामदेव जी की महिमा सारे संसार फैल रही है। भगत जना ले उधरिया पार, जो भगत जन से उन्होंने लैके संसार तो पार उधर गया, मुक्त हो गया। सगल कलेश निंदक पया खी, देख लो निंदा करने वाले काजिया पातशाह सारे कलेश आ चिंबड़े, दुख होया सूल होया, अखीर माफी लैन तो राजी होए। नामे नारायण नाही भेद हो गया सारे नु भाई गुरदास जी गुरु अर्जन देव जी कहते हैं भगत नामदेव नारायण परमेश कोई फर्क नहीं, कोई जोत है परमेश्वर जिमें राम कबीरा एक पे है कि नामदेव नारायण एक ही रूप हो गए हैं। कर दूजा जौ गुर देव ता मिले मुरार। सार संग जी इस प्रकार महाराज साहब जी ने भगत की रक्षा की, इन्ना भेद समझना सतगुरु साहब जी ने सिख संतां नूं शक्तियां वाले बड़े सिख सन करामातां दे मालक सन पर भाणा मनना नाल दस्सिया कि रिजाज चलिया तो जो वाहिगुरू करे उहदे च प्रसन्न रहना। ये भगतों में जो उकड़ पैंदी सी उस वेले साध संगत जी महाराज चेते करदे सी ते महाराज नूं रक्षा करदे सी। गुरसिख चेते दा महाराज नूं जरूर करदे है पर रक्षा दे थां भाणा मनना चंगा समझदे है। जिवें साहिबजादे बाबा फतेह सिंह साहब जी ते बाबा जोरावर सिंह जी नीमा चुने गए, जदों सदने नूं चुनिया गया सी नीओ च उथे प्रयागराज के किले महाराज साहब अगे बेनती की सी, महाराज ने रक्षा की सी। इसे प्रकार जे चाहते साहबजादे उस प्रकार रक्षा कर सकते सी अपनी, पर कुरबानी देनी नहीं, नवे पातशाह शीश दिता सी ते करामात नहीं विखाई, इवें साहबजादियां ने भी शीश अपने बार के हिंदू धर्म की रक्षा की है। साध संगत जी ये भाणा मनने की जाच जी है भगतों तो बधीर गुरसिखी विच है, गुरसिख बन के भाणा भी नाल मनना है। जिथे भगत परमेश्वर नूं प्रताप करके आपकी रक्षा कराते है उथे गुरसिख भाणा मन के महाराज नूं पाउंदे है। ये गुरमत दा असूल नाल प्रगट करन वास्ते महाराज जी ने कौतक कीते हन। जिहड़ा बाबा दीप सिंह तली ते सिर रख के तीन को आ सकता अमृतसर साहब विच, मनी सिंह साहब बंद बंद कटा के ते फिर सारे शरीर के टुकड़िया विचों सुखमनी साहब का पाठ हो सकता है, भाई मनी दास साहब जी का आरे में शरीर चीरिया जाता है, जब साहब का पाठ हो सकता है, वह की सिखी उन्नी सी कर सकते, सब कोई कर सकते सी, पर भाणा मनन का जी गुरु साहब की आग्या सी चलन का मार्ग गुरु साहब ने चलाया। इस करके गुरसिखा की जी वडियाई है भाई गुरदास जी ने भगतों को भी वड्डी दसी है। कर दूजा जौ गुर देव ता मिले मुरार। ये सारी चीज दसदे हन हुण गुरदेव जी की कृपा करके है, ये शब्द विच दसदे हन भगत नामदेव जी। कर दूजा दूजा घर गुजारदे है जौ गुर देव ता मिले मुरार। ये भाई जदों गुरु नानक देव जी की कृपा हुंदी है तो उस वे गुरुदेव जी की कृपा होंदी है तो मुरारी परमेश्वर नाल मिल पईदा है। जौ गुरुदेव ता उतरै पार। जदों सतगुरु देव जी की कृपा होंदी तो संसार समुद्र भाई पार उतर जाईदा है। जौ गुरुदेव ता बैकुंठ तरै। जदों सतगुरु देव जी की कृपा होंदी है उस वेले तरह नरक चो तर के बैकुंठ की प्राप्ति हो जाती है, बकुंठ आदकों भी थले समझन लग जाता है, कई बकुंठ नहीं लवे लागे, मुक्त बपड़ी भी ज्ञानी त्यागे। जौ गुर देव ता जीवत मरे। जदों सतगुरु देव जी की कृपा होंदी है उस वे जीवत भाव तो मर के परमेश्वर च मिल जाता है।
सत 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 सतगुर देव। सतगुरु जी तिना कल सत स्वरूप सी, भूतकाल च भी सत स्वरूप सन, वर्तमान काल च भी सत स्वरूप होणगे, भविखत काल च भी। क्यों सतगुरु देव जी सत तिना कल सत स्वरूप है। सत स्वरूप महाराज सतयुग च भी सी, तू सतगुरु क्यों जुगी आप आपे परमेश्वर। त्रेते च भी सत स्वरूप सी, द्वापर च भी सत स्वरूप सी, सतगुरु देव जी कलयुग विच भी सत स्वरूप है। ऐसा निश्चय करो गुरु साहब जी बावत। झूठ 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 आन सब सेव। झूठी सी सतयुग च भी, होर किसे देवते दी इहदे सेवा करदी सी। त्रेते च भी झूठी सी, द्वापर च भी झूठी सी, कलयुग च भी झूठी है। आन होर देवते जिहड़ी सेवा करनी है, आन द्वैत विच पै के तिना कालां च भी झूठी है। इसे प्रकार झूठ 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 आन सब से। खाणियां दे विच भी होर किसे जिहड़ी पहल करनी है, वह झूठी है, झूठी है, वह झूठी है। निश्चय कर लो होर किसे दी पहल करनी, जो महाराज नूं छड के हर की सेवा ते परम बल पाइए, दूजी सेवा जन्म बिरथा जाएगी। रहाओ जौ गुर देव ता नाम दृढ़ावे। देव जी प्रसन्न होंगे तो महाराज का नाम दृढ़ कराउंदे, बसा देंदे हिरदे च। जौ गुर देव ता दह दिस धावे, ना दह जौ गुर देव ना दह दिस धावे। जदों गुरदेव जी प्रसन्न होंगे दसो दिशा जी मन दौड़दा, दसे इंद्रियां जी जिस तरफ विषयां जी मन दौड़दा नहीं, भटकणों हट जांदा। दसो दिशा जी जूनियां च धौणों हट जांदा है। जौ गुर देव पंच ते दूर। जदों सतगुरदेव जी प्राप्त मेल करदे आ, पंजां बुखारां तों दूर हो जांदा है। जौ गुर देव ना मर बू। जदों सतगुरु महाराज जी देव प्रसन्न होंदे आ, फिर झुर झुर के नहीं जीव मरदा, झोरियां तो रहित हो जांदा है। जौ गुर देव ता अमृत बाणी। जदों सतगुरु देव जी की कृपा होंदी उदों बाणी च अमृत भर जांदा है। जदों बोलदा आप नूं भी रस आउंदा, दूजिआं नूं भी आनंद प्राप्त हुंदा। ब्रह्म ज्ञानी की दृष्ट अमृत वर्षी, ब्रह्म ज्ञानी की बाणी विचों भी अमृत बचन साहब की बाणी निकलदा है। जौ गुर देव ता अकथ कहानी। जदों अमृत नाम दे देण वाली बाणी मुखों निकलदी है हुणी। जौ गुर देव ता अकथ कहानी। जदों गुरदेव जी दी प्राप्त सतगुरु की कृपा हुंदी है, ता कहण तो रह जो सूत लखणा वाली कथा है, तदस्ती लखणा करके जाने जो ओ प्राप्त हो जांदी है। जौ गुर देव ता अमृत दे। जदों गुरदेव जी कृपा करन ता अमृत दा घुट मिलदी है पीण नूं, अमृत दे के निहार कर दिंदे है। दे अमृत मरण तो रह दे अखंड चेतन दे, महाराज साहब बख्श दिंदे हन। जौ गुर देव नाम जप ले। जदों सतगुरु देव जी दी कृपा होंदी उदों ये जीव नाम जप लैंदा है। जौ गुर देव पवन त्रै सूझै। सतगुरु देव जी की कृपा होंदी तिना भवना च परमेश्वर दे से आउंदा है, तिना भवना च जागर सुपन सखोव च मन भरमदा है, दिशियां रोक रोक ली रहन देख के। जौ गुरु देव ऊच पद पूजे। सतगुरु देव जी की कृपा हुंदी है, उची पदवी तुरिया अतीत जिहड़ी है ओह है वो त्रिगुण अतीत, उस स्वरूप नूं बुझ लईदा समझ लईदा है। जौ गुरु देव ता शीस आकाश। जदों सतगुरु देव जी की कृपा हुंदी है उदों गर्दन फराज हो जांदा है, आकाश तक जस शीस उसका उच्चा हो जाता है। देवते मनुख बरों लोग आए सारे जस कर लग जाते हैं, क्यों आकाश तक सिर हो जाए, गर्दन फराज हो जाता वह पुरख जदों गुरदेव जी की कृपा होंगी है। इस प्रकार जदों गुरदेव की कृपा होंगी है उदो बरों लोग आदि जिस बराट के शीस बने हुए हैं, पताल जिसके चरण बने हुए है, वह दिव्य रूप जिमें कृष्ण भगवान ने अर्जुन को विखाया से विराट रूप, देख के भय भीत हो गया सी, कहिंदा सी ओह जिहा छोटा जिहा रूप धार लो मेरे तों सहारिया नहीं जांदा। इवें शहीद सिंह जिमें
ਭਾਈ ਧਰਮ ਸਿੰਘ ਰੂਪ ਚੰਦ ਦੇ ਪੋਤਰੇ ਨੂੰ ਵਿਖਾਇਆ ਸੀ ਸਰੂਪ, ਵੇਖ ਕੇ ਭੈ ਭੀਤ ਹੋ ਗਿਆ ਸੀ, ਡਰ ਗਿਆ ਸੀ। ਇਸ ਪ੍ਰਕਾਰ ਵਿਰਾਟ ਰੂਪ ਮਹਾਰਾਜ ਸਾਹਿਬ ਜਿਹਦਾ ਆਕਾਰ ਸੀ ਸਿਰ ਹੈ, ਐਸਾ ਸਰੂਪ ਬਣਾ ਕੇ ਦਿਖਾਉਂਦੇ ਹੈ। ਸੀਸ ਆਕਾਸ, ਸੀਸ ਸਿਰੋਮਣੀ, ਜੋ ਆਕਾਸ਼ ਜਿਹਦਾ ਆਕਾਸ ਹੈ ਉਹਦੀ ਪ੍ਰਾਪਤੀ ਹੁੰਦੀ ਜਦੋਂ ਗੁਰਦੇਵ ਜੀ ਕਿਰਪਾ ਕਰਦੇ ਹਨ। ਜੋ ਗੁਰਦੇਵ ਸਦਾ ਸਾਵਾਸ, ਜਦੋਂ ਸਤਿਗੁਰੂ ਦੇਵ ਜੀ ਕਿਰਪਾ ਕਰਨ ਸਦਾ ਸਾਵਾ ਧੰਤਾ ਦੇ ਯੋਗ ਹੋ ਜਾਈਦਾ। ਜੋ ਗੁਰਦੇਵ ਸਦਾ ਬੈਰਾਗੀ, ਜਦੋਂ ਸਤਿਗੁਰੂ ਦੇਵ ਜੀ ਦੀ ਕਿਰਪਾ ਹੁੰਦੀ ਸਦਾ ਮਨ ਵਿਰਾਗ ਵਾਲਾ ਹੋ ਜਾਂਦਾ, ਫਿਰ ਮਨ ਦੇ ਜੀ ਵਿਸ਼ਿਆਂ ਦੀ ਇੱਛਾ ਨਹੀਂ ਰਹਿੰਦੀ। ਜੋ ਗੁਰਦੇਵ ਪਰ ਨਿੰਦਾ ਤਿਆਗ, ਜਦੋਂ ਸਤਿਗੁਰੂ ਦੇਵ ਜੀ ਦੀ ਕਿਰਪਾ ਹੁੰਦੀ ਉਦੋਂ ਪਰਾਈ ਨਿੰਦਿਆ ਛੁੱਟ ਜਾਂਦੀ ਹੈ, ਕਿਸੇ ਦੀ ਨਿੰਦਿਆ ਨਹੀਂ ਪੁਰਖ ਕਰਦਾ। ਜੋ ਗੁਰਦੇਵ ਬੁਰਾ ਭਲਾ, ਜਦੋਂ ਗੁਰਦੇਵ ਜੀ ਦੀ ਕਿਰਪਾ ਹੁੰਦੀ ਕੋਈ ਬੁਰਾ ਕਹੀ ਜਾਏ ਤੇ ਭਲਾ ਕਹੀ ਜਾਏ, ਇੱਕ ਵਾਹਿਗੁਰੂ ਦੀ ਜੋਰ ਸਮਝਦਾ ਹੈ, ਬੁਰੇ ਨਾਲ ਬੁਰਿਆਈ ਨਹੀਂ ਕਰਦਾ ਤੇ ਭਲੇ ਦੇ ਨਾਲ ਮੋਹ ਨਹੀਂ ਕਰਦਾ। ਇਸ ਪ੍ਰਕਾਰ ਬੁਰੇ ਨਾਲ ਬੁਰਿਆਈ ਕਰਨੀ ਮਾਫ਼ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਜੋ ਗੁਰਦੇਵ ਲੀਲਾ, ਜਦੋਂ ਗੁਰਦੇਵ ਜੀ ਦੀ ਕਿਰਪਾ ਹੋਵੇ ਮੰਦੇ ਕਰਮ ਜਿਹੜੇ ਆ ਮੱਥੇ ਦੇ ਉਹ ਮਿਟ ਜਾਂਦੇ ਹੈ, ਚੰਗੇ ਕਰਮ ਲੇਖ ਹੋ ਜਾਂਦਾ। ਜਿਵੇਂ ਲਾਹੌਰ ਦੇ ਵਿੱਚ ਇੱਕ ਸਦੰਗ ਰਹਿੰਦਾ ਸੀ, ਸਾਖੀ ਪ੍ਰਮਾਣ ਚ ਸਾਖੀ ਆਉਂਦੀ ਹੈ, ਇਹ ਸੁਦਾਗਰ ਕਿਸੇ ਹੋਰ ਟਾਪੂ ਚ ਵਪਾਰ ਕਰਨ ਵਾਸਤੇ ਚਲਿਆ ਗਿਆ। ਇਹ ਸੁਦਾਗਰ ਦੀ ਜਿਹੜੀ ਘਰ ਵਾਲੀ ਸੀ ਉਹ ਬਾਹਲੇ ਸੋਹਣੇ ਸਰੂਪ ਵਾਲੀ ਸੀ। ਇੱਕ ਵਾਰੀ ਦੀ ਗੱਲ ਹੈ, ਉਹ ਕੇਸੇ ਇਸ਼ਨਾਨ ਕਰਕੇ ਕੋਠੇ ਦੇ ਹਰੇ ਕਰਦੀ ਸੀ, ਉੱਥੇ ਸੂਬੇ ਦੇ ਨੇੜੇ ਹੀ ਮਹਿਲ ਸੀ, ਉਹਨੂੰ ਵੇਖ ਕੇ ਰੂਪ ਨੂੰ ਮੋਹਿਤ ਹੋ ਕੇ ਕਾਲੀਆਂ ਦੇ ਮੁਲਾਣਿਆਂ ਨੂੰ ਕਿਹਾ ਕਿ ਇਹ ਜਿਹੜੀ ਲੜਕੀ ਹੈ ਸੋਹਣੇ ਰੂਪ ਵਾਲੀ, ਇਹਨੂੰ ਮੈਂ ਬੇਗਮ ਬਣਾਉਣੀ ਚਾਹੁੰਦਾ, ਤੁਸੀਂ ਮੰਤਰਾਂ ਯੰਤਰਾਂ ਨਾਲ ਵਸ ਕਰਕੇ ਮੇਰੇ ਕੋਲੇ ਲਿਆ ਦਿਓ। ਕਾਲੀਆਂ ਨੂੰ ਮੰਤਰ ਯੰਤਰ ਜੇ ਲਿਖ ਕੇ ਉਹਦੇ ਪਾਵੇ ਹੇਠਾਂ ਦਿੱਤੇ ਪੜ੍ਹਨ ਦੇ, ਇਸ ਲੜਕੀ ਦਾ ਮਨ ਫਿਰ ਗਿਆ ਵੀ ਮੈਂ ਨਵਾਬ ਦੇ ਕੋਲੇ ਚੱਲਾਂ। ਚੱਲਣ ਵਾਸਤੇ ਤੁਰ ਪਈ ਤੇ ਉਸੇ ਲੇਖ ਵੀ ਇਹਦੇ ਲਿਖਿਆ ਸੀ ਇੱਕ ਵਾਰੀ ਕਿ ਇਹ ਮੁਸਲਮਾਨੀ ਬਣ ਜਾਵੇਗੀ। ਉਸ ਵੇਲੇ ਜਦੋਂ ਘਰੋਂ ਤੁਰਦੀ ਮੰਦਾ ਸੰਕਲਪ ਕਰਕੇ ਸੁਦਾਗਰ ਪ੍ਰਦੇਸ਼ ਚ ਗਿਆ ਹੋਇਆ, ਉਸ ਵਕਤ ਸਾਧ ਸੰਗਤ ਜੀ ਰਾਹ ਵਿੱਚ ਸੰਤ ਬਸਤੀ ਰਾਮ ਜੀ ਦਾ ਜਿਹੜਾ ਸਥਾਨ ਕਿਲੇ ਦੇ ਨਾਲ ਹੀ ਲਾਹੌਰ ਦੇ, ਉੱਥੇ ਬੈਠੇ ਸਨ ਮਹਾਤਮਾ, ਚੰਗੇ ਭਜਨ ਕਰਨ ਵਾਲੇ ਸਨ। ਉਹਨਾਂ ਬੈਠਿਆਂ ਨੂੰ ਵੇਖ ਕੇ ਕਿ ਸੰਤ ਬੈਠੇ ਹੈ, ਚੱਲ ਮੱਥਾ ਹੀ ਟੇਕ ਚੱਲਣਾ। ਜੋ ਮੱਥਾ ਟੇਕਣਾ ਸੀ ਸੰਤਾਂ ਨੂੰ ਵੇਖੇ ਤਾਂ ਮੁਸਲਿਮਾਂ ਵਾਸਤੇ ਚੱਲੀ ਹੈ। ਉਸ ਵੇਲੇ ਸੰਤਾਂ ਨੇ ਜਿਹੜਾ ਧੂੰਆਂ ਸੀ ਉਹਦੀ ਸਵਾਹ ਸਤਨਾਮ ਕਹਿ ਕੇ ਬੀਬੀ ਦੇ ਮੱਥੇ ਨੂੰ ਲਾ ਦਿੱਤੀ। ਜਦੋਂ ਮੱਥੇ ਨੂੰ ਲਾਈ ਉਸੇ ਵੇਲੇ ਬੁਰਾ ਲੇਖ ਮਿਟ ਗਿਆ। ਬੁਰਾ ਲੇਖ ਮਿਟਣ ਤੋਂ ਸੋਝੀ ਆ ਗਈ, ਕਹਿੰਦੀ ਉਹ ਹੋ ਮੈਂ ਤਾਂ ਮੁਸਲਮਾਨ ਹੀ ਬਣ ਚੱਲੀ ਸੀ। ਸੰਤਾਂ ਨੂੰ ਕਹਿੰਦੇ ਮਹਾਰਾਜ ਮੇਰੀ ਰੱਖਿਆ ਕਰੋ। ਕਹਿੰਦੇ ਬੀਬੀ ਮੂਲ ਮੰਤਰ ਦਾ ਪਾਠ ਕਰੀ ਜਾ, ਤੇਰੇ ਕੋਲ ਕਿਸੇ ਦਾ ਮੰਤਰ ਜੰਤਰ ਨਹੀਂ ਚੱਲ ਸਕੂ। ਫਿਰ ਉਹ ਨਵਾਬ ਜ਼ੋਰ ਲਾ ਰਿਹਾ, ਇਹ ਬੀਬੀ ਨੂੰ ਮੰਤਰਾਂ ਜੰਤਰਾਂ ਖਿੱਚ ਨਹੀਂ ਸਕਿਆ, ਸਗੋਂ ਮੰਤਰ ਜੰਤਰ ਉਲਟੇ ਪੈ ਕੇ ਕਾਲੀਆਂ ਨੂੰ ਅੱਗ ਲੱਗ ਗਈ। ਉਸ ਵੇਲੇ ਤੋਬਾ ਤੋਬਾ ਕਰਕੇ ਭੱਜਣ ਲੱਗ ਗਏ ਉਹ। ਇਸ ਪ੍ਰਕਾਰ ਮੱਥੇ ਦਾ ਲੇਖ ਉਸ ਸੁਦਾਗਰ ਦੀ ਇਸਤਰੀ ਦਾ ਮਹਾਰਾਜ ਸਾਹਿਬ ਦੇ ਪਿਆਰਿਆਂ ਨੇ ਆਪਦੇ ਸਿਮਰਨ ਦੇ ਬਲ ਦੇ ਨਾਲ ਬਦਲ ਦਿੱਤਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ, ਜੋ ਗੁਰਦੇਵ ਲੀਲਾ ਟਹਿਲੀ, ਜਦੋਂ ਗੁਰਦੇਵ ਜੀ ਦੀ ਕਿਰਪਾ ਹੋਵੇ ਮੱਥੇ ਦਾ ਲੇਖ ਜਿਹੜਾ ਹੈ ਬਦਲ ਕੇ ਚੰਗਾ ਬਣ ਜਾਂਦਾ। ਜੇ ਪਹਿਲਾਂ ਬੁਰਾ ਲੇਖ ਵੀ ਹੋਵੇ ਨਾ ਉਸ ਨੂੰ ਚੰਗਾ ਮਹਾਰਾਜ ਬਣਾ ਦਿੰਦੇ, ਅਸੀਂ ਕਿਰਪਾ ਕਰਦੇ ਹਾਂ। ਜੋ ਗੁਰਦੇਵ ਕੰਧ ਨਹੀਂ ਹਿਰੇ, ਜਿਹਦੇ ਮੱਥੇ ਦੇ ਲੇਖ ਚੰਗੇ ਹੋਣ ਉਹਨਾਂ ਨੂੰ ਗੁਰਦੇਵ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ। ਲਾਟਾ ਲੇਖ ਮੱਥੇ ਚ, ਫੇਰ ਉਹਨਾਂ ਦੇ ਅੰਤਾ ਕਰਨ ਚ ਗੁਰੂ ਦਾ ਉਦੇਸ਼ ਰੂਪੀ ਲੇਖ ਉਪੜਿਆਉਂਦਾ ਹੈ। ਜੋ ਗੁਰਦੇਵ ਕੰਧ ਨਹੀਂ ਹਿਰੇ, ਜਦੋਂ ਗੁਰਦੇਵ ਜੀ ਦੀ ਕਿਰਪਾ ਹੋਵੇ ਉਸ ਵੇਲੇ ਕੰਧ ਸਰੀਰਾਂ ਚ ਪੈ ਕੇ ਹਿਰਾ ਨਾਸ ਨਹੀਂ ਹੁੰਦਾ, ਉਹਨੂੰ ਕੋਈ ਨਾਸ ਨਹੀਂ ਕਰ ਸਕਦਾ ਹੈ। ਜੋ ਗੁਰਦੇਵ
अखंड चेतन देह नूं प्राप्त हो जांदी है। जो गुरुदेव देह रा फिर जदों गुरुदेव जी की कृपा हुई नामदेव जी कहिंदे साडा देहरा ताईं फिरे हन गुरु साहब ने कृपा की अंतर जामी मोंडे शहर देहरा फेरिया जिदा पछों वल नूं मूंह है हजूर साहब तो 40 मील है उरले पासे। जो गुरुदेव ता छापर छाई जदों गुरुदेव जी ने कृपा की साडे ते तां मारन बेड़ी बन के साडी छपरी कहिंदे बनाती सच्चे पातशाह ने। जो गुरुदेव जदों गुरुदेव जी की कृपा हुई ब्रह्म विद्या रूपी छपरी शाती बनाती। जो गुरुदेव सहज निकसाई जदों गुरुदेव जी की कृपा हुई सलीम शाह ने बादशाह खुश होके नामदेव ने सोने की रत्ना जल सेजा दिखी कि लो महाराज तुसी बैठे जदों भजन करया करो इहदे ते बैठ के आराम करया करो। नामदेव जी ने कहा कि सानू तां लोड़ नहीं कहिंदे नहीं जी थोड़े नाल नौकर भी दिते चक्की फिरिया करे चार नौकर लेके आए भगत नामदेव जी गोदावरी चो सेजा सटाती जो सेजा हटाती नौकरां ने जाके बादशाह तो गोदावरी सिर दिती पातशाह का चित हो रहा कहते इन्नी लखा की रंगना वाली मेरी सेजा सटाती कहो जाके भगत भुल के मेरे टिके की सी ओ सेजा दिती गई थानू होर देनी है। जदों जाके नौकरां कह कहिंदे जिंदान कीती आप ही आके कढ ले गोदावरी दे किनारे पंडरपुर बैठे है बादशाह आप आ गया होर मलाहां नूं नाल लिआया सेजा कढ़न लग गया 70 सेजा साल सिंह जी हथ च आईआं बादशाह दे सी सारी गोदावरी विच कहण लगे बादशाह लालच क्यों करना कहिंदे थोड़े मुसलमान मसला जी दह दुनिया 70 आखर जरा दान कर 10 गुणा दुनिया च मिलता है 70 गुणा अखीर च मिलता है ते तू लालच करना 70 सेजा तेन मिलती है इना लालच क्यों करना है बाकी दिया पानी का रूप ही करतिया सी इस प्रकार कहिंदे हन। जो गुरुदेव सहज निकसाई जदों सतगुरु देव जी की कृपा हुई रखना जब जारी सेजा सलीम शाह भेटा की सी ओह कढ के दिखाती देती 70 सेजा ले गया बादशाह। जो गुरुदेव ता 68 नहाया जदों गुरुदेव जी की कृपा हुई ये राजा साहब संजय जी गुरु साहब का पूर्व राजा सी प्रेमी बड़ा भजन करता सी इसका सुभा इस तरह सी हर वक्त सिमन जुड़िया रहिंदा सी ये सिमन करदिया ते एक दिन की गल किसी ब्राह्मण आके कहा जी हे भगत जी तुसी 68 तीर्थां ते इशनान करो ना तां तुहानूं लाभ है इन्हां नूं संकल्प कीता उस वेले साध सिंह 68 तीर्थ भगत माला च लिखा होया कि रूप धार के पानी दा आ गए कहिंदे राजा भजन वर्गी वड्डी कोई चीज नहीं तू संकल्प ना करिया कर लै 68 तीर्थां दा पानी तेरे कोले आ गया इहदे च गोता ला लै नहा लै उस वेले पूर्व राजे ने नहा लिया नहा के बड़ा प्रसन्न होया इस प्रकार। जो गुरुदेव ता 68 नहाया 68 तीर्थां पूर्व राजे ने नहाता सी इन्हां ने पृथ्वी राजा लिखिया है टीके आलिया ने पूर्व राजे का प्रसन्न भगत माला चाहता है। जो गुरुदेव तन चक्कर लगाया फिर जदों गुरुदेव जी की कृपा हुई उस वेले साहब संजय जी तन चक्कर ये पृथ्वी राजा जरा सी इनू ब्राह्मण कहते द्वारका का छापा लवा उस वेले साहब संगत जी पृथ्वी राजा महाराज का सिमन करता सी सिमन करते हुए ने संकल्प किया उस वेले महाराज साहब ने शरीर के उत्ते जेडे द्वारका के सारे छापे लाते जो छापे लाते तो हैरान हो गया कह लगा तुसी कहने हो ये द्वारका का छापा लो मेरे तो लागे हैं इस प्रकार। जो गुरुदेव तन चक्कर लगाया गुरुदेव जी ने कृपा की सीर के चक्कर के छापे लागे राधा के कृष्ण के अपने बलभद्र की मूर्ति रे इसे प्रकार होर असाखी है। जो गुरुदेव तन चक्कर लगाया जदों गुरुदेव जी ने कृपा की अमरीक राजे नू सराफ देन लगा सी दरबाशा ऋषि
उस वे अमरीक की रक्षा करने वास्ते सुदर्शन चक्कर वे मगर लाता से फिर जिथे जाए उथे ही दुर्भाषा के मगर सुदर्शन चक्कर चलिया आवे डरदा बकुंठ च गया भगवान ने फिर कहा कि जा अमरीक के पैरी पाओ इस प्रकार अमरीक के पैरी पिया मारी का अमरीक छाया इस प्रकार जो गुरुदेव तन चक्कर लगाया गुरुदेव जी ने अमरीक भगत की कृपा की ओदे शरीर रखा वा के चक्कर मगर लाता ही दुर्वाशा दे फिर दुर्वाशा के सिरों चक्कर तां हटिया सी जदों मां शरण अमरीक भगत दे आके पिया सी जो गुरदेव द्वादश सेवा जो गुरदेव तां द्वादश सेवा जो पिछली तो फिर पढ़ ले जो गुरदेव पांच मिनट जमीओ अटक जे भाई भोग पाउण तो दो चार टुकारे नहीं कर लिए जो गुरदेव तन चक्कर लगाया जदों गुरदेव जी की कृपा हुई तन शरीर के अंदर है चक्कर परमेश्वर ने सिमन का प्रवाह लाता हर वक्त सिमन होने लग गया जो गुरदेव तां द्वादश सेवा जदों गुरदेव जी की कृपा हुई द्वादश है शिव जी ने साध संगत जी एक बार पार्वती तंग हुई सी भगवान आराधन करके सुदर्शन चक्कर नाल शिव जी दे 11 टुकड़े कर दिते सन बाम मार जी उन्हां दी बारहवें की पूजा करते हैं रो विचार एक मक्के इस प्रकार डिगा सी क्यों बैजनाथ डिगा सी केदारनाथ डिगा सी क्यों बारी थाई वह ज्योति लिंग है कहूं दे उत्थे लोग जेड़े हैं शिवजी के उपासकों नूं जाके परसदे पूजदे है कहिंदे उन्हां बारह लिंगां की जरा सेवा करे उन्हूं वड्डा भगत समझदे है जो शिव शैवी लोग है ओरी बात भगत जी कहते हैं जो गुरदेव द्वादश सेवा जो गुरदेव जी की कृपा होगी बारह लिंगा की ज्योति लिंग कहते प्रकाश वाले उन्होंने सेवा उन कर ली इस प्रकार उन सेवा कर ली इस प्रकार द्वादश सेवा लक्ष्मी के नारायण के दस पार खल ये बारह दिन की सेवा उसने कर ली जदों गुरदेव जी की कृपा हुई सब कुछ ओला हो गया बकाया कुछ नहीं रहा जदों गुरदेव जी की कृपा हुई पंजे ज्ञान इंद्रे पंजे कर्म इंद्रे मन के बुद्ध ये बारह ही भगती की लागे सेवा लागे क्यों सफला हो गया जो गुरदेव सब बिख मेवा जदों गुरदेव जी कृपा हुई सारे जहर भी मेवा बन गए ये साध संगत जी महाराज की भगतनी जड़ी हुई है इस दे ताई मीरा बाई ये जेठ ने जहर देती सी खिचड़ी रिन के भगवान भोग लाउंदी सी भोग लगा के जो छकन लगी भगवान के मुंह ते भी छाले पै गए उस वेले कह लगी महाराज तुहानू भोग लगा मैं भी छकनी है उस वेले मीरा बाई छकी ते ये जहर नहीं चिंबड़ी है इस नूं क्यों सारी जहर जी सी मेवा रूपी होगी इस प्रकार संत बाबा आया सुना गुरवई सी शायद नाम राम सन सी उस तीन वाली बाबा ने जहर दिती दुध च पा के तिने वाली कह लगे राम सिंह तू पी ला कहते नहीं जी महाराज थोड़े वास्ते लिया है तिने वाली पी ली साल साल मगरों श्री रहन कायम रहा महाराज के भजन का प्रताप क्यों ब्यू भी मेवे की नहीं होगी रक्षा की अंतरयामी नाल के प्यारे जान के फिर आनंदपुर साहब बाबे अदुलना नाल मिलके गए सन उस वक्त दर्शन किए सन इन्होंने सारे ब्यू भी मेवे की न्याई सुखदायक हो जाते जो परमेश्वर का भजन करता जदों गुरदेव जी की कृपा होंगी है जो गुरदेव ता संसार टूटे जदों सतगुरु जी की कृपा होंगी उदो संसार सारे ही टूट जाता है प्रमाण परमेर बपरजे आदक जो गुरदेव ता जम ते छूटे जदों सतगुरु देव जी की कृपा होंगी उस वेले जमा तो छुटकारा पा लईदा मुक्त हो जाईदा जो गुरदेव ता भव भौ जल तरै जदों सतगुरु देव जी की कृपा होंगी उदो संसार समुद्र तर जाईदा जो गुरदेव ता
ਦਾ ਜਨਮ ਨਾ ਮਰੇ। ਜਦੋਂ ਸਤਿਗੁਰੂ ਦੇਵ ਜੀ ਦੀ ਕਿਰਪਾ ਹੁੰਦੀ ਫਿਰ ਜੰਮਣ ਮਰਨ ਚ ਨਹੀਂ ਆਈਦਾ। ਜੋ ਗੁਰ ਦਿਓ ਅੱਠ ਦਸ ਵਿਵਹਾਰ, ਜਦੋਂ ਗੁਰਦੇਵ ਜੀ ਦੀ ਕਿਰਪਾ ਹੁੰਦੀ ਹੈ ਉਸ ਵੇਲੇ ਸਾਧ ਸੰਗਤ ਜੀ 18 ਜਿਹੜੇ ਪੁਰਾਣ ਹਨ ਇਹਨਾਂ ਨੂੰ ਵਿਹਾਰ ਰੂਪੀ ਸਮਝ ਲਈਦਾ ਹੈ। ਪਰਮੇਸ਼ੁਰ ਦੇ ਭਜਨ ਤੋਂ ਬਿਨਾਂ ਇਹਨਾਂ ਦੇ ਵਿਹਾਰ ਸਿਧਾਂਤ ਨੂੰ ਵੀ ਸਮਝ ਲਈਦਾ। ਰਾਜਿਆਂ ਅਵਤਾਰਾਂ ਦੀ ਕਥਾ ਹੈ ਇਸ ਦੇ ਵਿੱਚ। ਜੋ ਗੁਰ ਦਿਓ 18 ਭਾਰ, ਜਦੋਂ ਗੁਰਦੇਵ ਜੀ ਦੀ ਕਿਰਪਾ ਹੁੰਦੀ 18 ਭਾਰ ਬਨਸਪਤੀ ਵੀ ਅੰਮ੍ਰਿਤ ਫਲ ਬਣ ਜਾਂਦੀ ਹੈ। ਜਦੋਂ ਗੁਰਦੇਵ ਜੀ ਦੀ ਕਿਰਪਾ ਹੁੰਦੀ 18 ਭਾਰ ਪਰਮਾਂ ਵਾਲਾ ਮਹਾਭਾਰਤ ਦੇ ਸਿਧਾਂਤ ਵੀ ਵਿੱਚ ਹੀ ਆ ਜਾਂਦੇ ਹਨ। ਬਿਨ ਗੁਰ ਦਿਓ ਅਵਰ ਨਹੀਂ, 18 ਮੂਰਤਾਂ ਦੇ ਅੰਦਰ ਵੀ ਪਾਰਾ ਦੇ ਸਥਾਨ ਸਰੂਪ ਨੂੰ ਭਾਲ ਲਈਦਾ ਹੈ। ਬਿਨ ਗੁਰ ਦਿਓ ਅਵਰ ਨਹੀਂ ਜਾਈ, ਸਤਿਗੁਰੂ ਨਾਨਕ ਦੇਵ ਤੋਂ ਹੋਰ ਕੋਈ ਜਗ੍ਹਾ ਨਹੀਂ ਹੈ ਰੱਖਿਆ ਕਰਨ ਦੀ। ਨਾਮ ਦਿਓ ਗੁਰ ਕੀ ਸ਼ਰਨ ਆਈ, ਤਾਂ ਭਾਈ ਸਤਿਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਲਈ ਹੈ, ਤੁਸੀਂ ਵੀ ਗੁਰਮੁਖੋ ਸ਼ਰਨ ਲਓ ਤੇ ਮੁਕਤ ਹੋ ਜਾਓਗੇ। ਬਿਨ ਗੁਰ ਦਿਓ ਅਵਰ ਨਹੀਂ ਜਾਈ, ਨਾਮ ਦਿਓ ਗੁਰ ਕੀ ਸ਼ਰਨ ਆਈ। ਕੱਲ ਜਿਹੜੀ ਸ਼ਾਮ ਨੂੰ ਕਥਾ ਕੀਤੀ ਸਾਧ ਸੰਗਤ ਜੀ, ਇਹ ਮਸ਼ੀਨ ਚ ਭਰੀ ਨਹੀਂ ਗਈ ਤੇ ਹੁਣ ਦੱਸਿਆ, ਰਾਤ ਨੂੰ ਪੁੱਛਿਆ ਸੀ ਉਦੋਂ ਚੁੱਪ ਰਿਹਾ। ਇਹੋ ਹੀ ਸ਼ਬਦਾਂ ਦੀ ਕਥਾ ਸੁਣੋ ਫੇਰ। ਵਾਹਿਗੁਰੂ ਸਾਹਿਬ ਜੀ ਪੈਰੋ ਬਾਣੀ ਰਵਿਦਾਸ ਜੀਓ ਕੀ ਕਾ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬਿਨ ਦੇਖੇ ਉਪਜੈ ਨਹੀਂ ਆਸਾ। ਵਾਹਿਗੁਰੂ ਜੀ ਕਾ ਖਾਲਸਾ ਭੈਰੋ ਰਾਗ ਦੀ ਉਮਰ ਬਾਣੀ ਰਵਿਦਾਸ ਜੀ ਜੀ ਮਹਾਰਾਜ ਸਾਹਿਬ ਉਚਾਰਨ ਕਰਦੇ ਦੂਜੇ ਘਰ ਸੁਰਦਾਰ ਚ ਇੱਕੋ ਵਾਹਿਗੁਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਅੰਤਰਯਾਮੀ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਗਤ ਰਵਿਦਾਸ ਜੀ ਦੇ ਰਚਨਾ ਉਚਾਰਦੇ ਹੋਏ ਇੱਕ ਪੰਡਿਤ ਨਾਲ ਸੰਵਾਦ ਹੋਇਆ ਹੈ। ਉਹ ਪੰਡਿਤ ਕਹਿਣ ਲੱਗਾ ਕਿ ਹੇ ਰਵਿਦਾਸ ਜੀ, ਤੁਸੀਂ ਕਹਿੰਦੇ ਹੋ ਪਰਮੇਸ਼ਰ ਨਾਲ ਮਿਲਣਾ ਚਾਹੀਦਾ ਹੈ, ਭਗਤੀ ਕਰਨੀ ਚਾਹੀਦੀ ਹੈ, ਪਰਮੇਸ਼ਰ ਦਿਸਦਾ ਨਹੀਂ, ਇਸ ਕਰਕੇ ਕਿਸੇ ਦੀ ਇੱਛਾ ਪਰਮੇਸ਼ਰ ਨਾਲ ਮਿਲਣ ਦੀ ਹੋ ਨਹੀਂ ਸਕਦੀ, ਅਤੇ ਜੇ ਤੁਸੀਂ ਕਹੋ ਦਿਸਦਾ ਹੈ ਤਾਂ ਰਾਮ ਕ੍ਰਿਸ਼ਨ ਆਦਿਕ ਜਿਹੜੇ ਆਕਾਰ ਧਾਰੇ ਹੈ ਉਹ ਨਾਸ਼ਵੰਤ ਹੈ, ਇਸ ਕਰਕੇ ਇਹ ਇੱਛਾ ਹੀ ਨਹੀਂ ਹੋ ਸਕਦੀ ਪਰਮੇਸ਼ਰ ਨੂੰ ਮਿਲਣ ਦੀ। ਸੁਣ ਕਰਕੇ ਰਵਿਦਾਸ ਜੀ ਉੱਪਰ ਮੰਗੇ ਹਨ, ਬਿਨ ਦੇਖੇ ਉਪਜੈ ਨਹੀਂ ਆਸਾ। ਇਹ ਪੰਡਿਤ ਵਿਦਵਾਨ ਜਿਹੜਾ ਤੂੰ ਕਹਿੰਦਾ ਹੈ ਕਿ ਬਿਨਾਂ ਦੇਖੇ ਤੋਂ ਆਸਾ ਹੀ ਨਹੀਂ ਪੈਦਾ ਹੁੰਦੀ, ਇਹ ਠੀਕ ਹੈ ਤੇਰੀ ਗੱਲ, ਜਿਸ ਪਦਾਰਥ ਨੂੰ ਦੇਖਣਾ ਲਈ ਉਹਦੀ ਆਸ ਨਹੀਂ ਫੁਰਦੀ, ਪਰ ਉਹ ਦੱਸ ਤੂੰ ਸੱਤੇ ਚੇਤਨ ਆਨੰਦ ਦੀ ਬਾਤ ਤਾਂ ਭਾਵੇਂ ਨਹੀਂ ਦਿਸਣ ਚਾਹੁੰਦਾ ਸੱਤੇ ਚੇਤਨ, ਪਰ ਸਾਰਿਆਂ ਦੇ ਅੰਦਰ ਸੁਖ ਦੀ ਤਾਂ ਇੱਛਾ ਬਣੀ ਰਹਿੰਦੀ ਹੈ। ਕੌਣ ਪੁਰਖ ਹੈ ਜਿਹੜਾ ਸੁਖ ਨੂੰ ਨਹੀਂ ਚਾਹੁੰਦਾ, ਸਾਰੇ ਸੁਖ ਨੂੰ ਚਾਹੁੰਦੇ ਰਹਿੰਦੇ ਹੈ, ਇਸ ਕਰਕੇ ਆਨੰਦ ਸਰੂਪ ਪਰਮੇਸ਼ਵਰੀ ਹੈ ਆਪ। ਬਾਕੀ ਦੇ ਸੁਖ ਜਿੰਨੇ ਮੰਨੇ ਗਲਤੀ ਨਾਲ ਲੋਕਾਂ ਨੇ ਮੰਨੇ ਹੈ, ਇਸ ਕਰਕੇ ਬਿਨਾਂ ਦੇਖੇ ਤੋਂ ਜਿਹੜਾ ਹੈ ਪਰਮੇਸ਼ਵਰ ਉਹ ਹੈ ਆਨੰਦ ਸਰੂਪ, ਤੇ ਆਨੰਦ ਦੀ ਇੱਛਾ ਜਿਹੜੀ ਹੈ ਉਹ ਬੁੱਧੀ ਦੇ ਅੰਦਰ ਮਹਿਸੂਸ ਕਰਦੀ ਹੈ ਕਿ ਮੈਨੂੰ ਆਨੰਦ ਆਇਆ, ਇਸ ਕਰਕੇ ਇਹ ਜਿਹੜੀ ਇੱਛਾ ਬਣ ਸਕਦੀ ਹੈ। ਬਿਨਾਂ ਦੇਖੇ ਤੋਂ ਜੋ ਪਰਮੇਸ਼ਵਰ ਹੈ ਉਹ ਹੈ ਆਨੰਦ ਸਰੂਪ, ਆਨੰਦ ਦੀ ਇੱਛਾ ਸਭ ਨੂੰ ਬਣਦੀ ਕਿ ਮੈਨੂੰ ਸੁੱਖ ਹੋਵੇ, ਸੁੱਖ ਦਾ ਢੁਨਾਊ ਸਭ ਕੋਈ ਹੈ, ਸੁੱਖ ਸਰੂਪ ਕੇਵਲ ਪਰਮੇਸ਼ਵਰ ਹੈ, ਇਸ ਕਰਕੇ ਪਰਮੇਸ਼ਵਰ ਦੀ ਆਸਾ ਹੋ ਸਕਦੀ ਹੈ। ਜੋ ਦਿਸਣਾ ਤੇਰਾ ਕਥਨਾ ਕਿ ਜੋ ਦਿਸ ਰਿਹਾ ਨਾਸ਼ਵੰਤ ਹੈ, ਆਕਾਰ ਠੀਕ ਹੈ, ਇਹਨਾਂ ਮੋਟਿਆਂ ਨੇਤਰਾਂ ਦਾ ਜਿਹੜਾ ਵਿਸ਼ਾ ਹੈ ਉਹ ਨਾਸ਼ਵੰਤ ਹੈ,
ਇਹ ਬੁੱਧੀ ਕਰਕੇ ਸੁਖ ਨੂੰ ਮਹਿਸੂਸ ਕਰੀਦਾ ਹੈ ਕਿ ਇਸ ਕਰਕੇ ਜੋ ਆਤਮ ਆਨੰਦ ਹੈ ਉਹ ਨਾਸ਼ਵੰਤ ਨਹੀਂ। ਇਸ ਕਰਕੇ ਦੋਵੇਂ ਪ੍ਰਸ਼ਨਾਂ ਦੇ ਉੱਤਰ ਜਿਹੜੇ ਆ ਗਏ ਹੈ, ਤੇਰਾ ਸਵਾਲ ਕਰਨਾ ਮਿੱਥਿਆ ਹੈ ਸੁਣ ਕੇ ਪਰਮੇਸ਼ ਸ਼ਰਮਿੰਦਾ ਹੋ ਗਿਆ, ਚੁੱਪ ਹੋ ਗਿਆ। ਇਸੇ ਪ੍ਰਕਾਰ ਹੁਣ ਪਰਮੇਸ਼ਰ ਦੀ ਪ੍ਰਾਪਤੀ ਬਾਬਤ ਕਹਿੰਦੇ ਹਨ, ਬਿਨ ਦੇਖੇ ਉਪਜੈ ਨਹੀਂ ਆਸਾ। ਇਹ ਭਾਈ ਸਵਰਗ ਆਦਿਕਾਂ ਦੇ ਜਿਹੜੇ ਸੁੱਖ ਦੇਖੇ ਨਹੀਂ ਹਨ, ਸ਼ਾਸਤਰਾਂ ਦੁਆਰਾ ਸਮਝਦਾ ਕਿ ਉੱਥੇ ਦਿਵ ਭੋਗ ਹਨ, ਉਹਨਾਂ ਦੀ ਸਵਰਗ ਆਦਿਕਾਂ ਦੀ ਜਿਹੜੀ ਇੱਛਾ ਨਹੀਂ ਪੈਦਾ ਹੋਣੀ। ਇੰਦਰ ਲੋਕ ਸਿਵ ਲੋਕ ਜੈਵੋ ਓਛੇ ਦਫ਼ਤਰ ਮੋਹਰ ਐਵੋ, ਇੱਛਾ ਤੋਂ ਰਹਿਤ ਜਿਹੜਾ ਹੋਣਾ ਹੈ ਇਹ ਤਰਤੀਬ ਤਰਵਰਾਗ ਹੈ। ਤੀਬਰ ਤਰਵਰਾਗ ਹੈ ਜਿਹੜਾ ਤੈਨੂੰ ਮੈਨੂੰ ਸਵਰਗ ਦੇ ਪਦਾਰਥਾਂ ਦੀ ਪ੍ਰਾਪਤੀ ਨਾ ਹੋਵੇ, ਇਹਨਾਂ ਚ ਜਿਹੜਾ ਵਿਰਾਗ ਹੋਣਾ ਹੈ ਤੀਬਰ ਤਰਵਰਾਗ ਦਾ ਨਾਮ ਹੈ। ਜਿਹੜਾ ਦੁਨੀਆਂ ਦੇ ਸੁੱਖ ਹੈ ਇਹਨਾਂ ਦੀ ਇੱਛਾ ਨਾ ਹੋਣੀ ਰਾਜ ਆਦਿਕਾਂ ਦੀ, ਇਹ ਤੀਬਰ ਵਿਰਾਗ ਹੈ। ਤੇ ਜਿਹੜਾ ਸਵਰਗ ਆਦਿਕਾਂ ਦੇ ਸ਼ਾਸਤਰਾਂ ਦੁਆਰਾ ਦਿਵ ਭੋਗ ਸੁਣੇ ਉਹਨਾਂ ਦੀ ਆਸਾ ਨਾ ਹੋਣੀ, ਇਹ ਤੀਬਰ ਤਰਵਰਾਗ ਹੈ। ਬ੍ਰਹਮ ਲੋਕ ਦੇ ਅੰਦਰ ਜੋ ਦਿਵ ਆਜੂ ਕਲ ਪਰਯੰਤ ਮੰਨੀ ਹੈ ਉਸ ਦੇ ਵਿੱਚ ਜਿਹੜੇ ਬ੍ਰਹਮ ਲੋਕ ਦੇ ਸੁੱਖ ਹੈ ਉਹ ਹੈ ਉਹਨਾਂ ਦਾ ਤਿਆਗ ਜਿਹੜਾ ਕਰਨਾ, ਫਿਰ ਜਿਵੇਂ ਕਾਂ ਦੇ ਵਿਸ਼ਟਾ ਵਾਂਗੂ ਵਿੱਠ ਵਾਂਗੂ ਸਮਝ ਕੇ ਵਿਸ਼ਟਾ ਦਾ ਵਿਸ਼ਟਾ ਹੁੰਦਾ ਹੈ, ਇਉਂ ਜਾਣ ਕੇ ਤਿਆਗਣਾ ਕਰਨਾ, ਇਹ ਤੀਬਰ ਦਰ ਤੰਗ ਵਿਰਾਗ ਹੈ। ਸੋ ਇਸ ਪ੍ਰਕਾਰ ਦਾ ਵਿਰਾਗ ਧਾਰਨ ਕਰੇ ਜੋ ਬਿਨਾਂ ਦੇਖੇ ਪਦਾਰਥ ਸਵਰਗ ਆਦਿਕਾਂ ਦੇ ਅਤੇ ਬ੍ਰਹਮ ਲੋਕ ਆਦਿਕਾਂ ਦੇ ਉਹਦੀ ਪ੍ਰਾਪਤੀ ਦੀ ਕਦੇ ਸਕਾਮੀ ਬਣ ਕੇ ਇੱਛਾ ਨਾ ਹੋਰੇ ਪੁਰਖ ਦੇ ਤਾਈ ਐਸਾ ਪੂਰਾ ਵਿਰਾਗਵਾਨ ਹੋਵੇ। ਜੋ ਦਿਸੈ ਸੋ ਹੋਏ ਵਿਨਾਸਾ। ਅਤੇ ਜੋ ਕੁਝ ਦਿਸ ਰਹੇ ਆ ਪਦਾਰਥ ਇਹ ਸਾਰੇ ਨਾਸ਼ ਰੂਪ ਸਮਝੇ, ਇਹਨਾਂ ਚ ਵੀ ਪਦਾਰਥਾਂ ਚਿੱਤ ਨਾ ਲਾਵੇ, ਦੁਨੀਆਂ ਦੇ ਸੁੱਖ ਜਿੰਨੇ ਹੈ। ਵਰਨ ਸਹਿਤ ਜੋ ਜਾਪੈ ਨਾਮ। ਇਸ ਪ੍ਰਕਾਰ ਵਰਨ ਸਹਿਤ ਜੋ ਜਾਪੈ ਨਾਮ, ਵਰਨਾ ਸ਼ਰਮਾ ਦੇ ਧਰਮ ਦੇ ਸਮੇਤ, ਜਿਵੇਂ ਗ੍ਰਿਸ਼ਤੀ ਦਾ ਧਰਮ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰੀ ਗੰਗਾ ਕਾ ਨੀਰ, ਇਸੇ ਪ੍ਰਕਾਰ ਸੂਦਰ ਦਾ ਪਰਾਈ ਸੇਵਾ ਕਰਨ ਦਾ ਧਰਮ ਹੈ, ਵੈਸ ਦਾ ਜਿਹੜਾ ਹੈ ਆਪਣੀ ਕਿਰਤ ਕਰਕੇ ਵੰਡ ਕੇ ਖਾਣ ਦਾ ਧਰਮ ਹੈ, ਛੱਤਰੀ ਦਾ ਸੋ ਖੱਤਰੀ ਜੋ ਕਰਮਾ ਕਾ ਸੂਰ, ਇਸ ਪ੍ਰਕਾਰ ਸੂਰਮਾ ਹੋਵੇ ਖੇਤ ਪਛਾਣੇ ਬੀਜੇ ਦਾਨ ਸੋ ਖੱਤਰੀ ਦਰਗਾਹ ਪ੍ਰਵਾਨ, ਇਹੋ ਜਿਹੇ ਖੱਤਰੀ ਦੇ ਚਿੰਨ ਹੋਣ, ਇਹ ਹੈ ਵਰਨਾ ਤੇ ਅਸਰਮ ਜਿਹੜੇ ਗ੍ਰਸਤੀ ਬਾਣਪੁਰੀ ਸੰਨਿਆਸੀ ਬ੍ਰਹਮਚਾਰੀ ਉਹਨਾਂ ਧਰਮਾਂ ਦੇ ਅਨੁਸਾਰ ਰਹਿੰਦਾ ਹੋਇਆ ਜੋ ਜਾਪੈ ਨਾਮ, ਜੋ ਪਰਮੇਸ਼ਰ ਦੇ ਨਾਮ ਨੂੰ ਜਪੇ ਉਹ ਯੋਗੀ ਹੋ ਸਕਦਾ ਹੈ, ਜੁੜਿਆ ਹੋਇਆ। ਇਸੇ ਪ੍ਰਕਾਰ ਵਰਨ ਨਾਮ ਹੈ ਸਰੂਪ ਦਾ, ਸਰੂਪ ਜਿਵੇਂ ਮੂਰਤੀ ਦਾ ਧਿਆਨ ਕਰਨਾ ਹੈ, ਨਾਲ ਮੂਰਤੀ ਦਾ ਧਿਆਨ ਕਰਨਾ ਤੇ ਨਾਲੇ ਜਾਪ ਕਰਨਾ, ਇਸੇ ਪ੍ਰਕਾਰ ਭਾਈ ਵੀਰ ਸਿੰਘ ਜੀ ਨੇ ਜਿਵੇਂ ਚੀਫ ਖਾਲਸਾ ਨੇ ਕਿਹਾ ਸੀ ਕਿ ਮੂਰਤੀ ਦਾ ਧਿਆਨ ਵੀ ਕਰੇ, ਗੁਰ ਕੀ ਮੂਰਤ ਮਨ ਮੈਂ ਧਿਆਨ ਤੇ ਗੁਰ ਕਾ ਸਭ ਮੰਤਰ ਮਨ ਮਾਨ, ਇਹ ਜਿਵੇਂ ਗੱਡੀਏ ਨੂੰ ਫੜ ਕੇ ਨਿਆਣਾ ਅੱਗੇ ਤੁਰ ਪੈਂਦਾ ਹੈ, ਇਸ ਪ੍ਰਕਾਰ ਅੱਗੇ ਕਹਿੰਦੇ ਜਾ ਕੇ ਟਿਕ ਜੀਦਾ ਹੈ। ਉਹਨਾਂ ਨੂੰ ਪੁੱਛਣ ਤੋਂ ਪਤਾ ਲੱਗਾ, ਕਹਿਣ ਲੱਗੇ ਹੈ ਤਾਂ ਨਾਮ ਹੀ ਠੀਕ, ਟਿਕਣਾ ਦਾ ਨਾਮ ਤੇ ਹੈ ਆ ਕੇ, ਪਰ ਪਹਿਲਾਂ ਮੋਟੇ ਮਨ ਨੂੰ ਟਿਕਾਉਣ ਵਾਸਤੇ ਮੂਰਤ ਦਾ ਧਿਆਨ ਵੀ ਅਸੀਂ ਕਰਦੇ ਹਾਂ। ਇਸ ਪ੍ਰਕਾਰ ਸਾਧ ਸੰਗਤ ਜੀ ਵਰਨ ਸਾਹਿਬ ਜੋ ਜਾਪਾ ਨਾਮ, ਇਸ ਪ੍ਰਕਾਰ ਵਰਨ ਜਿਹਾ ਜਿਹਾ ਰੰਗ ਰੂਪ ਹੈ ਆਪਣੇ ਇਸ਼ਟ ਦਾ, ਉਹਦੇ ਸਹਿਤ ਧਿਆਨ ਦੇ ਹੋ ਕੇ ਜਿਹੜਾ ਨਾਮ ਜਪੇ। ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਸਾਹਿਬ ਦੀ ਮੂਰਤ ਆਪਣੀ ਬਾਣੀ ਦੀ ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਸੱਚਖੰਡ ਵਸਾਇਆ, ਗੁਰੂ ਦੀ ਮੂਰਤ ਗੁਰੂ ਸਾਹਿਬ ਦਾ ਸ਼ਬਦ ਦੱਸਿਆ ਹੈ, ਜੋ ਗੁਰੂ ਸਾਹਿਬ ਦਾ ਸ਼ਬਦ ਹੈ ਉਹ ਹੀ ਗੁਰਮੂਰਤ ਹੈ, ਗੁਰਸਿੱਖ ਸ਼ਬਦ ਦੇ ਉੱਤੇ ਵਿਸ਼ਵਾਸ ਰੱਖਣਾ ਹੈ। ਇਹ ਸਾਧ ਸੰਗਤ ਨੂੰ ਵੀ ਸੱਚਖੰਡ ਮਹਾਰਾਜ ਨੇ ਵਸਾਇਆ ਹੈ, ਗੁਰੂ ਸਾਹਿਬ ਦਾ ਸਰੂਪ ਗੁਰ ਸ਼ਬਦ ਹੈ। ਇਸ ਨਿਸ਼ਚੇ ਦੇ ਨਾਲ ਵਰਨ ਨਾਮ ਪ੍ਰੇਮ ਰੰਗ ਦਾ, ਰੰਗ ਜੋ ਲੈਣਾ ਪ੍ਰੇਮ, ਪ੍ਰੇਮ ਦੇ ਸਹਿਤ ਜੋ ਨਾਮ ਜਪਦਾ ਹੈ। ਸੋ ਯੋਗੀ ਕੇਵਲ ਨਹਿ ਕਾਮ, ਉਹ ਭਾਈ ਯੋਗੀ ਹੈ ਜੁੜਿਆ ਹੋਇਆ,
केवल निष्काम सारिया कामना तो रहत होके वो परमेश्वर की भगती जुड़िया हुआ योगी पुरख है। परचे राम रवै जा कोई इस प्रकार जेड़ा कोई प्रेम दे परचे च परच जावे ते राम परमेश्वर दे नाम नूं रवा उचारण करे जो कोई 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 है करोड़ा विचों दुर्लभ पुरख है ओ बारस परसे दुबदा ना हो जिवें बारस ना परस के लोहा भावे हजार वरे का होवे पर सोना बन जाता है वह जर आदक नहीं रहा। इसे प्रकार सतगुरु महाराज साहब पारस है उन्होंने नाल जिहड़ा परस जाता है वह जीव नहीं रहा विशिया भी जरदा खादा होया ब्रह्म रूप ही सोना शुद्ध बन जाता है। ये पारस परस दुबदा ना हो दुबदा नहीं इन्नी भी लोहा ही रह जूगा। इस प्रकार उस समय जी गुरु पारस ना परस करके ब्रह्म रूप कंजन सेना हो जाता है इन दुबदा नहीं किसी प्रकार की रही है। सो मन मन की दुबदा खा ये माया मुनि कौन होता है महाराज कहते जरा भाई मन की दुबदा चिट्टे पुणे खा जाए दूधा पुणे मेल करके एक चित हो के एक चित के आयो काल फास के बीच न आयो वह मुनि है जरा आप बार थोड़ा जा डाले आवाज ढुकने पी मुनि मननशील हो सकता है जरा मन की दुबदा दवाए दे खा जावे मेरे दिल बिन द्वारे त्रै लोक समाए जो ब्रह्म बिना द्वारे इंद्रिया आदका तो रहत है अगर तिना लोगों से समाया होया स्वर्ग लोग माद लोग पदार आदका च उस तो बिना द्वारे इंद्रिया इंद्रिक ब्रह्म जान करके रूप न रेख न रंग त्रै गुण के पूरा भिन्न सब बुझाए नानका जी सोवे सो प्रसन्न वो चेतन स्वरूप के इंद्रिया आदि गोलकार तो बगैर है जो सत्ता रूप होके तिना लोग समाया होया है वो तिना अवस्था का भी जागर सुखोग का भी साखी है उस विच इंद्रिया के विषयों तो रहत हो करके उस ब्रह्म चेतन समाना करे मन का स्वभाव सब कोई करे स्वभाव सब कोई करे कहते हैं जी फिर सारे परमेश्वर की प्राप्ति क्यों नहीं होंगी कहते भाई मन का स्वभाव ही सारे करते हैं जो शतामी पुरख है वो आप दिया कामना पूरिया करके आपके प्रताप वास्ते मन के स्वभाव नाल यतन करते रहते हैं निखित कर्मा नूं करन वाले जिहड़े पाप करके वो अपने आप का दुनिया ने तेज प्रताप वधा के कतल करके किसे दुख दे के इउं करना चाहुंदे है। इस प्रकार दी हालत है मन के अंदर मन का मन की चीज है स्वभाव जिहड़ा अंदर चंगा मंदा स्वभाव फुरदा है संकल्पो विकल्पो ही मना इहो ही मन चीज है। सो मन का स्वभाव मन के स्वभाव अनुसार सब कोई इष्ट उपासना वगैरह करना है। सो मन का स्वभाव जिस प्रकार साध संगे जी एक कोई आदमी सी उसने जखनी मंत्र चेते किया जखनी मंत्र नूं चेते करके उसने वस कर ली जखनी 25 रुपए उहदे आसन ते रोज आ गया करन 25 रुपए आसन ते आउण तों वह बड़ा खुश होया फिर जो बिरध हो गया अंदर ख्याल होया भी हम सत्संगत करके मुक्त हो जाइए जखनी नूं पता लगा मैनु इह नकील के वस रखिया है उस वे आके जो सोचाचार करन लगा आके टिब्बे च दब रहा मूंदा हो गया खून चले उसके मूंह थाने भी सारे शरीर चो खून चल पिया कहिंदी आवाज आई कह लगी मैनू राज के मैनू वस करके हुण मुक्त होण चले तेन मुक्त किवें होण देवांगी उस वेले मार दिता उसदे ताईं क्यों जिस चीज नूं कोई इरादा उहो जिहा सत्संग जी अंत नूं उहनूं फल मिलदा है। इस करके मन दा सुभाव तां सारी दुनिया करदी है पर मन का मन की चीज है इहनूं जो सो भाव प्रकाश रिहा ब्रह्म
ओदे करके सब कोई अनुभव करता है उस प्रकाश ब्रह्म दे विच मन दा मनन करके जोड़ करके उस दे भाव प्रकाश नू करना करे करता होए सुवन पर जिहड़ा अभ्यास दे ताईं करन वाला पुरख है वह अनुभव स्वरूप है जिहड़ा भय तो रहता है उस विच सिद्ध होके रहिंदा है बाकियां तो रिहा नहीं जांदा है हर कारण फूली बन रहे जिस प्रकार भाई फल की प्राप्ति वास्ते बनस्पति नूं फुल लगदे फल लग ता फूल बुलाए जदों फल लग जांदा उदों फुल सारे बुलाए छप जांदे है इसे प्रकार अंतःकरण है धरती अते सरदा इक बीज है इहदे विच साध संगत जी ते इस प्रकार सबका बीज है ये बीज दे जिहड़ा धर्म पैदा होना है अंकुर पैदा होना है इस अंकुर दे विचों फिर सत संतोख आदि पत्रे निकलने करना मेत्री मोता पेख्या आदि के डाणिया लगनिया हैं इस प्रकार जो उपासना करनी है फुल लगने हैं ਇਹ ਬ੍ਰਹਮ ਗਿਆਨ ਦੀ ਪ੍ਰਾਪਤੀ ਇਹ ਫਲ ਲੱਗਣੇ ਹਨ ਕਿਉਂ ਫਲ ਦੇ ਵਾਸਤੇ ਇਹ ਬਨਰਾਜ ਜਿਹੜੀ ਸੁਗੁਣਾ ਦੀ ਬਨਸਪਤੀ ਹੈ ਇਹ ਪ੍ਰਫੁੱਲਤ ਹੋਈ ਹੈ ਜਿਸਦੇ ਹਿਰਦੇ ਰੂਪੀ ਧਰਤੀ ਦੇ ਅੰਦਰ ਫਲ ਲੱਗ ਤਾਂ ਫੂਲ ਬੁਲਾਏ ਜਦੋਂ ਫਲ ਲੱਗ ਗਿਆ ਬ੍ਰਹਮ ਗਿਆਨ ਰੂਪੀ ਉਦੋਂ ਫੂਲ ਉਪਾਸ਼ਨਾ ਆਦਿਕ ਉਪਾਸ਼ਨਾ ਚਿੱਤੀ ਚੰਚਲਤਾ ਮੇਟਣ ਵਾਸਤੇ ਹੈ ਕਰਮ ਜਿਹੜੇ ਹਨ ਇਹ ਪਾਪਾਂ ਦੀ ਨਿਵਰਤੀ ਵਾਸਤੇ ਹੈ ਅਤੇ ਗਿਆਨ ਜਿਹੜਾ ਹੈ ਸਰੂਪ ਦੀ ਸਿਖਿਆਤਾ ਵਾਸਤੇ ਹੈ ਜਦੋਂ ਬ੍ਰਹਮ ਗਿਆਨ ਵੀ ਫਲ ਲੱਗ ਗਿਆ ਤਦੋਂ ਫੁੱਲ ਜੋ ਚਿੰਦੀ ਚੰਚਲਤਾ ਗਾਉਣ ਵਾਸਤੇ ਧਿਆਨ ਲਾਉਂਦਾ ਸੀ ਉਹ ਸਾਰਾ ਬੁਲਾ ਜਾਂਦਾ ਛਪ ਜਾਂਦਾ ਹੈ ਗਿਆਨੈ ਕਾਰਨ ਕਰਮ ਅਭਿਆਸ ਕਿਉਂ ਗਿਆਨ ਦੀ ਪ੍ਰਾਪਤੀ ਵਾਸਤੇ ਨਿਸ਼ਕਾਮ ਕਰਮਾਂ ਕਰਕੇ ਅਭਿਆਸ ਕਰੀਦਾ ਹੈ ਗਿਆਨ ਭਇਆ ਤਹਿ ਕਰਮ ਹੈ ਨਾਸ ਜਦੋਂ ਬ੍ਰਹਮ ਗਿਆਨ ਪ੍ਰਾਪਤ ਹੋ ਜਾਂਦਾ ਉਸ ਵੇਲੇ ਕਰਮ ਕਾਂਡ ਜਿਹੜਾ ਹੈ ਉਸਦਾ ਭਾਵ ਹੋ ਜਾਂਦਾ ਨਾਸ਼ ਹੋ ਜਾਂਦਾ ਹੈ ਫਿਰ ਕਰਮ ਕਾਂਡ ਚ ਨਹੀਂ ਪਰਚਦਾ ਹੈ ਬ੍ਰਹਮ ਗਿਆਨ ਦੇ ਵਿੱਚ ਇਸ਼ਤ ਹੋ ਰਹਿੰਦਾ ਹੈ ਇਸ ਪ੍ਰਕਾਰ ਹੀ ਅਸ਼ਟਾਵਕਰ ਜੀ ਨੇ ਜਨਕ ਦੇ ਤਾਈ ਗਿਆਨ ਦੇ ਸਹਿਤ ਹੋਣਾ ਤੇ ਗਿਆਨ ਤੋਂ ਜਿਹੜਾ ਥੱਲੇ ਉਤਰਨਾ ਉਪਾਸ਼ਨਾ ਕਰਨੀ ਕਰਮ ਕਰਨੇ ਇਹਨੂੰ ਯੋਗ ਅਰੂੜ ਪਤਿਤ ਕਿਹਾ ਹੈ ਉਹਨਾਂ ਨੇ ਕਿ ਉਸ ਅਵਸਥਾ ਚ ਸਥਿਤ ਹੋ ਕੇ ਫਿਰ ਉਹ ਗਿਰ ਜਾਂਦਾ ਹੈ ਆਦਮੀ ਜਿਹੜਾ ਥੱਲੇ ਨੂੰ ਜਾਂਦਾ ਹੈ ਪਰ ਗੁਰਮਤ ਦਾ ਇਹ ਅਸੂਲ ਹੈ ਪੂਰਨ ਹੋ ਕੇ ਵੀ ਫਿਰ ਵੀ ਦੁਨੀਆਂ ਨੂੰ ਪ੍ਰਵਿਰਤ ਕਰਨ ਵਾਸਤੇ ਇਸ ਦੋਸ਼ਮਨ ਚ ਜਿਵੇਂ ਭਾਈ ਬੁੱਢੇ ਸਾਹਿਬ ਨੂੰ ਸਤਿਗੁਰੂ ਜੀ ਨੇ ਕਿਹਾ ਸੀ ਕਿ ਭਾਈ ਬੁੱਢਾ ਸਾਹਿਬ ਅੰਮ੍ਰਿਤ ਵੇਲੇ ਪਿੱਛਾ ਉੱਠ ਕੇ ਇਸ਼ਨਾਨ ਕਰਿਆ ਕਰੋ ਸੰਗ ਦੇ ਜੁੜ ਕੇ ਬੈਠਿਆ ਕਰੋ ਭਾਈ ਸਾਹਿਬ ਨੇ ਕਿਹਾ ਕਿ ਮਾਰਾ ਕੋਈ ਲੋੜ ਨੀ ਰਹੀ ਹੁਣ ਮਾਰਾ ਕਹਿੰਦੇ ਨਹੀਂ ਭਾਈ ਤੈਨੂੰ ਤਾਂ ਭਾਵੇਂ ਲੋੜ ਨੀ ਪਰ ਤੈਨੂੰ ਵੇਖ ਕੇ ਬਹੁਤ ਲੋਕਾਂ ਨੂੰ ਗੁਰਮਤ ਪਾਉਣੀ ਹੈ ਜਦੋਂ ਤੈਨੂੰ ਅੰਮ੍ਰਿਤ ਵੇਲੇ ਉੱਠਦਾ ਵੇਖਣਗੇ ਪਿਛਲੀ ਰਾਤ ਉੱਠਦਾ ਵੇਖਣਗੇ ਸੰਗ ਜੁੜਦਾ ਵੇਖਣਗੇ ਤੇ ਸਾਰਿਆਂ ਨੂੰ ਉਤਸ਼ਾਹ ਪੈਦਾ ਹੋਵੇਗਾ ਉਸ ਉਤਸ਼ਾਹ ਕਰਕੇ ਬਾਬਾ ਬਾਹਰ ਜਾ ਸੰਜੇ ਜੀ ਫੇਰ ਸਾਰਿਆਂ ਦੇ ਤਾਈ ਪਰਮੇਸ਼ਰ ਦੀ ਲਾਗ ਲੱਗੇਗੀ ਭਾਵੇਂ ਤੁਸੀਂ ਤੁਹਾਨੂੰ ਲੋੜ ਨਹੀਂ ਹੈ ਇਸ ਅਵਸਥਾ ਦੇ ਵਿੱਚ ਤੁਹਾਨੂੰ ਟਿਕਣਾ ਪਵੇਗਾ ਸੁਣ ਕੇ ਭਾਈ ਸਾਹਿਬ ਨੇ ਸਤ ਵਚਨ ਕਹਿ ਕੇ ਧਾਰਨ ਕੀਤਾ ਕਿਉਂ ਗਿਆਨਵਾਨ ਦੇ ਤਾਈ ਕਰਮਾਂ ਦਾ ਅਭਿਆਸ ਤਾਂ ਰਹਿੰਦਾ ਨਹੀਂ ਹੈ ਪਰ ਦੁਨੀਆਂ ਦੀ ਭਲਿਆਈ ਵਾਸਤੇ ਪਰਵਕਾਰ ਵਾਸਤੇ ਜਿਵੇਂ ਪਹਿਲਾਂ ਵਰਤਦੇ ਹੈ ਉਵੇਂ ਸੁਭਾਅ ਚ ਵਰਤਦੇ ਰਹਿੰਦੇ ਹਨ ਫਲ ਦੀ ਇੱਛਾ ਨੀ ਉਹਨਾਂ ਨੂੰ ਹੁੰਦੀ ਕਾਹੋਂ ਫਰ ਕੇ ਇੱਛਾ ਨੀ ਮਨਸ਼ਾ ਕੇਵਲ ਭਗਤ ਕੀਰਤਨ ਸੰਗਰਾਜਾ ਗਿਆਨੈ ਕਾਰਨ ਕਰਮ ਅਭਿਆਸ ਗਿਆਨ ਦੀ ਪ੍ਰਾਪਤੀ ਵਾਸਤੇ ਨਿਸ਼ਕਾਮ ਕਰਮ ਆਦਿਕ ਕਰਨੇ ਉਪਾਸ਼ਨਾ ਕਰਨੀ ਅਭਿਆਸ ਕਰਨਾ ਆਦਿਕ ਗਿਆਨ ਭਇਆ ਤਹਿ ਕਰਮ ਹੈ ਨਾਸ ਜਿਸ ਵਕਤ ਬ੍ਰਹਮ ਗਿਆਨ ਸਿਖਿਆਤ ਹੋ ਜਾਂਦਾ ਉਸ ਵੇਲੇ ਕਰਮਾਂ ਦੇ ਫਲ ਦੀ ਇੱਛਾ ਨੀ ਰਹਿੰਦੀ ਉਹ ਕਰਮ ਆਦਿਕ ਜਿਹੜੇ ਆ ਸਾਰਿਆਂ ਨੂੰ ਮਿੱਥਿਆ ਜਾਣ ਕੇ ਨਿਵਰਤ ਕਰ ਦਿੰਦਾ ਕ੍ਰਿਤ ਕਾਰਨ ਦਦ ਮਥੈ ਸਿਆਣ ਜਿਸ ਪ੍ਰਕਾਰ ਸਿਆਣੀਆਂ ਜਿਹੜੀਆਂ ਬੀਬੀਆਂ ਹਨ
ਉਹ ਘਿਓ ਦੀ ਪ੍ਰਾਪਤੀ ਵਾਸਤੇ ਦਹੀਂ ਦੇ ਤਾਂ ਰਿੜਕਦੀਆਂ ਹਨ। ਜੀਵਤ ਮੁਕਤ ਸਦਾ ਨਿਰਵਾਨ। ਇਸੇ ਪ੍ਰਕਾਰ ਸਿਆਣੇ ਜਿਹੜੇ ਮਹਾਂਪੁਰਖਾਂ ਨੇ ਜੀਵਨ ਮੁਕਤ ਦੀ ਪ੍ਰਾਪਤੀ ਵਾਸਤੇ ਉਹ ਬ੍ਰਹਮਾਨੰਦ ਰੂਪੀ ਘਿਓ ਵਾਸਤੇ ਦਹੀਂ ਵਿਵੇਕ ਰੂਪੀ ਮਧਾਣੀ ਪਾ ਕੇ ਨਿਸਕਾਮ ਕਰਮਾਂ ਦੇ ਦੁੱਧ ਨੂੰ ਰਿੜਕਦੇ ਹਨ। ਉਹਦੇ ਵਿੱਚੋਂ ਮੱਖਣ ਬ੍ਰਹਮ ਗਿਆਨ ਰੂਪੀ ਘਿਓ ਤਾ ਕੇ ਜਿਹੜਾ ਅਨੁਭਵ ਪ੍ਰਕਾਸ਼ ਹੋਣਾ ਹੈ ਇਹ ਕੱਢ ਲੈਂਦੇ ਹਨ। ਜੀਵਤ ਮੁਕਤ ਸਦਾ ਨਿਰਵਾਨ। ਉਹ ਜਿਉਂਦੇ ਹੀ ਮੁਕਤ ਹਨ, ਜੀਵਤ ਭਾਵ ਤੋਂ ਪਰੇ ਹੋ ਕੇ ਜਿਉਂਦੇ ਹੀ ਮੁਕਤ ਹੈ, ਸਦਾ ਨਿਰਵਾਣ ਬੰਧਨਾਂ ਤੋਂ ਰਹਿਤ ਹੋ ਗਏ, ਬਾਣ ਆਦਤਾਂ ਤੋਂ ਰਹਿਤ ਹੋ ਗਏ, ਬਾਣ ਦੁੱਖਾਂ ਤੋਂ ਰਹਿਤ ਹੋ ਗਏ ਸਦਾ। ਹੋ ਕਹਿ ਰਵਿਦਾਸ ਪਰਮ ਵੈਰਾਗ। ਭਗਤ ਰਵਿਦਾਸ ਜੀ ਕਹਿੰਦੇ ਨੇ ਪਰਮ ਵੱਡਾ ਵਿਰਾਗ ਕਰ, ਤੀਬਰ ਕਰ ਤਨ ਧਾਰ ਕੇ ਰਾਮ ਕੀ ਨਾ ਜਪ ਸਭਾਗਾਂ ਤੋਂ ਹੀ ਨੇ, ਪਰਮੇਸ਼ਰ ਦੇ ਨਾਮ ਨੂੰ ਕਿਉਂ ਨੀ ਜਪਦਾ, ਜਿਸ ਕਰਕੇ ਤੈਨੂੰ ਸਰੂਪ ਦੀ ਸਿਖਿਆਤਾ ਹੋਵੇ। ਨਾਮ ਦੇਵ ਆਓ ਕਲੰਦਰ ਕੇਸਵ। ਭਗਤ ਨਾਮਦੇਵ ਜੀ ਸਾਧ ਸੰਗਤ ਜੀ ਜਿਸ ਵਕਤ ਪੰਡਰਪੁਰ ਵਿਚ ਨਿਵਾਸ ਰੱਖ ਰਹੇ ਸੀ, ਇੱਥੇ ਇੱਕ ਰਾਸ ਪਈ ਸੀ। ਰਾਸ ਪੈਂਦੀ ਦੇ ਪਾਸ ਬਹੁਤ ਲੋਕਾਂ ਦਾ ਇਕੱਠ ਸੀ। ਭਗਤ ਨਾਮਦੇਵ ਜੀ ਸਹੀ ਜਿਹੀ ਉਸ ਪਾਸੇ ਨੂੰ ਬਾਹਰ ਰਾਸ ਪੈਂਦੀ ਵੱਲ ਚਲੇ ਗਏ। ਛੈਣੇ ਵਜਾਉਂਦੇ ਆ, ਕੀਰਤਨ ਕਰਦੇ ਜਾ ਰਹੇ ਹਨ, ਕੀਰਤਨ ਹੁੰਦੇ ਕਰਦੇ ਜਾ ਰਹੇ। ਜਦੋਂ ਰਾਸਧਾਰੀਆਂ ਕਿਹਾ ਵੀ ਅਸੀਂ ਸਾਂਗ ਬਣਾ ਬਣਾ ਕੇ ਕ੍ਰਿਸ਼ਨ ਬਲਭੱਦਰ ਆਦਿਕਾਂ ਦੇ ਵੇਖ ਰਹੇ ਹਾਂ, ਇਹ ਸਾਡੇ ਵਿਸ਼ਨ ਪਰਿਆਂ ਚ ਵਿਘਨ ਪਾਵੇਗਾ, ਸਾਡੇ ਤਾਲ ਚ ਫਰਕ ਪਾਵੇਗਾ, ਇਹਨੂੰ ਜੇ ਟਾਲ ਦੀਏ ਤਾਂ ਚੰਗੀ ਗੱਲ ਹੈ। ਇਸ ਖਿਆਲ ਨੂੰ ਲੈ ਕੇ ਭਗਤ ਨੂੰ ਟਾਲਣ ਵਾਸਤੇ ਇਹਨਾਂ ਨੇ ਬੇਨਤੀ ਨਾਲ ਕਿਹਾ ਕਿ ਮਹਾਰਾਜ ਇਹ ਰਾਮ ਕ੍ਰਿਸ਼ਨ ਆਦਿਕਾਂ ਦੇ ਜਿਹੜੇ ਸਾਂਗ ਹਨ ਇਹਨਾਂ ਨੂੰ ਤੇਹ ਲੱਗੀ ਹੈ, ਤੁਸੀਂ ਉਸ ਖੂਹ ਤੋਂ ਪਾਣੀ ਲਿਆਓ। ਭਗਤ ਨਾਮਦੇਵ ਜੀ ਨੂੰ ਬਚਨ ਮੰਨ ਕੇ ਕਰਮੰਡਲ ਲੈ ਲਿਆ ਤੇ ਪਾਣੀ ਲੈਣ ਚੱਲੇ। ਛੈਣੇ ਵਜਾਉਂਦੇ ਕੀਰਤਨ ਕਰਦੇ ਜਾ ਰਹੇ ਹੈ, ਉੱਥੇ ਇੱਕ ਦਿਓ ਰਹਿੰਦਾ ਸੀ ਬੜਾ ਭਾਰੀ ਬਤਾਲ, ਉਸ ਨਾਮਦੇਵ ਨੂੰ 25 ਫੁੱਟ ਦਾ ਲੰਮਾ ਬਣ ਕੇ ਨਾਮਦੇਵ ਦੇ ਛੈਣੇ ਖੋਲੇ ਤੇ ਨਾਮਦੇਵ ਜੀ ਨੂੰ ਉਸ ਵੇਲੇ ਪਰਮੇਸ਼ਰ ਦੀ ਜੋਤ ਨੂੰ ਉਹ ਪ੍ਰੇਤ ਗੁਣਾ ਉਹਦਾ ਮੁਕਤ ਹੋ ਗਿਆ ਤੇ ਵਾਹਿਗੁਰੂ ਸਿਖਿਆਤ ਹੋ ਗਿਆ। ਉਸ ਵੇਲੇ ਭਗਤ ਨਾਮਦੇਵ ਜੀ ਸ਼ਬਦ ਉਚਾਰਦੇ ਹਨ, ਆਓ ਨਾਮਦੇਵ ਆਓ ਕਲੰਦਰ ਕੇਸਵ। ਆਓ ਕਲੰਦਰ ਬੇਰਵੇ ਫਕੀਰਾਂ ਦਾ ਰੂਪ ਧਾਰਨ ਵਾਲੇ, ਕੱਲ ਸ਼ਾਂਤੀ ਹਿਰਦੇ ਦੇ ਅੰਦਰ ਧਾਰਨ ਵਾਲੇ, ਕੱਲ ਸੁੰਦਰ ਸਤਿਆਨੰਦ ਰੂਪ ਹੋ ਬ੍ਰਹਮ ਕਲੰਦਰ ਜੋ ਬੇਪਰਵਾਹ ਹੋਣ, ਕਿਸੇ ਚੀਜ਼ ਦੀ ਖਾਹਿਸ਼ ਨਾ ਹੋਵੇ। ਇਹ ਫਕੀਰਾਂ ਦਾ ਵੇਸ ਹੈ ਭਾਈ ਸਾਹਿਬ ਜੀ ਨੰਦ ਰਾਜ ਜੀ ਨੇ ਗਾਹੇ ਕਲੰਦਰ ਗਾਹੇ ਸੂਫੀ ਇਤਿਹਾਸਿਕ ਵਾਹਿਗੁਰੂ ਕਰਨੀ ਦਰਗਾਵਤ ਵੀ ਉਚਾਰਨ ਕੀਤੇ ਹਨ। ਸੋ ਜੋ ਬੇਪਰਵਾਹ ਹੋਣ, ਕਿਸੇ ਦੀ ਲੋੜ ਨਾ ਹੋਵੇ, ਐਸੇ ਸੂਫੀ ਫਕੀਰਾਂ ਦੇ ਵਿੱਚੋਂ ਇਹ ਮਹਾਰਾਜ ਸਾਹਿਬ ਦਾ ਜਸ ਕਹਿਣ ਵਾਸਤੇ ਲਫ਼ਜ਼ ਇਹੋ ਜਿਹੇ ਬੋਲਦੇ ਹਨ। ਸੋ ਆਓ ਕਲੰਦਰ ਹੈ ਕੱਲ ਸ਼ਾਂਤੀ ਅੰਦਰ ਦੇਣ ਵਾਲੇ ਸਰੂਪ ਮਹਾਰਾਜ ਸਾਹਿਬ ਆਓ, ਮਨ ਰੂਪੀ ਮਨ ਇੰਦਰੀ ਆਦਿਕ ਬਾਂਦਰਾਂ ਨੂੰ ਨਚਾਉਣ ਵਾਲੇ, ਕੇਸਵ ਹੈ ਕੇਸਾਂ ਧਾਰੀ ਪਰਮੇਸ਼ਰ, ਕਿਰਨ ਸੇ ਪੀਤੀ ਕੇਸਵ ਜਲ ਆਦਿਕਾਂ ਚ ਸੈਨ ਕਰਨ ਵਾਲੇ ਪੰਜਾਂ ਤੱਤਾਂ ਦਾ ਆਧਾਰ ਰੂਪ, ਅਬਦਾਲੀਆਂ ਦਾ ਭੇਸ ਹੁੰਦਾ, ਉਹ ਸਰੀਰ ਦੇ ਚਮੜ ਪੋਸ ਲਿਆ ਹੁੰਦਾ, ਚਮੜੇ ਦੀ ਪੁਸ਼ਾਕ ਪਹਿਰੀ ਹੁੰਦੀ ਹੈ, ਤਾਂ ਕਹਿੰਦੇ ਕਰ ਅਬਦਾਲੀ ਭੇਸਵਾ, ਅਬਦਾਲੀਆਂ ਵਾਲਾ ਭੇਸ ਧਾਰਿਆ ਹੋਇਆ। ਅਬਦਾਲ ਇਹਨਾਂ ਮੁਸਲਮਾਨਾਂ ਨੂੰ ਸੱਤ ਮੰਨੇ, ਸੱਤਾਂ ਵਿਲਾਇਤਾਂ ਚ ਜਿਹੜਾ ਇੱਕ ਵਿਲਾਇਤ ਵਿੱਚ ਅਬਦਾਲ ਹੁੰਦਾ ਉਹਦੇ ਅੰਦਰ ਸਮਰੱਥਾ ਹੁੰਦੀ ਹੈ, ਚਾਹੇ ਬਖਸ਼ੀਸ਼ ਕਰਕੇ ਸਾਰੀ ਵਿਲਾਇਤ ਨੂੰ ਬਖਸ਼ ਦੇਵੇ, ਚਾਹੇ ਸ਼ਰਾਬ ਦੇ ਕੇ ਉਸ ਨੂੰ ਗਰਕ ਕਰ ਦੇਵੇ। ਇਸ ਪ੍ਰਕਾਰ ਦਾ ਅਬਦਾਲ ਹੁੰਦਾ ਹੈ, ਪਰ ਅਬਦਾਲੀ ਇਲਾਕੇ ਦੇ ਲਵਾਸ ਦੇ ਲੋਕ ਹਨ। ਸੋ ਕਰ ਅਬਦਾਲੀ ਨਾ ਵੱਡਾ ਭੇਸ ਧਾਰ ਕੇ, ਅਬਦਾਲੀਆਂ ਵਾਲਾ ਚਮੜੇ ਆਦਿਕ ਪਹਿਰ ਕਰਕੇ ਭੇਸ ਧਾਰ ਕੇ ਆਏ ਹੋ ਮੇਰੇ ਪਾਸ। ਰਹਾ ਜੇ ਆਕਾਸ਼ ਕੁਲੈ
ਅਸਰ ਕੀਨੇ। ਮੈਂ ਤਾਂ ਤੈਨੂੰ ਵਿਰਾਟ ਰੂਪ ਕਰਕੇ ਸਮਝਦਾ ਹਾਂ, ਭਗਤ ਨਾਮਦੇਵ ਜੀ ਕਹਿੰਦੇ ਹਨ ਜੇ ਆਕਾਸ਼ ਕੁਲ ਸਿਰ ਕੀਨੇ, ਜਿਹੜੇ ਆਕਾਸ਼ ਦੇ ਜਿਹੜੇ ਲੋਕ ਆ, ਪੂਰ ਮਹਿਰ ਭੋਗੋ ਜਾਣੋ ਤਪ ਗੋ ਲੋਕ ਬ੍ਰਹਮ ਲੋਕ ਆਦਿਕ, ਆਕਾਸ਼ ਦੇ ਜਿਹੜੇ ਲੋਕ ਹਨ, ਇਹ ਕੁੱਲਾ ਦੀ ਨਹੀਂ ਟੋਪੀ ਹੁੰਦੀ ਉਹਨਾਂ ਫਕੀਰਾਂ ਦੇ ਸਿਰ ਤੇ, ਅਬਦਾਲੀ ਦੇ ਸੋ ਕਲੰਦਰਾਂ ਦੇ, ਕਹਿੰਦੇ ਜਿਹਨੇ ਆਕਾਸ਼ ਕੁੱਲਾ ਸਿਰ ਕੀਨੀ, ਸਿਰ ਦੇ ਉੱਤੇ ਜਿਹਨੂੰ ਆਕਾਸ਼ ਦਾ ਹੀ ਕੁੱਲਾ ਬਣਾਇਆ ਹੋਇਆ ਹੈ, ਸੱਤ ਪਤਾਲ ਅੰਦਰ ਵਿਦਨ ਸੱਤ ਮਹਾਤਮ ਪੁਰਾਤਨ ਪਤਾਲ ਹੈ ਜਿਹੜੇ, ਤੇ ਜਿਸਨੂੰ ਕੌਂਸਾਂ ਖੜਾਵਾਂ ਪਾਈਆਂ ਹੋਈਆਂ। ਮੈਂ ਤੈਨੂੰ ਏਡਾ ਵਿਰਾਟ ਰੂਪ ਸਮਝਦਾ, ਇਹ ਛੋਟਾ ਜਿਹਾ 25 ਹੱਥ ਦਾ ਬਣ ਕੇ ਕੀ ਮੈਨੂੰ ਡਰਾਉਣ ਲੱਗਦਾ ਹੈ। ਇਉਂ ਜਿਹੜਾ ਪ੍ਰੇਤ ਦੇਵ ਸੀ ਉਹਦੀ ਕਲਿਆਣ ਹੋ ਗਈ, ਮਹਾਰਾਜ ਸਾਹਿਬ ਪ੍ਰਗਟ ਹੋ ਗਏ ਉਸੇ ਵਕਤ। ਚਮਰ ਪੋਸ ਕਾ ਮੰਦਰ ਤੇਰਾ, ਕਹਿੰਦੇ ਜੀ ਉੱਤੇ ਥੋੜਾ ਚਮੜਾ ਲੈ ਕੇ ਦੋਹ ਝੋਟਿਆਂ ਦਾ ਇੰਨਾ ਵੱਡਾ ਰੂਪ ਬਣਾ ਕੇ ਕੀ ਮੈਨੂੰ ਵਿਖਾਉਣਾ। ਚਮਰ 84 ਲੱਖ ਜਿੰਨੀ ਜੂਨ ਹੈ, ਉਹਨਾਂ ਦੇ ਜਿੰਨਾ ਚਮੜਾ ਹੈ ਸਾਰਾ ਉਹ ਇੱਕ ਤੇਰਾ ਪੁਸ਼ਾਕਾ ਹੈ। ਇਹੋ ਜਿਹਾ ਮੰਦਰ ਹੈ ਅੰਧਕਾਰ ਸਰੂਪ, ਤੇਰਾ ਇਹ ਮੰਦਰ ਹੇ ਮੰਦਰ ਆਪਦੀ ਦੇਹ ਦੇ ਉੱਤੇ ਪੁਸ਼ਾਕਾ ਬਣਿਆ ਹੋਇਆ ਹੈ। ਇਹ ਮੰਦਰ ਅੰਧਕਾਰ ਸਰੂਪ ਇਹ 84 ਲੱਖ ਜਿਹੜੀ ਜੂਨ ਦਾ ਆਪਣੇ ਚਮੜਾ ਹੈ, ਇਹ ਤੇਰਾ ਇੱਕ ਮੰਦਰ ਸੰਸਾਰ ਮਕਾਨ ਬਣਿਆ ਹੋਇਆ, ਇਹ ਤੇਰਾ ਪੁਸ਼ਾਕਾ ਹੈ। ਇਹ ਵਿਧ ਬਣੇ ਗੋਪਾਲਾ, ਇਹ ਗੋਪਾਲ ਇਹ ਵਿਧ ਦਾ ਤੂੰ ਬਣ ਰਿਹਾ, ਮੈਨੂੰ ਇਹ ਛੋਟਾ ਜਿਹਾ ਰੂਪ ਬਣਾ ਕੇ ਕੀ ਭੈ ਦੇ ਰਿਹਾ, ਮੈਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ ਹੈ। ਛਪਨ ਕੋਟ ਕਾ ਪਹਿਨ ਤੇਰਾ, ਨਲ ਚੰਦਨ ਖਾ ਚੋਲਾ ਜਿਹਾ ਪਾਇਆ ਹੋਇਆ ਸੀ, ਉਹਨੂੰ ਵੇਖ ਕੇ ਕਹਿੰਦੇ ਏਡੇ ਕੁ ਚੋਲੇ ਤੇ ਨੀ ਮੈਂ ਤੇਰੇ ਤੇ ਕਹਿੰਦਾ। ਛਪਨ ਕੋਟ ਕਾ ਪਹਿਨ ਤੇਰਾ, 56 ਕਰੋੜ ਜਿਹੜੇ ਜਾਦੋ ਹਨ ਉਹਨਾਂ ਦਾ ਜਿਹੜਾ ਫੌਜ ਤੇਰੇ ਉਲਾਲੇ ਰਹੀ ਹੈ, ਕ੍ਰਿਸ਼ਨ ਅਵਤਾਰ ਦੇ ਉਲਾਲੇ, ਇਹ ਮਾਨੋ ਪਹਿਨ ਤੇਰਾ ਅੰਦਰਖਾ ਹੈ, ਤਣੀਆਂ ਵਾਲਾ ਕੁੜਤਾ ਇਹ ਪਾਇਆ ਹੋਇਆ ਹੈ। 16,000 ਭੂਮਾਸਰ ਦਲਿਤ ਨੇ ਰਾਜਿਆਂ ਦੀਆਂ ਲੜਕੀਆਂ ਇਕੱਠੀਆਂ ਕੀਤੀਆਂ ਸੀ ਕਿ ਜਦੋਂ 20,000 ਹੋ ਗਈਆਂ ਉਦੋਂ ਇਹਨਾਂ ਨੂੰ ਮੈਂ ਇਕੱਠੀਆਂ ਨਾਲ ਸ਼ਾਦੀ ਕਰਾਂਗਾ। ਕ੍ਰਿਸ਼ਨ ਜੀ ਜਦੋਂ ਭੂਮਾਸਰ ਦੇ ਰਾਹੀਂ ਜਾ ਕੇ ਮਾਰਿਆ, ਉਸ ਵੇਲੇ ਸਾਲ ਸੰਗਤ ਜੀ ਉਹ 16,000 ਲੜਕੀਆਂ ਦੀ ਜੇਲ ਜਾ ਕੇ ਛਡਾਉਣ ਲੱਗਾ, ਸਾਰੀਆਂ ਨੇ ਕ੍ਰਿਸ਼ਨ ਨੂੰ ਖੁਸ਼ ਹੋ ਕੇ ਵਰ ਲਿਆ ਸੀ। ਇਹ ਕਹਿੰਦੇ ਉਹ 16,000 ਜਿਹੜਾ ਰਾਜੇ ਦੀਆਂ ਪੁੱਤਰੀਆਂ ਨੇ ਤੈਨੂੰ ਕ੍ਰਿਸ਼ਨ ਰੂਪ ਚ ਵਰਿਆ ਹੈ, ਇਹ ਮਾਨੋ 11 ਤੇਰੇ ਸੁਥੂਈ ਹੈ, ਇਹ ਸੁਥਣ ਬਣ ਰਹੀ ਹੈ ਤੇਰੀ, ਇਹ ਗਰਾਰਾ ਪਜਾਮਾ ਬਣ ਰਿਹਾ ਹੈ। ਅਤੇ 108 ਜਿਹੜੀਆਂ ਵਿਆਹ ਦੀਆਂ ਸੀ, ਇਹ ਮਾਨੋ 1000 ਬੰਦ ਹੈ ਤੇਰਾ। ਭਾਰ 18 ਮੁਦਵਰ ਤੇਰਾ, ਅਤੇ ਨਿਕਾ ਜਾਂ ਮੂਲਾ ਜਾਂ ਮਤੇਰੀ ਮਹੀਨਾ ਦੇ ਸੁੱਖਾ ਘੋਟਣ ਵਾਲੀ ਜੀ ਵਿਖਾ ਕੀ ਵਿਖਾ ਕੇ ਡਰਾ ਰਿਹਾ। ਮੈਂ ਤਾਂ ਭਾਰ 18 ਬਨਸਪਤੀ ਜਿੰਨੀ ਹੈ ਉਹ ਸਾਰੀ ਨੂੰ ਤੇਰਾ ਮੂਲਾ ਸਮਝਦਾ ਹਾਂ, ਇਹ ਮਤੇਰੀ ਸਮਝਦਾ ਹਾਂ, ਇਹ ਛੋਟੇ ਜਿਹੇ ਮਤੇਰੇ ਤੋਂ ਮੈਂ ਡਰਨ ਨਹੀਂ ਲੱਗਾ ਹਾਂ। ਸਹਿਨਕ ਸਤ ਸੰਸਾਰ, ਅਤੇ ਨਿੱਕੀ ਜੀ ਕੁਨਾਲੀ ਮਿੱਟੀ ਦੀ ਫੜੀ ਹੋਈ ਸੀ, ਤਾਂ ਉਸ ਦੀ ਬਾਬਤ ਕਹਿੰਦੇ ਤਾਸੀ ਜਿਵੇਂ ਹੁੰਦੀ ਹੈ ਥਾਲੀ ਹੁੰਦੀ ਹੈ। ਸੈਨਿਕ ਸਭ ਸੰਸਾਰ, ਕੁਨਾਲੀ ਜੀ ਮੈਨੂੰ ਕੀ ਦੇਖ ਦਿਖਾ ਰਿਹਾ, ਸਾਰਾ ਸੰਸਾਰ ਹੀ ਤੇਰੀ ਕੁਨਾਲੀ ਹੈ, ਉਹਦੇ ਚ ਸਾਰਿਆਂ ਦਾ ਭਖਣ ਕਰੀ ਜਾਂਦਾ, ਕਾਲ ਰੂਪ ਹੋ ਕੇ ਸਭ ਦਾ ਸਮਾਪਤੀ ਕਰੀ ਜਾਂਦਾ ਹੈ। ਦੇਹੀ ਮਹਿਜਦ ਮਨ ਮੌਲਾਨਾ, ਅਤੇ ਜਿਹੜੀ ਦੇਹ ਹੈ ਇਹੋ ਹੀ ਅਸੀਂ ਮਸਜਿਦ ਸਮਝਦੇ ਹਾਂ, ਮਸੀਤ ਸਮਝਦੇ ਹਾਂ, ਹੋਰ ਸਾਨੂੰ ਕਿਸੇ ਮਸੀਤ ਦੀ ਲੋੜ ਨਹੀਂ, ਤੇ ਮਨ ਨੂੰ ਹੀ ਮਲਾਣਾ ਬਣਾਇਆ ਹੋਇਆ ਇਸ ਦੇ ਵਿੱਚ। ਸਹਿਜ ਨਿਵਾਜ ਗੁਜ਼ਾਰਾ, ਜਿਹੜਾ ਸਹਿਜੇ ਬਿਰਤੀ ਨੂੰ ਪੰਥਕ ਚੇਤਨ ਵਿੱਚ ਜੋੜਨਾ ਹੈ, ਇਹ ਨਿਵਾਜ ਨੂੰ ਗੁਜ਼ਾਰ ਦੇ ਬਤੀਤ ਕਰਦੇ ਹਾਂ, ਗੁਜ਼ਾਰ ਨਿਵਾਜ ਵਿੱਚ ਸਮਾਂ ਬਤੀਤ ਕਰਦੇ ਹਾਂ, ਨਿਵਾਜ ਪੜ੍ਹਦੇ ਹਾਂ। ਬੀਬੀ ਕੌਲਾ ਸਾ ਕਾਇਨ ਤੇਰਾ, ਕਹਿੰਦੇ ਬੀਬੀ ਜੋ ਕੌਲਾ, ਬੀਬੀ ਨਾਂ ਇਸਤਰੀ ਦਾ ਹੈ ਫਾਰਸੀ ਚ, ਬੀਬੀ ਜੋ ਕੌਲਾ ਹੈ ਲਕਸ਼ਮੀ, ਉਹਦੇ ਨਾਲ ਕਾਇਨ ਚੇਸ਼ਟਾ ਦਾ ਮਤਲਬ ਹੈ ਕਾਇਨ ਨਿਕਾਹ ਦਾ ਅਰਥ ਕਰਨਾ, ਬੀਬੀ ਕੌਲਾ ਨਾਲ ਜਿਹੜਾ ਨਿਕਾਹ ਪੜਿਆ ਹੈ, ਤ੍ਰੀ ਏਕ ਵਿਆਹ ਨਾ ਅਵਰ ਵਿਆਹ,
ਇਹ ਕਲਗੀ ਧਰ ਜੀ ਨੇ ਜਿਸ ਵਕਤ ਦੱਤਾਤਰੇ ਦਾ ਅਵਤਾਰ ਲਿਖਿਆ ਹੈ ਉਸ ਜਗ੍ਹਾ ਜੋ ਤੁਕਾਂ ਆਈਆਂ ਹੁੰਦੀਆਂ ਇੱਕ ਮਾਇਆ ਨੂੰ ਵਿਆਹ ਕੇ ਫਿਰ ਹੋਰ ਵਿਆਹ ਕਰਾਉਣ ਦੀ ਇੱਛਾ ਨਹੀਂ ਕਰਦੀ। ਹਾਂਜੀ ਬੀਬੀ ਕੌਲਾ ਸਾ ਕਾਇਨ ਤੇਰਾ, ਬੀਬੀ ਕੌਲਾ ਦੇ ਨਾਲ ਨਕਾਬ ਬੜਿਆ ਹੋਇਆ ਤੇਰਾ ਚੇਸ਼ਟਾ ਕਰਦਾ ਨਿਰੰਕਾਰ ਆਕਾਰ ਹੇ ਮਹਾਰਾਜ, ਇੱਕ ਪਾਸੇ ਤਾਂ ਨਿਰਾਕਾਰ ਨਾ ਰੂਪ ਨਾ ਰੇਖ ਰੰਗ ਤੈ ਗੁਣ ਤੇ ਪੂਰਾ ਭਿੰਨ, ਦੂਸਰੇ ਪਾਸੇ ਏਡਾ ਵਿਰਾਟ ਰੂਪ ਆਕਾਰ ਧਾਰਿਆ ਹੋਇਆ ਤੇਰਾ ਹੈ। ਭਗਤ ਕਰਤ ਮੇਰੇ ਤਾਲ ਸ਼ਨਾ, ਭਗਤੀ ਕਰਦੇ ਦੇ ਮੇਰੇ ਜੋ ਪੰਡਿਆਂ ਨੂੰ ਤਾਲ ਖੋਹੇ ਸੀ ਓਡੇ ਸ਼ਹਿਰ ਵਿਚ ਤਾਂ ਮੈਂ ਤੇਰੇ ਅੱਗੇ ਫਰਿਆਦ ਕਰਕੇ ਡੇਰਾ ਫੇਰ ਲਿਆ ਸੀ, ਹੁਣ ਮੇਰੇ ਭਗਤੀ ਕਰਦੇ ਦੇ ਤੈਂ ਤਾਲ ਚੈਣ ਛੈਣੇ ਖੋ ਲਏ ਹਨ। ਕਿਹੇ ਪਹਿ ਕਰੋ ਪੁਕਾਰ, ਜਾਮੀ ਤੂੰ ਖੋਣ ਲੱਗ ਗਿਆ, ਹੁਣ ਕਿਹਦੇ ਪਾਸ ਫਰਿਆਦ ਕਰੀਏ, ਤੇਰੇ ਪਾਸ ਫਰਿਆਦ ਕਰਕੇ ਆਪਣੇ ਤਾਲ ਲੈਣੇ ਸੀ। ਇਸ ਪ੍ਰਕਾਰ ਜਦੋਂ ਕਿਹਾ ਮਹਾਰਾਜ ਸਾਨੂੰ ਪ੍ਰਤੱਖ ਹੋ ਕੇ ਗਲ ਵਿੱਚ ਨਾਮਦੇਵ ਨੂੰ ਨਾਲ ਲਾ ਲਿਆ, ਕਹਿੰਦੇ ਭਗਤ ਜੀ ਸਾਰੇ ਰੂਪਾਂ ਵਿੱਚ ਮੈਨੂੰ ਵੇਖ ਕੇ ਪ੍ਰਗਟ ਕਰ ਲੈਂਦਾ ਹੈ। ਨਾਮੇ ਕਾ ਸਵਾਮੀ ਅੰਤਰ ਜਾਮੀ, ਨਾਮਦੇਵ ਜੀ ਕਹਿੰਦੇ ਮੇਰਾ ਸਵਾਮੀ ਤੂੰ ਹੈ, ਅੰਤਰ ਜਾਮੀ ਹੈ, ਘਟਾਂ ਘਟਾਂ ਦੀ ਜਾਣਨ ਵਾਲਾ ਹੈ। ਫਿਰੇ ਸਗਲ ਬੇਦੇ ਸਾਰਿਆਂ ਦੇਸ਼ਾਂ ਤੇ ਪ੍ਰਦੇਸ਼ਾਂ ਚ ਫਿਰਦੇ, ਦੇਸ਼ ਮਾਝਾ ਮਾਲਵਾ ਆਦਿਕ ਪ੍ਰਦੇਸ਼, ਅਮਰੀਕਾ ਅਫਰੀਕਾ ਆਦਿਕ ਸਾਰਿਆਂ ਦੇਸ਼ਾਂ ਦੇ ਵਿਦੇਸ਼ਾਂ ਚ ਵਿਚਰਿਆ ਹੈ। ਸਾਰਿਆਂ ਦੇਸ਼ਾਂ ਚ ਵੀ ਕੇ ਸਰਵੱਤਰ ਦੇਸ਼ ਹੈ ਤੇ ਬੇਦੇਸ਼ ਵਾ ਦੇਸ਼ ਆਦਿਕਮ ਦਾ ਤੋਂ ਕਾਲ ਤੇ ਇਸੇ ਪ੍ਰਕਾਰ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਦੇਸ਼ਾਂ ਤੋਂ ਬਿਨਾਂ ਵੀ ਹੈ ਤੂੰ ਸਦਾ ਸੁਤੰਤਰ ਸਰੂਪ ਨਿਰੰਕਾਰ ਹੋਣੇ ਤੇ। ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਕਾ ਖਾਲਸਾ।